ਯੂਨੀਵਰਸਿਟੀ ਚ ਪਹਿਲੀ ਗੋਲੀ ਕਦੋਂ ਚੱਲੀ ਪ੍ਰਭਜਿੰਦਰ ਡਿੰਪੀ ਮੱਖਣ ਸਿੰਘ ਦੀ ਜਦੋਂ ਉਹਨੇ ਉਹਦੇ ਕੋਲ ਕੋਈ ਸ਼ਾਇਦ ਹਥਿਆਰ ਨਹੀਂ ਸੀ ਉਸ ਵੇਲੇ ਹਨਾ ਉਹਨੇ ਆਪਣੀ ਜੁੱਤੀ ਲਾ ਕੇ ਹੀ ਡਿੰਪੀ ਦੇ ਮਾਰੀ ਉਹਦਾ ਪਿਸਟਲ ਡਿੱਗ ਪਿਆ ਗੋਲੀਆਂ ਦੋਵੇਂ ਪਾਸਿਓਂ ਚੱਲੀਆਂ ਪਹਿਲਾਂ ਡੈਂਪੀ ਨੇ ਚਲਾਈ ਫਿਰ ਬਲਕਾਰੀ ਨੇ ਜਿੱਤੇ ਮੱਖਣ ਤੇ ਗੋਲੀ ਚੱਲਦੀ ਤੁਸੀਂ ਕਿੱਥੇ ਸੀ ਉਦੋਂ ਐਵੇਂ ਕੱਲ ਡਿਪਾਰਟਮੈਂਟ ਦੀਆਂ ਵੋਟਾਂ ਲੈਣ ਵਾਸਤੇ ਮੱਖਣ ਹੋਰਾਂ ਨੇ ਕੁੱਟਮਾਰ ਕੀਤੀ ਸੀ ਦਲਾਵਰ ਚਾਲਦੀ ਪੀਐਸਯੂ ਤੇ ਪ੍ਰੈਸ਼ਰ ਬਣਾਇਆ ਸੀ ਪਰਵਿੰਦਰ ਚੀਮਾ ਤੇ ਵੀ ਅਟੈਂਪਟ ਹੋਇਆ ਸੀਗਾ ਗੋਲੀਆਂ ਚੱਲੀਆਂ ਸੀ ਗਰਲਜ਼ ਹੋਸਟਲ ਦੇ ਵਿੱਚ ਉਹ ਵੀ ਥੋੜੇ ਗਰ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ ਪਰ ਇਹ ਇਲਜ਼ਾਮ ਅਕਸਰ ਲਾਏ ਜਾਂਦੇ ਨੇ ਕਿ ਪੰਜਾਬ ਯੂਨੀਵਰਸਿਟੀ ਗੁੰਡਿਆਂ ਦਾ ਘੜ ਰਹੀ ਆ ਪਹਿਲੀ ਗੋਲੀ ਕਦੋਂ ਚੱਲੀ ਸੀ ਯੂਨੀਵਰਸਿਟੀ ਦੇ ਵਿੱਚ ਪਹਿਲੀ ਵਾਰ ਝੜਪ ਕਦੋਂ ਹੋਈ ਸੀ ਅੱਜ ਦੇ ਪੌਡਕਾਸਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ 82-83 ਦੇ ਵਿੱਚ ਸਭ ਤੋਂ ਪਹਿਲੀ ਵਾਰ ਉੱਥੇ ਗੋਲੀ ਚੱਲਦੀ ਹੈ ਮੱਖਣ ਵਰਸਸ ਚੀਮਾ ਗਰੁੱਪ ਜਦੋਂ ਉਸੂ ਇਲੈਕਸ਼ਨ ਜਦ ਦੀ ਅਰਜੰਦਰ ਦੀਪਾ ਯੂਨੀਵਰਸਿਟੀ ਚ ਆਪਦੀ ਪ੍ਰਧਾਨਗੀ ਸਥਾਪਿਤ ਕਰਦੇ ਅੱਜ ਸਾਡੇ ਨਾਲ ਨੇ ਰਜਿੰਦਰ ਦੀਪਾ ਜੀ ਅੱਜ ਦੇ ਪੌਡਕਾਸਟ ਦੇ ਵਿੱਚ ਸਟੂਡੈਂਟ ਯੂਨੀਅਨਸ ਤੋਂ ਲੈ ਕੇ ਪੀਐਸਯੂ ਤੋਂ ਲੈ ਕੇ ਸੋਪੂ ਤੱਕ ਉਹ ਸਾਰੀਆਂ तमाम ਗੱਲਾਂ ਆਪਾਂ ਕਰਾਂਗੇ ਯੂਨੀਵਰਸਿਟੀ ਪੋਲਿਟਿਕਸ ਦੇ ਉੱਤੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਜਿਵੇਂ ਮੈਂ ਗੱਲ ਕੀਤੀ ਆ ਕਿ ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਆ ਤੇ ਇਲਜ਼ਾਮ ਲੱਗਦੇ ਆ ਕਿ ਯੂਨੀਵਰਸਿਟੀ ਗੁੰਡਿਆਂ ਦਾ ਘੜ ਰਹੀ ਆ ਨਹੀਂ ਘੜ ਹੈ ਨਹੀਂ ਮੈਂ ਇਹਦੇ ਨਾਲ ਪੂਰਾ ਸਹਿਮਤ ਨਹੀਂ ਆ ਹ ਅਸੀਂ ਵੀ ਉਸੇ ਪੋਲਿਟਿਕਸ ਤੋਂ ਨਿਕਲੇ ਆ ਯੂਨੀਵਰਸਿਟੀ ਦੀ ਪੋਲਿਟਿਕਸ ਤੋਂ ਨਿਕਲੇ ਆ ਉੱਥੋਂ ਤੱਕ ਪਹੁੰਚੇ ਆ ਕਿ ਬਹੁਤ ਇੱਕ ਕਾਮਯਾਬਤਾ ਨਹੀਂ ਹੋਈ ਪਰ ਗੁੰਡਾਗਰਦੀ ਜਾਂ ਬਦਮਾਸ਼ੀ ਚ ਦੋ ਦੂਰ ਤੱਕ ਦਾ ਵੀ ਕਦੀ ਉਹਵੇਂ ਨਹੀਂ ਰਿਹਾ ਨੋ ਡਾਊਟ ਗਰੁੱਪ ਚ ਹੁੰਦੇ ਸੀ ਗਰੁੱਪਾਂ ਦਾ ਲੜਾਈ ਝਗੜਾ ਵੀ ਹੋਇਆ ਗੋਲੀਆਂ ਵੀ ਚੱਲੀਆਂ ਪਰ ਬਦਮਾਸ਼ੀ ਦੇ ਨਾਲ ਇਹ ਰਾਜਨੀਤੀ ਦਾ ਇਹ ਨਾ ਸੰਬੰਧ ਹੋਣਾ ਕਿ ਬਿਨਾ ਬਦਮਾਸ਼ੀ ਤੋਂ ਬਿਨਾ ਗੁੰਡਿਆਂ ਤੋਂ ਤੁਸੀਂ ਰਾਜਨੀਤੀ ਨਹੀਂ ਕਰ ਸਕਦੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਸ਼ਰਾਫਤ ਨਾਲ ਰਾਜਨੀਤੀ ਕੀਤੀ ਹੈ ਜਿੰਨੇ ਕੋ ਕਾਮਯਾਬ ਹੋਏ ਆ ਅੱਜ ਇੱਥੇ ਖੜੇ ਆ ਪਰ ਠੀਕ ਹੈ ਗੋਲੀ ਚੱਲੀ ਉਦੋਂ ਉਹਨਾਂ ਦੇ ਨਾਲ ਚੱਲੀ ਗੋਲੀ ਬਦਮਾਸ਼ੀ ਉਸ ਤੋਂ ਪਹਿਲਾਂ ਵੀ ਹੁੰਦੀ ਸੀ ਯੂਨੀਵਰਸਿਟੀ ਚ ਪਹਿਲੀ ਗੋਲੀ ਕਦੋਂ ਚੱਲੀ ਪਹਿਲੀ ਜੇ ਮੈਂ ਯਾਦ ਕਰਾਂ ਤਾਂ ਸ਼ਾਇਦ 1882 ਦੇ ਵਿੱਚ ਗੁਰਦਾਸ ਮਾਨ ਆਏ ਸੀ ਯੂਨੀਵਰਸਿਟੀ ਚ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਉਦੋਂ ਚੀਮਾ ਗਰੁੱਪ ਦਾ ਅੱਜ ਸਵੰਤ ਗਿਆਨੀ ਸੀ ਔਰ ਮੱਖਣ ਸਿੰਘ ਸੀ ਗਿਆਨੀ ਮੰਨੋ ਗੋਲੀ ਚੱਲੀ ਮੱਖਣ ਦੇ ਪਾਕਤੇ ਵੱਜੀ ਉਹ ਗੋਲੀ ਚੱਲੀ ਪਰ ਉਸ ਤੋਂ ਪਹਿਲਾਂ ਵੀ ਇੱਥੇ ਵਿਰਕ ਗਰੁੱਪ ਹੁੰਦਾ ਸੀ ਸਾਡਾ ਹੀ ਪੂਸੂ ਦੇ ਸੀ ਜਤਿੰਦਰ ਵਿਰਕ ਅਜੀਤ ਵਿਰਕ ਉਹ ਹੁੰਦੇ ਸੀ ਨਗਿੰਦਰ ਸਿੰਘ ਹੁੰਦੇ ਸੀ ਕੰਗ ਜਿਹੜੇ ਜਗਮੋੜ ਕੰਗ ਹੈ ਇਹ ਗਰੁੱਪ ਹੁੰਦੇ ਸੀ ਤੋਂ ਇਹਨਾਂ ਦਾ ਵੀ ਮੱਛਰ ਹੁੰਦਾ ਸੀ ਇਹ ਵੀ ਗੱਲਾਂ ਸੁਣਦੇ ਸੀ ਚੇਨ ਨਾਲ ਨਗਿੰਦਰ ਦੀ ਅੱਖ ਕੱਢਤੀ ਸੀ ਇਸ ਤਰ੍ਹਾਂ ਦੀਆਂ ਲੜਾਈਆਂ ਝਗੜੀਆਂ ਪਹਿਲਾਂ ਵੀ ਹੁੰਦੀਆਂ ਸੀ ਪਰ ਗੋਲੀ ਵਾਲਾ ਜਿਹੜਾ ਕੰਮ ਹੈ ਤੁਹਾਡੀ ਗੱਲ ਠੀਕ ਹੈ ਕਿ 82 ਦੇ ਵਿੱਚ ਗੁਰਦਾਸ ਮਾਨ ਦਾ ਸ਼ੋਅ ਸੀ ਉਦੋਂ ਗੋਲੀ ਚੱਲੀ ਸੀ ਫਿਰ 83 ਦੇ ਵਿੱਚ ਜਿਸਨ ਇਲੈਕਸ਼ਨ ਸੀ ਜਿਸ ਸਪਟੰਬਰ 3 ਤਰੀਕ ਦੀ ਗੱਲ ਹੈ ਮੈਂ ਜੇਪੂ ਲਾਣਾ 1983 ਦੀ ਜਿਹੜਾ ਮੈਂ ਦੂਜਾ ਇਲੈਕਸ਼ਨ ਲੜ ਰਿਆ ਸੀ ਮੈਂ ਤੋਂਰ ਪ੍ਰਧਾਨ ਦਾ ਮੈਂ ਕੈਂਡੀਡੇਟ ਸੀ ਪੂਸੂ ਵੱਨੋ ਉਸ ਦਿਨ ਅਸੀਂ ਜਦੋਂ ਸਾਰੀ ਕੈਂਪੇਨ ਕਰਕੇ ਸਵੇਰੇ 10 ਸਵਾ 10 ਵਜੇ 10:30 ਵਜੇ VOTING ਸ਼ੁਰੂ ਹੋਣੀ ਸੀ ਅਸੀਂ ਲਾਡ ਡਿਪਾਰਟਮੈਂਟਸ ਆਏ ਆ ਤੇ ਉਦੋਂ ਜਦੋਂ ਅਸੀਂ ਦੋ ਮੋਟਰਸਾਈਕਲਾਂ ਤੇ ਸੀ ਮੇਰਾ ਇੱਕ ਸੀ PBXV 20 ਨੰਬਰ ਲਾਲ ਬੁਲੇਟ ਜਿਹੜਾ ਮੇਰਾ ਸੀ ਉਹਦੇ ਸ਼ਾਇਦ ਮੱਖਣ ਸਿੰਘ ਦਰਗਾਠੀਆਂ ਤੇ ਇੱਕ ਜਣਾ ਹੋਰ ਸੀ ਦੂਜੇ ਮੋਟਰਸਾਈਕਲ ਤੇ ਹਾਂ ਤੇ ਤਿੰਨੇ ਜਾ ਰਹੇ ਸੀ ਹਾਂ ਤਿੰਨੇ ਜਣੇ ਹੋ ਸੀ ਤਿੰਨ ਜਣੇ ਅਸੀਂ ਸੀ ਦੂਜੇ ਮੋਟਰਸਾਈਕਲ ਤੇ ਰੂਡੀ ਦੇ ਮੋਟਰਸਾਈਕਲ ਤੇ ਰਾਜੀਵ ਪ੍ਰਤਾਪ ਰੂਡੀ ਜੋ ਅੱਜ ਬੀਜੇਪੀ ਦੇ ਐਮਪੀ ਹੈ ਮਨਿਸਟਰ ਵੀ ਰਹੇ ਹੈ ਉਹ ਤੇ ਮੈਂ ਤੇ ਇੱਕ ਜਣਾ ਹੋਰ ਸੀ ਅਸੀਂ ਅਜੇ ਲਾਰਡ ਬਿਲਡਿੰਗ ਪਹੁੰਚੇ ਹੀ ਆਂ ਅਜੇ ਸਟੈਂਡ ਵੀ ਨਹੀਂ ਲਾਇਆ ਤੇ ਉਧਰੋਂ ਸ਼ਾਇਦ ਗੋਲੀ ਚੱਲੀ ਕਿਹਨੇ ਚੱਲੀ ਆ ਨਹੀਂ ਨਹੀਂ ਪਤਾ ਉਦੋਂ ਜੋ ਤੁਹਾਡਾ ਪ੍ਰਭਜਿੰਦਰ ਡਿੰਪੀ ਇਹ ਉੱਥੇ ਸੀ ਔਰ ਮੈਨੂੰ ਜਿੱਥੋਂ ਤੱਕ ਯਾਦ ਹੈ ਪਾਉ ਸੰਦੀਪ ਪਾਉ ਐਵੀਸੀ ਉਥੇ ਇਹਨਾਂ ਦੇ ਨਾਲ ਦੇ ਸਾਥੀ ਸੀ ਇਹਨਾਂ ਵੱਨੋਂ ਗੋਲੀ ਚੱਲੀ ਔਰ ਤਰਗਾਠੀਆ ਜੋ ਕਿ ਸ਼ਾਇਦ ਸੈਂਟਰ ਦੇ ਵਿੱਚ ਬੈਠਾ ਸੀ ਹੁੰਦੇ ਇੱਕ ਪਾਸਿਓਂ ਲੱਗੀ ਦੂਜੇ ਪਾਸਿਓਂ ਗੋਲੀ ਲੱਗੀ ਤਰਗਾਠੀਏ ਦੇ ਵਿਜੇਂਦਰ ਤਰਗਾਠੀਆ ਜੋ ਸਾਡੇ ਉਸ ਤੋਂ ਪਹਿਲਾਂ ਜਨ ਸੈਕਟਰੀ ਰਹੇ ਸੀ ਕੌਂਸਲ ਦੇ ਉਹਨਾਂ ਦੇ ਗੋਲੀ ਇਲੈਕਸ਼ਨ ਵਾਲੇ ਦਿਨ ਗੋਲੀ ਚੱਲੀ ਇਲੈਕਸ਼ਨ ਵਾਲੇ ਦਿਨ ਚੱਲੀ ਔਰ ਉਹਨਾਂ ਦੇ ਲੱਗੀ ਔਰ ਡਿੱਗ ਪਿਆ ਫਿਰ ਦਲੇਰੀ ਸੀ ਮੱਖਣ ਸਿੰਘ ਦੀ ਜਦੋਂ ਉਹਨੇ ਉਹਦੇ ਕੋਲ ਕੋਈ ਸ਼ਾਇਦ ਹਥਿਆਰ ਨਹੀਂ ਸੀ ਉਸ ਵੇਲੇ ਹਨਾ ਉਹਨੇ ਆਪਣੀ ਜੁੱਤੀ ਲਾ ਕੇ ਹੀ ਮਾਰੀ ਉਹਨਾਂ ਦਾ ਪਿਸਤਲ ਡਿੱਗ ਪਿਆ ਡਿੰਪੀ ਦੇ ਮਾਰੀ ਉਹਨਾਂ ਦਾ ਪਿਸਤਲ ਡਿੱਗ ਪਿਆ ਫਿਰ ਨਾਲ ਇੱਕ ਸਾਡੇ ਸ਼ਾਇਦ ਜਗਦੀਪ ਨਕਈ ਸੀਗੇ ਉਹਨਾਂ ਦਾ ਲੱਤ ਫ੍ਰੈਕਚਰ ਸੀ ਉਹ ਫੋੜੀਆਂ ਤੇ ਸੀ ਫਿਰ ਉਹਦੀ ਫੋੜੀ ਚੱਕ ਕੇ ਫਿਰ ਉਹਨਾਂ ਨੇ ਜੋਨ ਦੀ ਮੈਂ ਲੱਤ ਨਾਈ ਕੀਤੀ ਹਾਂ ਉਹਨੂੰ ਕੁੱਟਿਆ ਤੇ ਉੱਥੇ ਫਿਰ ਸਵੇਰ ਨੋ ਡਾਊਟ ਗੋਲੀ ਵੀ ਲੱਗੀ ਉਦੋਂ ਜਿਵੇਂ ਗਲਤ ਨਹੀਂ ਆ ਸੈਕਟ ਨਹੀਂ ਯਾਦ ਉਹਦੇ ਗੋਲੀ ਤੁਸੀਂ ਮੌਕੇ ਤੇ ਨਹੀਂ ਸੀਗੇ ਮੈਂ ਮੌਕੇ ਤੇ ਸੀਗਾ ਪਰ ਅਸੀਂ ਦਵਾਦਾਂ ਫਿਰ ਲਾਰਡ ਡਿਪਾਰਟਮੈਂਟ ਚ ਅੰਦਰ ਚਲੇ ਗਏ ਐਵੇਂ ਕਹੀ ਅਸੀਂ ਸ਼ੈਲਟਰ ਲਿਆ ਉਲੀ ਚਲਦੀ ਬਾਹਰ ਤੇ ਤੁਸੀਂ ਚੌਣ ਲੜ ਰਹੀ ਸੀ ਅਸੀਂ ਹਾਂ ਉਹ ਮੈਂ ਚੌਣ ਲੜ ਰਿਹਾ ਸੀ ਤੇ ਇਲੈਕਸ਼ਨ ਵੀ ਉਦੋਂ ਹੋਣਾ ਸੀਗਾ ਔਰ ਬੜੀ ਤਰ੍ਹਾਂ ਦੀਆਂ ਫਵਾਵਾਂ ਵੀ ਆ ਲਾਸਟ ਮੌਕੇ ਤੇ ਉਡਾਣ ਦੀ ਕੋਸ਼ਿਸ਼ ਹੁੰਦੀ ਜਾਂ ਪਲੈਨ ਹੀ ਸੀਗਾ ਕਿ ਇਹ ਮੜ ਦਿੱਤੀ ਜਾਵੇ ਗੋਲੀ ਮੱਖਣ ਗਰੁੱਪ ਤੇ ਤਾਂ ਕਿ ਵੋਟਾਂ ਦੂਸਰੇ ਪਾਸੇ ਪੈ ਜਾਣ ਪਰ ਨਹੀਂ ਲੋਗੇ ਸਦੀ ਨੂੰ ਮਨਨ ਨੂੰ ਸਟੂਡੈਂਟ ਨਹੀਂ ਤਿਆਰ ਸੀ ਉਹ ਰਿਜ਼ਲਟ ਵੀ ਸਾਡਾ ਜਦੋਂ ਆਇਆ ਸਾਡੇ ਹੱਕ ਚ ਆਇਆ ਪਰ ਸਾਡੇ ਦੋਸਤ ਸਾਡਾ ਅੱਜ ਵੀ ਪ੍ਰੇਮੀ ਸਾਡਾ ਤਰਗਾਠੀ ਤੇ ਗੋਲੀ ਲੱਗੀ ਪਰ ਪਰਮਾਤਮਾ ਜਿਹੜੀ ਉਸ ਉਸ ਇਨਸੀਡੈਂਸ ਹੋ ਗਈ ਉਸ ਇਨਸੀਡੈਂਸ ਦੇ ਵਿੱਚ ਜਦੋਂ ਤਰਗਾਠੀਆ ਦੇ ਗੋਲੀ ਚੱਲਦੀ ਹੈ ਡੈਂਪੀ ਵੱਲੋਂ ਗੋਲੀ ਚਲਾਈ ਜਾਂਦੀ ਹੈ ਇੱਕ ਉੱਥੇ ਇੱਕ ਹੋਰ ਗੱਲ ਆਈ ਸੀ ਨਿਕਲ ਕੇ ਕਿ ਬਲਕਾਰ ਜਿਹੜਾ ਤੁਹਾਡਾ ਸਾਥੀ ਸੀ ਹਾਂ 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 ਉਹਨੇ ਡੈਂਪੀ ਦੇ ਗੋਲੀ ਮਾਰੀ ਉਸ ਟਾਈਮ ਆ ਸ਼ਾਇਦ ਮੈਂ ਐਕਸੈਕ ਕਾਉਂਟਰਫਾਇਰ ਦੇ ਵਿੱਚ ਹਾਂ ਮੈਂ ਬਲਕਾਰੀ ਸੀ ਬਲਕਾਰੀ 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 ਸੰਗਰੂਰ ਦਾ ਸੀ ਸਾਡੇ ਹਾਂ ਉਹਦਾ ਵੀ ਬਾਅਦ ਚ ਵਿੱਚ ਸਾਡੇ ਥੋਗੀ ਸੀਗੀ ਹਾਂ ਉਹ ਹਾਂ ਸ਼ਾਇਦ ਉਹਦੇ ਮਨੋਂ ਕਾਉਂਟਰਫਾਇਰ ਕੀਤਾ ਗਿਆ ਸੀ ਹੋਇਆ ਸੀ ਸ਼ਾਇਦ ਬਲੀ ਗੁਲੀ ਉਹ ਚੱਲਦੀ ਹੈ ਯੂਨੀਵਰਸਿਟੀ ਚ ਨਹੀਂ ਮੈਂ ਦੱਸ ਰਿਹਾ ਜੋ ਮੈਨੂੰ ਯਾਦ ਹੈ ਜਨਕਾਰ ਨਹੀਂ ਗੁਰਦਾਸ ਮਰਦ ਦਾ ਸ਼ੋਅ ਨਹੀਂ ਕਾਰ 8283 ਚ ਹੋਇਆ ਦੋ ਵਾਰੀ ਪਰ ਪਹਿਲੀ ਗੁਰ ਜਿਆਦਾ ਜਿਹੜੀ ਮੈਨੂੰ ਸਾਡੇ ਵੇਲੇਾਂ ਚ ਗੋਲੀ ਚੱਲੀ ਉਹ ਗੁਰਦਾਸ ਮਾਨ ਦੇ ਫੰਕਸ਼ਨ ਤੇ ਸੀ ਮੌਕੇ ਤੇ ਮੌਜੂਦ ਸੀ ਉਦੋਂ ਆ ਕਿਹੜੇ ਵੇਲੇ ਜਦੋਂ ਗੁਰਦਾਸ ਮਾਨ ਦੇ ਸ਼ੋਅ ਬੜੇ ਚੱਲਦੇ ਸੀਗਾ ਉੱਥੇ ਸੀਗਾ ਰਾਤ ਦਾ ਪ੍ਰੋਗਰਾਮ ਸੀ ਸਾਡੀ ਪ੍ਰਧਾਨਗੀ ਉਦੋਂ ਤੁਹਾਡੇ ਕੋਲੇ ਸੀ ਹਾਂ ਉਦੋਂ ਮੇਰੇ ਕੋਲ ਸੀਗੀ ਉਦੋਂ ਮੇਰੇ ਕੋਲ ਸੀ ਯਾ ਮੈਂ ਸਮਝਦਾ ਸ਼ਾਇਦ 81 82 ਦੀ ਗੱਲ ਹੋਵੇ ਤਾਂ ਸ਼ਾਇਦ ਮੈਂ ਵਾਈਸ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਲੜਿਆ ਸੀ ਇੱਕ ਨਵੀਂ ਪਾਰਟੀ ਵੱਨੋਂ ਐਨ ਐਸ ਐਫ ਐਮ ਆਈ ਸੀ ਨੈਸ਼ਨਲ ਸਟੂਡੈਂਟ ਫੈਡਰੇਸ਼ਨ ਸਮਥਿੰਗ ਉਹਦੇ ਮਨੋਂ ਲੜਿਆ ਸੀ ਔਰ ਇੱਕ ਸਾਡੀ ਪੂਸਾ ਬਣਾਈ ਸੀ ਜੇ ਪੰਜਾਬ ਯੂਨੀਵਰਸਿਟੀ ਫਰੈਸ਼ਰ ਜਿਹਨਾਂ ਮਨ ਜਿਹੜੇ ਫਰੈਸ਼ ਬੰਦੇ ਆ ਉਹਨਾਂ ਮਨੋਂ ਗੁਰਦਾਸ ਮਾਨ ਦਾ ਪ੍ਰੋਗਰਾਮ ਕਰਾਇਆ ਸੀ ਉਹਦੀ ਗੋਲੀ ਚੱਲੀ ਸੀ ਉਦੋਂ ਮੈਂ ਪ੍ਰੈਜ਼ੀਡੈਂਟ ਨਹੀਂ ਸੀ ਪਰ ਉਸੇ ਮੱਖਣ ਗਰੁੱਪ ਉਦੋਂ ਮੈਂ ਮੱਖਣ ਗਰੁੱਪ ਦੇ ਨਾਲ ਨਹੀਂ ਸੀਗਾ ਮੈਂ ਪੂਸੂ ਨਾਲ ਨਹੀਂ ਸੀ ਮੈਂ ਦੂਸਰੀ ਪਾਰਟੀ ਚੋਂ ਇਲੈਕਸ਼ਨ ਲੜਿਆ ਸੀ ਵਾਈਸ ਪ੍ਰਧਾਨ ਦਾ ਔਰ ਮੈਂ ਇੱਕ ਵੋਟ ਤੇ ਹਾਰ ਗਿਆ ਸੀ ਉਹ ਵੀ ਇਨਸੀਡੈਂਟ ਬੜਾ ਹੋ ਹੈ ਕਿ ਇੱਕ ਵੋਟ ਤੇ ਹਰਾਇਆ ਗਿਆ ਕਿ ਮੈਂ ਹਾਰ ਗਿਆ ਸੀ ਉਹ ਇਹ ਚੀਮਾ ਗਰੁੱਪ ਨੇ ਔਰ ਇੱਕ ਵਾਰੀ ਮੇਰਾ ਅਨਾਉਂਸਮੈਂਟ ਹੋਇਆ ਡਿੰਪੀ ਹਰਿਆਣਾ ਦਾ ਗਰੁੱਪ ਸੀ ਹਾਂ ਡਿੰਪੀ ਹਰਿਆਣਾ ਦਾ ਚੀਮਾ ਗਰੁੱਪ ਅਜੈਬ ਗਰੁੱਪ ਅਨਮੋਲ ਰਤਨ ਵੀ ਉਹਨਾਂ ਦੇ ਗਰੁੱਪ ਸੀਗੇ ਅਨਮੋਲ ਰਤਨ ਸਿੱਧੂ ਸਿੱਧੂ ਕਿਰੇ ਇਹ ਜੀ ਰਹੇ ਆ ਹਾਂ ਹਾਂ ਇਹ ਜੀ ਰਹੇ ਆ ਹਾਲਾਂਕਿ ਉਹ ਸਿਲੈਕਸ਼ਨ ਚ ਉਹਨਾਂ ਨੇ ਬਹੁਤਾ ਇੰਟਰਸਟ ਨਹੀਂ ਲਿਆ ਆਪਦੀ ਪ੍ਰੈਪਰੇਸ਼ਨ ਹੋਰ ਕਰਨ ਲੱਗ ਪਏ ਸੀ ਅੱਛਾ ਇੱਕ ਵੋਟ ਨਾ ਇੱਕ ਵੋਟ ਨਾ ਕਿਵੇਂ ਹਾਰੇ ਸੀ ਤੁਸੀਂ ਉਹ ਮੇਰਾ ਜਸਟ ਮੈਂ ਪਹਿਲਾ ਸਾਲ ਸੀ ਮੈਂ 20 25 ਦਿਨ ਹੋਏ ਸੀ ਮੈਨੂੰ ਯੂਨੀਵਰਸਿਟੀ ਗਿਆਨ ਕਿਉਂਕਿ ਉਸ ਤੋਂ ਪਹਿਲਾਂ ਡੀਏਵੀ ਕਾਲਜ ਮੈਂ ਸੈਕਟਰੀਆ ਸੀ ਸਟੂਡੈਂਟ ਕੋਆਰਡੀਨੇਸ਼ਨ ਕਮੇਟੀ ਬਣੀ ਸੀ ਸਾਰੇ ਕਾਲਜਾਂ ਦੀ ਉਹਦਾ ਵੀ ਮੈਂ ਜਰਨਲ ਸੈਕਟਰੀ ਸੀਗਾ ਉਦੋਂ ਜਿੰਨੀਆਂ ਵੀ ਡਿਮਾਂਡਸ ਐ ਰੀਇਵੈਲਿਊਏਸ਼ਨ ਦੀ ਸਿਸਟਮ ਨੂੰ ਕਰਨ ਵਾਸਤੇ ਹੋਰ ਵੀ ਜਿਹੜੀਆਂ ਸਟੂਡੈਂਟਸ ਨੇ ਸੀ ਡਿਮਾਂਡਸ ਐਜਿਟੇਸ਼ਨ ਕਰਕੇ ਪੂਰੀਆਂ ਕੀਤੀਆਂ ਸੀ ਮੈਂ ਬੜਾ ਪਾਪੂਲਰ ਸੀ ਔਰ ਮੈਨੂੰ ਇਹ ਸੀ ਵੀ ਮੈਂ ਯੂਨੀਵਰਸਿਟੀ ਜਾਵਾਂਗਾ ਜਿਹੜਾ ਸਟੂਡੈਂਟ ਕਾਲਜ ਤੋਂ ਆਇਆ ਹੈ ਉਹ ਵੋਟ ਮੈਨੂੰ ਪਾਊਗਾ ਹੀ ਪਾਊਗਾ ਨੀ ਤਾਂ 20 ਦਿਨਾਂ ਬਾਅਦ ਤੁਸੀਂ ਯੂਨੀਵਰਸਿਟੀ ਚ ਇਲੈਕਸ਼ਨ ਲੜਨਾ ਬੜੀ ਵੱਡੀ ਗੱਲ ਹੁੰਦੀ ਹੈ ਮੈਂ ਇਲੈਕਸ਼ਨ ਲੜਿਆ ਰਿਜ਼ਲਟ ਆ ਰਿਹਾ ਸੀ ਇਹ ਅਲੱਗ-ਅਲੱਗ ਡਿਪਾਰਟਮੈਂਟਾਂ ਦਾ ਇੱਕ ਥਾਂ ਤੇ ਕੰਪਾਈਲ ਹੁੰਦਾ ਹੈ ਪਤਾ ਨਹੀਂ ਗਲਤ ਸਾਨੂੰ ਦੱਸਿਆ ਗਿਆ ਕਿ ਠੀਕ ਰੋਲ ਨਗਾਰੇ ਵੱਜਣ ਲੱਗ ਪਏ ਸਾਡੇ ਹਾਰ ਪੈਣ ਲੱਗ ਪਏ ਫਿਰ 20 25 ਮਿੰਟਾਂ ਬਾਅਦ ਪਤਾ ਲੱਗਿਆ ਕਿ ਇੱਕ ਦਰਵੋੜ ਤੇ ਅਦੀ ਪਾਰਜਿੰਦਰ ਦੀਪਾ ਹਾਰ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਸਟੂਡੈਂਟ ਨਾਲ ਪੰਗੜੇ ਪਾਉਂਦੇ ਹੋਣ ਉਹਨਾਂ ਤੇ ਕੀ ਹੋਊਗਾ ਕਿਵੇਂ ਉਹਨਾਂ ਦੀ ਇਮੋਸ਼ਨਸ ਹਾਰਟ ਹੋਏ ਹੋਣਗੇ ਫਿਰ ਮੈਂ ਕਹਣਾ ਫਿਰ ਸਟੂਡੈਂਟ ਨੂੰ ਜੋ ਗੁੱਸਾ ਆ ਮੈਂ ਮਾਫ ਕਰਨਾ ਉਹਨਾਂ ਦੇ ਨਾਲ ਜੀ ਗਾਂਧੀ ਪਵਨ ਹੈ ਹਨੁੰਦੇ ਵਿੱਚ ਕੁਝ ਸਾਡੇ ਵੱਨੋਂ ਸੀ ਸਟੂਡੈਂਟ ਜਿਨ੍ਹਾਂ ਨੂੰ ਗੁੱਸਾ ਸੀ ਉੱਥੇ ਤੋਰ ਫੋੜ ਹੋ ਗਈ ਅੰਦਰ ਉਸ ਦੇ ਵਿੱਚ ਅੱਗ ਤੱਕ ਲੱਗ ਗਈ ਮੈਂ ਵੀ ਵਿੱਚ ਸੀ ਅੱਗ ਤੱਕ ਵੀ ਲੱਗ ਗਈ ਔਰ ਉੱਥੇ ਜਿਹੜੇ ਸਾਡੇ ਡੀਐਸ ਡਬਲਯੂ ਸੀ ਵੀ ਜੇ ਗੁਪਤਾ ਜਿਹੜੇ ਬਾਅਦ ਚ ਫੌਸਿਲ ਕੇਸ ਦੇ ਵਿੱਚ ਵੀ ਕਾਫੀ ਆਂਦੇ ਰਹੇ ਐ ਉਹਨਾਂ ਨੂੰ ਉੱਥੇ ਬੰਦੀ ਬਣਾ ਲਿਆ ਸਟੂਡੈਂਟਸ ਨੇ ਰਾਈਟ ਫੇਰ ਇਹ ਚੀਮਾ ਗਰੁੱਪ ਜਿਵੇਂ ਫਿਲਮਾਂ ਦੇ ਵਿੱਚ ਜੀਪ ਤੇ ਆਂਦੇ ਆ ਦੋ ਜੀਪਾਂ ਤੇ ਹੁਣ ਕੌਣ ਸੀ ਚੀਮਾ ਨਿਰਮਲ ਸਿੰਘ ਜਿਹੜੇ ਸਾਡੇ ਹਰਿਆਣੇ ਦੇ ਮੰਤਰੀ ਵੀ ਰਹੇ ਐ ਕਾਫੀ ਉਹਨਾਂ ਦੇ ਵਿੱਚ ਤੇਜ਼ ਤਰ੍ਹਾਂ ਲੀਡਰ ਹੁੰਦੇ ਸੀ ਉਹ ਵੀ ਯੂਥ ਕਾਂਗਰਸ ਦੇ ਸੀ ਸ਼ਹਿਰ ਉਹ ਸੀ ਚੀਮਾ ਸੀ ਕੁੰਨ ਕੁੰਨ ਕੌਣ ਅੱਜ ਕੱਲ ਯੂਐਸਏ ਹੈ ਉਹ ਹੋਰ ਵੀ ਉਹਨਾਂ ਦੇ ਸਾਥੀ ਦੋ ਜੀਪਾਂ ਚਾਏ ਜਿਵੇਂ ਉਹ ਪੰਜ ਜੀਪਾਂ ਦੇ ਵਿੱਚ ਆਏ ਔਰ ਸ਼ਰੇਆਮ ਵੀਜੇ ਗੁਪਤਾ ਨੂੰ ਉੱਥੋਂ ਕੱਢ ਕੇ ਲੈ ਕੇ ਗਏ ਥੋੜੇ ਬਚਾ ਕੇ ਬਚਾ ਕੇ ਕਿ ਮੈਨੂੰ ਬਹੁਤ ਉਹਨਾਂ ਨੇ ਉਦੋਂ ਅਟੈਕ ਕੀਤਾ ਬਹੁਤ ਕੁੱਟਿਆ ਕੁੱਟਿਆ ਮੈਨੂੰ ਯਸ ਚੀਮੇ ਨੇ ਚੀਮੇ ਰਿਆਂ ਦੇ ਸਾਥੀਆਂ ਨੇ ਮਾਰਿਆ ਕੁੱਟਿਆ ਮੈਂ ਲਹੂ ਲਵਾਨ ਹੋ ਗਿਆ पर मेन फ्लोरिनिसियो पर तो ओ तो ਤੁਸੀਂ ਮੱਖਣ ਰਹਿਣਾ ਹੁੰਦੇ ਨਹੀਂ ਸੀ ਹਨਾ ਉਦੋਂ ਨਹੀਂ ਸੀ ਮੈਂ ਉਦੋਂ ਮੇਰਾ ਅਲੱਗ ਗਰੁੱਪ ਸੀ ਇਹ ਅਸ਼wini ਸੇਖੜੀ ਇਹ ਮੇਰੇ ਨਾਲ ਹੁੰਦੇ ਸੀ ਅੱਜ ਕੱਲ ਬੀਜੇਪੀ ਚ ਆ ਹੁਣ ਹੀ ਗਏ ਆ ਥੋੜੇ ਦੇ ਨਹੀਂ ਹੋਏ ਹੋਰ ਸਾਥੀ ਸੀਗੇ सनी मान ਸੀ ਉਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਰਿਹਾ ਖੋਸਾ ਸੀਗੇ ਉਹ ਗਰੁੱਪ ਸੀਗਾ ਉਦੋਂ ਰਾਈ ਹੋਰ ਵੀ ਸਾਡੇ ਨਾਲ ਸੀ ਚੀਫ ਜਸਟਿਸ ਵੀ ਰਿਟਾਇਰ ਹੋਏ ਆ ਆਈਐਸ ਰਿਟਾਇਰ ਹੋਏ ਆ ਬੜਾ ਗਰੁੱਪ ਸਟਰੋਂਗ ਸੀ ਹਾਂ ਹਾਂ ਗਰੁੱਪ ਸਟਰੋਂਗ ਸੀ ਅਸੀਂ ਗਰੁੱਪ ਉਹ ਦਾ ਸਟਰੋਂਗ ਨਹੀਂ ਸੀ ਪਰ ਮੇਰੀ ਆਪਣੀ ਮੈਂ ਇੱਕੋ ਹੀ ਸੀਟ ਹੋ ਜਿਹੜੀ ਅਸੀਂ ਚਲੋ ਫਾਈਟ ਕੀਤੀ ਕਿ ਜਿੱਤੇ ਇਹ ਪਰਮਾਤਮਾ ਜਾਣਦਾ ਪਰ ਉਹ ਸੀਟ ਤੇ ਅਸੀਂ ਪੂਰਾ ਲੜੇ ਸੀ ਉਹਨਾਂ ਨੇ ਮੈਨੂੰ ਬਹੁਤ ਲਹੂ ਲੋਹਾਨ ਕੀਤਾ ਪਰ ਮੈਂ ਉਸੇ ਤਰਾਈ ਮੈਂ ਸਟੂਡੈਂਟ ਨਾਲ ਉਵੇਂ ਹੀ ਫਿਰ ਮੈਂ ਕਲਾਸਰੂਮ ਟੂ ਕਲਾਸਰੂਮ ਗਿਆ ਉਸੇ ਵੇਲੇ ਮੈਨੂੰ ਲੱਗਦਾ ਸੀ ਯਾਰ ਸ਼ਾਇਦ ਮੇਰੀ ਰਾਜਨੀਤੀ ਇੱਥੇ ਖਤਮ ਹੋ ਗਈ ਪਰ ਅੱਜ ਮੈਂ ਸੋਚਦਾ ਸੀ ਸ਼ਾਇਦ ਮੇਰੀ ਰਾਜਨੀਤੀ ਉੱਥੋਂ ਸ਼ੁਰੂ ਹੋਈ ਸੀ ਰਾਈਟ ਮੇਰੀ ਲੋਕ ਸਟੂਡੈਂਟ ਨੇ ਦਲੇਰੀ ਵੇਖੀ ਮੈਂ ਰੂਮ ਟੂ ਰੂਮ ਗਿਆ ਸਾਰਾ ਦੱਸਿਆ ਮੇਰੇ ਨਾਲ ਸਿੰਪਥੀ ਹੋਈ ਫਿਰ ਮੈਂ ਅਗਲੇ 50 ਇੱਕ ਸਾਲ ਫਿਰ ਕੰਮ ਕਰਦਾ ਰਿਹਾ ਸਟੂਡੈਂਟ ਦੇ ਵਿੱਚ ਰਿਹਾ ਤੇ ਤੁਸੀਂ ਪੂਸੂ ਚਲੇ ਗਏ ਹਾਂ ਫਿਰ ਮੈਂ ਪੂਸੂ ਚਲਾ ਗਿਆ ਜੁਆਇਨਿੰਗ ਕਿਨੇ ਕਰਾਈ ਪੂਸੂ ਜੁਆਇਨਿੰਗ ਸਟੂਡੈਂਟਸ ਦੀ ਇੱਕ ਗੱਲ ਹੁੰਦੀ ਹੈ ਕਿ ਆਪਾਂ ਹੁਣ ਮੇਨਸਟ੍ਰੀਮ ਵਾਲੀ ਪਾਰਟੀ ਚਲੀਏ ਤੇ ਤਾਂ ਹੀ ਆਪਾਂ ਲੜਾਈ ਇਹਨਾਂ ਨਾਲ ਲੜਨੀ ਹੈ ਜਿਹੜੇ ਸੀਨੀਅਰਾਸੋਂ ਚੀਮੇ ਹਰੇ ਆ ਜਿੰਨਾ ਗੁੱਸਾ ਸੀਗਾ ਚੀਮੇ ਹੋਰਾਂ ਖਿਲਾਫ ਨੂੰ ਮੈਨੂੰ ਗੁੱਸਾ ਗਾਸਾ ਨਹੀਂ ਕਦੀ ਰਿਹਾ ਲਵਲੁਹਾਨ ਕਰਤਾ ਤੁਹਾਨੂੰ ਕੁੱਟਿਆ ਸੀ ਮੇਰਾ ਮਤਲਬ ਮੇਰਾ ਉਸ ਪਾਸੇ ਧਿਆਨ ਹੀ ਨਹੀਂ ਗਿਆ ਕਿ ਮੈਂ ਉਸ ਤਰ੍ਹਾਂ ਦਾ ਕੋਈ ਬਦਲਾ ਲੈਣਾ ਹੈ ਮੈਂ ਬਦਲਾ ਲੈਣਾ ਤਾਂ ਆਪਦੀਆਂ ਵੋਟਾਂ ਨਾਲ ਲੈਣਾ ਹੈ ਜਿੱਤ ਕੇ ਲੈਣਾ ਹੈ ਜੇ ਕੋਈ ਕਹਿੰਨੇ ਥਪੇੜ ਮਾਰਨੀ ਦੂਜੀ ਚਪੇੜ ਮਾਰਨੀ ਹੈ ਸਟੂਡੈਂਟ ਮਾਰਨ ਮੈਂ ਉਹ ਰਸਤਾ ਅਪਣਾਇਆ ਸੀਗਾ ਔਰ ਮਾਰੀਆਂ ਵੀ ਜਿਵੇਂ ਕਹਿੰਦੇ ਆ ਪਿਓ ਪਿਓ ਕੇ ਮਾਰੀਆਂ ਮੈਂ ਪਰ ਜਵਾਨ ਖੂਨ ਹੁੰਦਾਗਾ ਵਾਲੇ ਮਾਰਦਾਗਾ ਨਹੀਂ ਨਹੀਂ ਉਸ ਗੱਲੋਂ ਮੇਰਾ ਆਸ਼ਾਦ ਖੂਨ ਸ਼ਾਂਤ ਰਿਹਾ ਮੈਂ ਉਸ ਪਾਸੇ ਤੁਰੇ ਨਹੀਂ ਮੈਨੂੰ ਹੀ ਪਤਾ ਸੀ ਦੇਖੋ ਮੈਂ ਇਹਨਾਂ ਦਾ ਮੁਕਾਬਲਾ ਤਾਂ ਕਰ ਹੀ ਨਹੀਂ ਸਕਦਾ ਮੈਂ ਵੀ ਚਾਰ ਬੰਦੇ ਨਾਲ ਰੱਖਦਾ ਹਥਿਆਰ ਰੱਖਦਾ ਫਿਰ ਤਾਂ ਮੈਂ ਆਪਦੇ ਆਪ ਨੂੰ ਲੋਕ ਲਕਾ ਕੇ ਰਹਿੰਦਾ ਉਵੇਂ ਨਿਕਲਦਾ ਚਾਰਾਂ ਨੂੰ ਮਾਰਦਾ ਮਿਰਤੇ ਪਰਚਾ ਹੁੰਦਾ ਤਰੀਕਾ ਮੈਂ ਵੀ ਭੁਗਤਦਾ ਫਿਰ ਤਾਂ ਮੈਂ ਉਸ ਕੰਮ 'ਚ ਰਹਿ ਜਾਂਦਾ ਮੈਂ ਕੰਮ ਨਹੀਂ ਕਰ ਸਕਦਾ ਮੈਥੋਂ ਦੋ ਪਾਸੇ ਹੋ ਜਾਂਦਾ ਸੀ ਆਪਦੇ ਕਮਰੇ 'ਚ ਨਾ ਸੌਂਦਾ ਕਿਸੇ ਹੋਰ ਕਮਰੇ 'ਚ ਸੋ ਜਾਂਦਾ ਇਹ ਜਦੋਂ ਮੈਂ ਹੋ ਜਾਂਦਾ ਸੀ ਉਦੋਂ ਡਰਦਾ ਹੁੰਦਾ ਸੀ ਪਰ ਮੈਂ ਆਪਦਾ ਰਿਆ ਤੇਰਾ ਮੈਂ ਸਾਰਾ ਸਾਲ ਕੰਮ ਕਰਦਾ ਰਿਆ ਔਰ ਇੰਨਾ ਫਿਰ ਹੋ ਗਿਆ ਕਿ ਅਗਲੀ ਵਾਰੀ ਮੈਂ 80 85% ਵੋਟਾਂ ਲੈ ਕੇ ਪ੍ਰਧਾਨ ਬਣਿਆ 82 ਚ 82 ਚ ਅ ਜੁਆਇਨਿੰਗ ਕਿਨੇ ਕਰੀ ਸੀ ਪੁੱਛ ਮੱਖਣ ਹੋਰ ਨਾਲ ਮੁਲਾਕਾਤ ਤਾਂ ਹੁੰਦੀਆਂ ਹੀ ਹੋਣਗੀਆਂ ਕਿਉਂਕਿ ਮੱਖਣ ਰਿਐਕਟਿਵ ਸੀਗੀ ਉਦੋਂ ਪੋਲਿਟਿਕਸ ਚ ਆਪ ਜੁਆਇਨਿੰਗ ਚ ਜ਼ਿਆਦਾ ਨਾ ਸਾਡਾ ਜਿਹੜੀਆਂ ਕਾਮਨ ਫਰਮੀਆਂ ਗਰਲਸ ਦੇ ਵਿੱਚ ਬੜੀ ਜ਼ਿਆਦਾ ਉਹ ਸੀ ਹੈ ਨਾ ਉਹ ਪਰਮਿੰਦਰ ਸਿੱਧੂ ਇੱਕ ਲੜਕੀ ਸੀ ਮੈਂ ਮੈ ਸਮਝਦਾ ਉਹ ਪੁਸਕੂਦੀ ਸੀ ਉਹਨਾਂ ਨੇ ਜਾਂ ਹੋਰ ਲੜਕੀਆਂ ਨੇ ਜਾਂ ਹੋਰ ਲੜਕਿਆਂ ਨੇ ਵੀ ਜੇ ਇਲੈਕਸ਼ਨ ਲੜਾਣਾ ਤਾਂ ਦੀਪੇ ਨੂੰ ਲੜਾਈਏ ਨਾ ਮੱਖਣਵਰਾਂ ਨੂੰ ਮੱਖਣੇਰਿਆਂ ਨੂੰ ਕਿਹਾ ਫਿਰ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਤੇ ਫਿਰ ਮੈਂ ਜੁਆਇਨ ਕਰਕੇ ਮੈਨੂੰ ਉਹਨਾਂ ਨੇ ਕੈਂਡੀਡੇਟ ਬਈ ਮੀਟਿੰਗ ਕਿੱਥੇ ਹੋਈ ਸੀ ਮੱਖਣਾਂ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਆ ਰਹੀ ਹੋਊਂਗੇ ਸਟੂਡੈਂਟ ਸੈਂਟਰ ਮਿਲੇ ਹੋਵਾਂਗੇ ਜਾਂ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਇਹ ਹਾਂ ਸਟੂਡੈਂਟ ਸੈਂਟਰ ਮਿਲੇ ਹੋਵਾਂਗੇ ਸੋ ਉਦੋਂ ਫਿਰ ਅਸੀਂ ਸਾਰੀ ਟੀਮ ਬਣਾਈ ਅ ਮੈਂ ਪ੍ਰੈਜ਼ੀਡੈਂਟ ਲੜਿਆ ਹਾਲਾਂਕਿ ਤਰਗਾਠੀਆ ਸਾਨੂੰ ਤੀਜਾ ਚੌਥਾ ਕੈਂਡੀਡੇਟ ਸੀ ਸੈਕਟਰੀ ਦਾ ਦੋ ਤਿੰਨ ਅਸੀਂ ਕੈਂਡੀਡੇਟ ਹੋਰ ਪਹਿਲਾਂ ਦੋ ਦੋ ਤਿੰਨ ਦਿਨ ਕੈਂਪੇਨ ਕੀਤੀ ਡਰਾ ਲੈਂਦੇ ਸੀ ਚੀਮਾ ਗਰੁੱਪ ਉਹਨਾਂ ਨੂੰ ਉਹ ਵਿਡਰਾ ਕਰ ਜਾਂਦਾ ਸੀ ਯਾਦ ਆ ਦੋ ਤਿੰਨ ਕੈਂਡੀਡੇਟ ਸੀ ਸਾਡੇ ਫਿਰ ਡਰਦਾ ਹੀ ਡਰਦਾ ਹੀ ਛੱਡ ਗਿਆ ਚੀਮੇ ਰਿਆਂ ਤੋਂ ਡਰਦਾ ਹੀ ਕੈਂਡੀਡੇਟ ਛੱਡ ਜਾਂਦਾ ਸੀ ਇੱਕ ਹੁਸ਼ਿਆਰਪੁਰ ਦਾ ਲੜਕਾ ਸੀ ਇੱਕ ਹੋਰ ਸੀਗਾ ਦੋਵੇਂ ਲੜਕੇ ਵਿੱਚ ਹੀ ਛੱਡ ਗਏ ਸੈਕਟਰੀ ਫੇਰ ਤਰਗਾਠੀਆ ਲੜਿਆ ਹਾਲਾਂਕਿ ਤਰਗਾਠੀਆਂ ਨੇ ਵੀ ਮੈਂ ਸਮਝਦਾ ਇਹ ਸਾਡੀ ਪੋਲਿਟਿਕਸ ਪਿੱਛੇ ਜਾ ਇਲੈਕਸ਼ਨ ਪਿੱਛੇ ਸ਼ਾਇਦ ਵੱਡਾ ਨੁਕਸਾਨ ਹੋਇਆ ਹੋਵੇ ਇਹ ਸ਼ਾਇਦ ਹੋ ਨਹੀਂ ਗੋਲੀ ਦੇ ਨਾਲ ਨਾਲ ਉਹ ਆਈਐਸ ਬਨਣ ਵਾਲਾ ਸਟੱਫ ਸੀਗਾ ਮਤਲਬ ਉਹ ਉਹ ਉਹਦੇ ਫਾਦਰ ਵੀ ਆਈਐਸ ਸੀ ਉਹਦੀ ਸਿਸਟਰ ਵੀ ਆਈਆਰਐਸ ਹੋ ਗਈ ਸੀ ਉਹ ਵੀ ਬਨ ਜਾਂਦਾ ਜੇ ਉਹ ਸਾਡੀ ਪੋਲਿਟਿਕਸ ਸਾਡੇ ਨਾਲ ਨਾ ਖੜਦਾ ਅੱਜ ਕੱਲ੍ਹ ਤੁਹਾਡੇ ਦਾ ਪੱਕਾ ਸੀ ਅੱਜ ਗੱਲ ਕਿੱਥੇ ਨੇ ਰਿਗਾਰਡੀਆਂ ਸਾਹਿਬ ਆਪਣਾ ਇੰਜੋਏ ਕਰ ਰਹੇ ਆਪਣੀ ਲਾਈਫ ਰਿਟਾਇਰਮੈਂਟ ਹੋ ਨਦੀ ਹੋਈ ਹੈ ਬੜੇ ਅੱਛੇ ਲੈਵਲ ਸਟੇਟ ਬੈਂਕ ਆਫ ਇੰਡੀਆ ਚ ਬੜਾ ਅੱਛੇ ਵੱਡੇ ਅਹੁਦੇ ਤੋਂ ਹੋਇਆ ਔਰ ਉੱਥੇ ਵੀ ਉਹਨਾਂ ਨੇ ਲੀਡਰੀ ਕੀਤੀ ਹੈ ਉੱਥੇ ਵੀ ਆਫੀਸਰਸ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਹੈ ਪੰਜਾਬ ਦੇ ਔਰ ਹੁਣ ਆਪਣਾ ਬੜਾ ਵਧੀਆ ਲਾਈਫ ਲੀਡ ਕਰ ਰਹੇ ਹੈ ਗਾਣੇ ਗਾਣੇ ਦਾ ਸ਼ੌਂਕ ਹੈ ਉਹਨਾਂ ਨੂੰ ਖਾਣਾ ਮਨਾਉਣ ਦਾ ਸ਼ੌਂਕ ਹੈ ਔਰ ਸੋਸ਼ਲ ਮੀਡੀਆ ਤੇ ਬੜੇ ਐਕਟਿਵ ਹੈ ਸਾਈਕਲਿੰਗ ਬੜੀ ਅੱਛੀ ਕਰਦੇ ਬੜੀ ਸਿਹਤ ਆਪਣੀ ਤੰਦਰੁਸਤੀ ਕੀਤੀ ਹੈ ਬਹੁਤ ਸੁਣੇ ਵਧੀਆ ਇੰਜੋਏ ਕਰ ਇਸ ਸਾਰੀ ਜਦੋਂ ਤੁਸੀਂ ਪਹਿਲੀ ਚੋਣ ਲੜ ਰਹੇ ਹੁੰਨੇ ਹੋ ਹਨ ਉਸੂ ਵੱਲੋਂ ਉੱਥੇ ਡੈਂਪੀ ਦੀ ਐਂਟਰੀ ਕਦੋਂ ਹੁੰਦੀ ਹੈ ਡੈਂਪੀ ਦੀ ਐਂਟਰੀ ਕਿਵੇਂ ਹੁੰਦੀ ਹੈ ਡੈਂਪੀ ਉਸ ਇਲੈਕਸ਼ਨ ਚ ਐਂਟਰੀ ਹੁੰਦੀ ਹੈ 82 ਵੇਲੇ 82 ਦੇ ਜਦੋਂ ਇਲੈਕਸ਼ਨ ਦੇ ਦਿਨ ਆਉਂਦੇ ਆ ਫਿਰ ਆਪਦੇ ਆਪ ਦੇ ਬੰਦੇ ਬਾਹਰ ਉਹ ਬੁਲਾ ਲੈਂਦੇ ਆ ਦੋਵੇਂ ਪਾਰਟੀਆਂ ਮੱਖਣ ਦੇ ਵੀ ਬੰਦੇ ਆ ਜਾਂਦੇ ਸੀ ਬਲਕਾਰੀ ਅਰੇ ਤੇ ਦੂਜੇ ਪਾਸੇੋਂ ਚੀਮੇਰਿਆਂ ਦੇ ਵੀ ਬੰਦੇ ਆ ਜਾਂਦੇ ਡੈਂਪੀ ਤੇ ਪਾਉ ਪਾਉ ਤੇ ਡੈਂਪੀ ਮੇਨ ਮਲੇ ਪਾਉ ਦਾ ਵੱਡਾ ਨਾਂ ਹੁੰਦਾ ਸੀ ਸੰਮੇਰਿਆਂ ਤੋਂ ਵੀ ਸੰਦੀਪ ਪਾਉ ਦਾ ਵੀ ਉਹ ਆਇਆ ਬਠਿੰਡੇ ਤੋਂ ਨਾ ਡਿੰਪੀ ਦਾ ਤਾਂ ਬੜਾ ਜਿਵੇਂ ਪਹਿਲੀ ਵਾਰੀ ਕੋਈ ਨਾਂ ਲਾਇਆ ਹੁੰਦਾ ਨਾ ਇਸ ਤਰ੍ਹਾਂ ਨਾਂ ਸੀਗਾ ਡਿੰਪੀ ਦਾ ਉਹਦਾ ਨਾਂ ਨਹੀਂ ਸੀ ਪਹਿਲੀ ਵਾਰ ਵਾਲਾ ਇਨਸੀਡੈਂਟ ਉਦਹੀਂ ਡਿੰਪੀ ਦੇ ਹੱਥੋਂ ਹੋਇਆ ਹੋਣਾ ਮੈਂ ਸਮਝਦਾ ਜਦੋਂ ਰਗਾਠੀਆ ਦੇ ਕੋਲ ਰਗਾਠੀਆ ਤੇ ਜਦੋਂ ਗੋਲੀ ਵਜੀ ਹੈ ਤੇ ਉਹ ਇਲੈਕਸ਼ਨਾਂ ਚ ਫਿਰ ਜਦੋਂ ਆਏ ਆ ਉਹ ਫਿਰ ਇੱਕ ਦੂਜੇ ਤੇ ਨਜ਼ਰ ਵੀ ਰੱਖਦੇ ਸੀ ਇੱਕ ਵਾਰੀ ਮੈਂ ਦੱਸ ਚਾਰ ਨੰਬਰ ਹੋਸਟਲ ਚ ਅਸੀਂ ਮੈਂ ਮੱਖਣ ਸਿੰਘ ਅਸੀਂ ਕੈਂਪੇਨ ਕਰਕੇ ਆ ਰਹੇ ਸੀ ਰਾਤ ਨੂੰ ਇੱਕ ਐਮਬੈਸਡਰ ਕਾਰ ਖੜੀ ਹੈ ਔਰ ਉਹਦੇ ਵਿੱਚ ਕੁਝ ਬੰਦੇ ਬੈਠੇ ਔਰ ਇਕ ਨਾਲੀ ਵਾਲੀ ਬੰਦੂਕ ਸੀ ਕਿਹੜੀ ਸੀ ਉਹ ਬਾਹਰ ਹੈ ਤੇ ਅਸੀਂ ਕੋਲੋਂ ਨਿਕਲ ਰਹੇ ਆ ਲੋਕ ਜੀ ਥ੍ਰੈਟਨਿੰਗ ਹੁੰਦੀ ਸੀਗੀ ਕੌਣ ਬੈਠਾ ਸੀ ਮੈਂ ਸੰਦੀਪ ਪਾਉ ਸੀਗਾ ਸੰਦੀਪ ਪਾਉ ਸੀਗਾ ਸੰਦੀਪ ਪਾਉ ਸੀ ਪਤਾ ਲੱਗਿਆ ਕਿ ਸੰਦੀਪ ਪਾਉ ਰੇ ਆ ਪਰ ਪਤਾ ਨਹੀਂ ਵਾਹਿਗੁਰੂ ਵੱਨੋ ਕਿਉਂ ਇੰਨੀ ਤਸੱਲੀ ਸੀ ਡਰ ਡਰ ਨਹੀਂ ਸੀਗਾ ਪਤਾ ਨਹੀਂ ਕਿਉਂ ਨਹੀਂ ਡਰੇ ਪਿੱਛੇ ਮੁੜ ਕੇ ਵੇਖਦੇ ਆ ਤਾਂ ਹੁਣ ਤਾਂ ਸ਼ਾਇਦ ਥੋੜਾ ਜਿਹਾ ਡਰ ਲੱਗਦਾ ਹੈ ਉਹਦੋਂ ਜੀ ਰੋਦੋਂ ਸ਼ਰਾਫਤ ਨਾਲ ਹੀ ਤੁਰੇ ਰਹੇ ਆ ਉਹ ਬੜੀ ਵੱਡੀ ਤਾਕਤ ਰਹੀ ਹੈ ਜਿਹੜਾ ਹੁਣ ਤੱਕ ਪਰ ਅੱਛਾ ਜਦੋਂ ਬਲਕਾਰੀ ਗੋਲੀ ਮਾਰਦਾ ਟੈਂਪੀ ਦੇ ਵੀ ਗੋਲੀ ਲੱਗਦੀ ਐ ਉਹਨੂੰ ਚੀਮਾ ਚੱਕ ਕੇ ਲੈ ਜਾਂਦਾ ਉੱਥੋਂ ਚੀਮਾ ਪ੍ਰਮੇਂਦਰ ਚੀਮਾ ਉੱਥੋਂ ਲੈ ਕੇ ਜਾਂਦਾ ਜਿੰਨਾ ਤੱਕ ਮੈਨੂੰ ਪਤਾ ਹੈ ਕਿਨੂੰ ਉਹਨੂੰ ਟੈਂਪੀ ਨੂੰ ਓਕੇ ਤੁਸੀਂ ਵੀ ਫਿਰ ਮਤਲਬ ਐਡਮਿਟ ਕਰਵਾਇਆ ਹੋਗਾ ਤਰਗਾਠੀਆਂ ਨੂੰ ਹਾਂ ਤਰਗਾਠੀਆਂ ਨੂੰ ਨਹੀਂ ਮੈਂ ਨਹੀਂ ਐਡਮਿਟ ਕਰਾਇਆ ਸਾਡੇ ਹੀ ਕੋਈ ਸਾਥੀ ਸੀ ਉਹਦੀ ਸਿਸਟਰ ਵੀ ਉੱਥੇ ਸੀਗੀ ਹਾਲਾਂਕਿ ਸਾਨੂੰ ਕੋਈ ਸਾਥੀ ਤਾਂ ਉਹਨੂੰ ਐਡਮਿਟ ਕਰਾਣ ਚਲੇ ਗਏ ਪੀਜੀਆਈ ਸਾਹਮਣੇ ਸੀਗਾ ਪੀਜੀਆਈ ਚਲੇ ਗਏ ਉਹ ਚੱਸੀ ਫਿਰ ਅਸੀਂ ਸੰਭਾਲ ਲਿਆ ਕੰਮ ਸਾਨੂੰ ਕਿਹਾ ਤੁਸੀਂ ਇੱਥੇ ਰੋ ਤੁਸੀਂ ਸੰਭਾਲੋ ਤੁਸੀਂ ਡਿਪਾਰਟਮੈਂਟਾਂ ਚ ਜਾਓ ਇਹ ਗਲਤ ਗੱਲ ਫਲਾ ਰਹੇ ਐ ਫਿਰ ਅਸੀਂ ਜਿੰਨਾ ਕੋ ਹੋ ਸਕਿਆ ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਡਿਪਾਰਟਮੈਂਟਾਂ ਚ ਗੱਲ ਪਰ ਗੋਲੀਆਂ ਦੋਵੇਂ ਪਾਸਿਓਂ ਚੱਲੀਆਂ ਪਹਿਲਾਂ ਡੈਂਪੀ ਨੇ ਚਲਾਈ ਫਿਰ ਬਲਕਾਰੀ ਨੇ ਕਾਉਂਟਰਫਾਇਰ ਬਲਕਾਰੀ ਵਾਲਾ ਨਾ ਐਗਜ਼ੈਕਟ ਨਹੀਂ ਆ ਰਿਹਾ ਖਿਆਲ ਤੁਸੀਂ ਯਾਦ ਨਹੀਂ ਆ ਰਿਹਾ ਇਹ ਮੈਨੂੰ ਦੋਨੋਂ ਕਈ ਸਾਲ ਹੋ ਗਏ ਨਾ ਫਿਰ ਮੈਨੂੰ ਕਨਫਰਮ ਕਰਨਾ ਪੈਣਾ ਐ ਐਗਜ਼ੈਕਟ ਯਾਦ ਨਹੀਂ ਆ ਰਿਹਾ ਤੁਸੀਂ ਕਨਫਰਮ ਕੀਤਾ ਹੋਣਾ ਤਾਂ ਠੀਕ ਹੀ ਹੋਣੀ ਐ ਗੱਲ ਪਰ ਕਿਉਂਕਿ ਉਸ ਤੋਂ ਬਾਅਦ ਜਸਕਰਨ ਨੂੰ ਪੁਲ ਜਸ ਕਰਨ ਬਰਾੜ ਨੂੰ ਜਸ ਕਰਨ ਬਰਾੜ ਨੂੰ ਜਿਹੜੇ ਅੱਜ ਕੱਲ ਇਹ ਇੰਦੇ ਹਾਥੀ ਆ ਗਿਆ ਪੁਲਿਸ ਜਸਪਾਲ ਸਿੰਘ ਸੀਗਾ ਐਸ ਐਚ ਓ ਸੈਕਟਰ 11 ਦਾ ਉਹ ਇਹਨੂੰ ਉਹਨਾਂ ਨੇ ਟੌਰਚਰ ਵੀ ਕੀਤਾ ਗੱਲ ਹੁੰਦੀ ਅੱਜ ਕੱਲ ਜਸ ਕਰਨ ਬਰਾੜ ਨਾਲ ਹਾਂ ਮਿਲਦੇ ਰਹਿੰਨੇ ਆਸੀਂ ਜੋ ਦੋਸਤਾਂ ਦੋਸਤ ਅਸੀਂ ਮਿਲਦੇ ਆ ਅਸੀਂ ਮਿਲਦੇ ਆ ਵਧੀਆ ਓਵੇਂ ਸਾਡਾ ਸਾਡਾ ਪੁਰਾਣਾ ਪੂਸੂ ਦਾ ਸਾਡੇ ਜਿਹੜੇ ਵੀ ਸਾਥੀ ਆ ਸਾਰੇ ਅੱਜ ਵੀ ਅਸੀਂ ਮਿਲਦੇ ਆ ਜਿੰਨੇ ਕੁ ਰਹਿ ਗਏ ਆ ਮਿਲਦੇ ਆ ਬਹੁਤ ਵਧੀਆ ਸਾਡੀਆਂ ਓਵੇਂ ਯਾਦਾਂ ਓਵੇਂ ਪਿਆਰ ਹੈ ਸਾਡਾ ਤੇ ਲੋਅਰ ਚਾਰਲ ਹੋਰਾਂ ਦੀ ਵੀ ਕਟਮਾਰ ਕੀਤੀ ਸੀ ਤੁਹਾਡੇ ਗਰੁੱਪ ਨੇ ਨੋ ਨੋ ਦਲਾਵਰ ਚਾਹਤਾ ਪੀਐਸਯੂ ਪੀਐਸਯੂ ਤੇ ਪਹਿਲਾਂ ਮਤਲਬ ਨਹੀਂ ਦਲਾਵਰ ਕੈਮੀਕਲ ਡਿਪਾਰਟਮੈਂਟ ਦੀਆਂ ਵੋਟਾਂ ਕੈਮੀਕਲ ਡਿਪਾਰਟਮੈਂਟ ਦਾ ਕੈਮੀਕਲ ਡਿਪਾਰਟਮੈਂਟ ਦੀਆਂ ਵੋਟਾਂ ਲੈਣ ਵਾਸਤੇ ਮੱਖਣ ਹੋਰਾਂ ਨੇ ਕਟਮਾਰ ਕੀਤੀ ਸੀ ਦਲਾਵਰ ਚਾਹਲ ਦੀ ਪੀਐਸਯੂ ਤੇ ਪ੍ਰੈਸ਼ਰ ਬਣਾਇਆ ਸੀ ਇਹ ਗੱਲ ਹੋਈ ਚਾਹਲ ਦਾ ਤੁਸੀਂ ਜੇ ਪਤਾ ਕਰੋਗੇ ਨਾ ਉਹ ਬੜਾ ਕਿਉਂਕਿ ਕੈਮੀਕਲ ਡਿਪਾਰਟਮੈਂਟ ਦੇ ਵਿੱਚ ਬੜੇ ਨਾ ਪਲੱਸ 2 ਤੋਂ ਬਾਅਦ ਸਟੂਡੈਂਟ ਆਉਂਦੇ ਸੀ ਬੜੇ ਛੋਟੇ-ਛੋਟੇ ਜਿਵੇਂ ਕਹਿੰਦੇ ਆ ਨਾ ਇਹ ਦਲਾਵਰ ਚਾਲ ਪਤਾ ਨਹੀਂ ਕਿਵੇਂ ਉਹਨੂੰ ਐਡਮਿਸ਼ਨ ਉੱਥੇ ਮਿਲ ਗਈ ਆਈ ਡੋਨਟ ਨੋ ਬਲੱ ਅੱچھے ਨੰਬਰ ਹੋਣਗੇ ਕਿਉਂਕਿ ਕੰਪੀਟੀਟਿਵ ਹੁੰਦਾ ਸੀ ਪਰ ਇਹ ਸਾਰਿਆਂ ਨੂੰ ਬੜਾ ਡਰਾ ਕੇ ਰੱਖਦਾ ਸੀ ਮਲੇਂਦੇ ਤੋਂ ਡਰਦੇ ਸੀ ਦਲਾਵਰ ਤੋਂ ਪਸੰਦ ਨਹੀਂ ਕਰਦੇ ਸੀ ਪਰ ਡਰਦੇ ਸੀ ਤੋ ਹੋ ਸਕਦਾ ਹੈ ਉਹਦੇ ਚ ਕਰਤਾ ਮੱਖਣ ਦਾ ਵੀ ਸੀ ਹਾਂ ਮੱਖਣ ਦਾ ਵੀ ਸੀ ਪਰ ਮੱਖਣ ਡਿਪਾਰਟਮੈਂਟ ਨਹੀਂ ਸੀ ਹੁਣ ਜਿਹੜੇ ਹੋਸਟਲ 3 ਨੰਬਰ ਹੋਸਟਲ ਚ ਰਹਿੰਦੇ ਸੀ ਦਲਾਵਰ ਵੀ ਉੱਥੇ ਰਹਿੰਦਾ ਸੀ ਜੋ ਮੈਂ ਮੈਨੂੰ ਯਾਦ 2 ਜਾਂ 3 ਚ ਰਹਿੰਦੇ ਸੀ ਰੋਥੀ ਕੈਮੀਕਲ ਦੇ ਸਟੂਡੈਂਟ ਰਹਿੰਦੇ ਸੀ ਉੱਥੇ ਅਗਲੇ ਨੇ ਰਹਿਣਾ ਰੈਗਿੰਗ ਉਹਨੇ ਕਰਨੀ ਇੰਨਾ ਡਰ ਬਿਠਾਤਾ ਸੀ ਮਤਲਬ ਮੱਖਣ ਉਹਨਾਂ ਦੇ ਗਰੁੱਪ ਰੈਗਿੰਗ ਕਰਨ ਵਾਲਿਆਂ ਤਾਂ ਨਹੀਂ ਸੀ ਨਾ ਉਹ ਰੈਗਿੰਗ ਕਰਦਾ ਸੀ ਫਰਸਟイヤー ਵਾਲਿਆਂ ਦੀ ਕੀਤੀ ਸੈਕੰਡイヤー ਵਾਲਿਆਂ ਦੀ ਕੀਤੀ ਉਹਦਾ ਬੜਾ ਡਰ ਸੀਗਾ ਸੋ ਉਹ ਡਰ ਕਰਕੇ ਉਹ ਸ਼ਾਇਦ ਉਹਦਾ ਮੱਖਣ ਨੇ ਕਿਸੇ ਵੇਲੇ ਉਹਦਾ ਡਰ ਦੂਰ ਕੀਤਾ ਹੋਵੇ ਉਹ ਮੈਨੂੰ ਨਹੀਂ ਪਤਾ ਉਹਨੂੰ ਕੁੱਟਿਆ ਮਾਰਿਆ ਸੀ ਪਰ ਉਹ ਬੜੀ ਬਦਮਾਸ਼ੀ ਕਰਦਾ ਰਿਹਾ ਮੇਰੇ ਤੇ ਵੀ ਉਹਨੇ ਕਾਫੀ ਕੋਸ਼ਿਸ਼ ਕੀਤੀ ਇੱਕ ਅੱਧੀ ਵਾਰੀ ਅਟੈਕ ਕਰਨ ਦੀ ਦਲਾਵਰ ਨੇ ਦਲਾਵਰ ਨੇ ਹਾਂ ਤੁਹਾਡੇ ਤੇ ਅਟੈਂਪਟ ਹੋਇਆ ਹਾਂ ਮੇਰੇ ਵੀ ਉਹਨੇ ਕੀਤਾ ਕਦੋਂ ਸ਼ਾਇਦ 84 ਦੀ ਗੱਲ ਹੈ 83 ਤੋਂ ਬਾਅਦ 84 ਦੀ ਮੈਂ ਹੋਸਟਲ ਸੀਗਾ ਫੋਰਥ ਤਾਂ ਇਲੈਕਸ਼ਨ ਹੀ ਨਹੀਂ ਹੋਏ ਹਾਂ ਇਲੈਕਸ਼ਨ ਨਹੀਂ ਹੋਏ ਇਲੈਕਸ਼ਨ ਤੋਂ ਬਾਅਦ ਮੈਂ ਉੱਥੇ ਰਹਿ ਰਿਹਾ ਸੀ 85 ਮੈਂ ਲੋਕ ਕਰ ਰਿਹਾ ਸੀ 86 ਤੱਕ ਮੈਂ ਰਿਹਾ ਉੱਥੇ ਹੋਸਟਲ ਚ ਉਹਨਾਂ ਦਿਨਾਂ ਦੀ ਗੱਲ ਹੋ ਸਕਦੀ ਹੈ ਉਹਦੋਂ ਰਾਤ ਨੂੰ ਮੇਰੇ ਕਮਰੇ ਚ ਆ ਕੇ ਨੇ ਬਾਹਰ ਆ ਕੇ ਰੋਲਾ ਰਪਾਇਆ ਹਾਂ ਉਦੋਂ ਐਂਦਾ ਸੀ ਸ਼ਾਇਦ ਮੈਂ ਖੋਲ ਦਿੰਦਾ ਤਾਂ ਸ਼ਾਇਦ ਮੇਰੇ ਤੇ ਹੱਥ ਉੱਤੇ ਚੱਕਦੇ ਸਾਡਾ ਲੜਾਈ ਝਗੜਾ ਹੁੰਦਾ ਪਰ ਮੈਂ ਰੂਮ ਨਹੀਂ ਖੋਲਿਆ ਤਾਂ ਚਲੋ ਉਸ ਤਰ੍ਹਾਂ ਦੀ ਬਚਤ ਹੋ ਇੱਕ ਤੁਹਾਡੇ ਗਰੁੱਪ ਦੇ ਨਾਂ ਲੱਗਦਾ ਹੈ ਖਾਸ ਕਰ ਮੱਖਣ ਹੋਰਾਂ ਤੇ ਜਿਹੜਾ ਕਿ ਅਨਿਜਸਵੰਤ ਸਿੰਘ ਦਾ ਕਤਲ ਹੋਇਆ ਸੀਗਾ ਹੂੰ ਹੂੰ ਜਿਹਨਾਂ ਨੇ ਗੋਲੀ ਚਲਾਈ ਸੀਗੀ ਅਰਦਾਸਮਾਨ ਦੇ ਪ੍ਰੋਗਰਾਮ ਵੇਲੇ ਜਿਹੜੀ ਗੋਲੀ ਮੱਖਣ ਦੇ ਪੱਟ ਚ ਲੱਗਦੀ ਹੈ ਹੂੰ ਹੂੰ ਜਦੋਂ ਉਹਦਾ ਕਤਲ ਹੁੰਦਾ ਫੇਸ 4 ਚ ਆਈ ਥਿੰਕ ਆ ਮੋਹੱਲੇ ਚ ਹੁੰਦਾ ਉਹ ਹੜੀ ਫੇਸ 4 ਉਹ ਨਾਂ ਲੱਗਦਾ ਹੈ ਹੂੰ ਹੂੰ ਮੱਖਣ ਹੋਰਾਂ ਦੇ ਹੋ ਸਕਦਾ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਨੋ ਡਾਊਟ ਮੱਖਣ ਗਰੁੱਪ ਦੇ ਵਿੱਚ ਸੀਗਾ ਪਰ ਮੈਂ ਸਾਰੇ ਜਿਹੜੀ ਬਦਮਾਸ਼ੀ ਵਾਲਾ ਕੰਮ ਸੀ ਜਾਂ ਉਹਨਾਂ ਤੋਂ ਮੈਂ ਕਾਫੀ ਦੂਰ ਸੀਗਾ ਹੂੰ ਮਤਲਬ ਮੇਰੇ ਨਾਲ ਤਾਂ ਸੀਗੇ ਤੁਸੀਂ ਉਹਨਾਂ ਨਾਲ ਨਹੀਂ ਮੈਂ ਗਰੁੱਪ ਸੀ ਪੂਸੂ ਦਾ ਸੀ ਮੈਂ ਐਕਟਿਵ ਸੀ ਮੈਂ ਪ੍ਰੈਜ਼ੀਡੈਂਟ ਸੀ ਮੈਂ ਉਸ ਪਾਰਟੀ ਚਵਨੋ ਪ੍ਰੈਜ਼ੀਡੈਂਟ ਬਣਿਆ ਸੀ ਮੈਂ ਦੋਵੇਂ ਇਲੈਕਸ਼ਨ ਉੱਥੋਂ ਲੜਿਆ ਉਸ ਤੋਂ ਬਾਅਦ ਵੀ ਖੜਾ ਰਿਹਾ ਅੱਜ ਵੀ ਖੜਾ ਪੂਸੂ ਨਾਲ ਮੇਰੀ ਅੱਜ ਵੀ ਸਿੰਪਥੀ ਹੈ ਜੇ ਤੂੰ ਬੰਦਾ ਆਇਆ ਹੋਵੇ ਮੈਂ ਉਹਵੇਂ ਨਹੀਂ ਭੱਜਨ ਮੇਰੀ ਤਾਂ ਬੜੀ ਕੋਸ਼ਿਸ਼ ਇਹਨਾਂ ਨੇ ਕੀਤੀ ਐਨਐਸਯੂਏ ਚ ਆਜੋ ਹੋਰ ਆਜੋ ਮੇਰਾ ਸਟੈਂਡ ਸੀ ਮੈਂ ਖੜਾ ਰਿਹਾ ਪਾਰਟੀ ਨਾਲ ਹੁਣ ਕਹ ਐਨਐਸਯੂਏ ਚ ਕੌਣ ਕਹਿ ਰਿਆ ਸੀ ਆਜੋ ਚੀਮੇ ਹੋਰੀ ਹਾਂ ਉਦੋਂ ਚੀਮੇ ਰੇੜਾ 83 ਵਾਲਾ ਇਲੈਕਸ਼ਨ ਹੈ ਉਹ ਤਾਂ ਪੂਰੀ ਕੋਸ਼ ਕਦ ਮੀਟਿੰਗਾਂ ਹੋਈਆਂ ਸਾਡੀਆਂ ਗਿੰਜ਼ਾ ਤੰਦੂਰ ਰੈਸਟੋਰੈਂਟਸ ਜਦੀ ਪਿੱਤੂ ਆ ਜਾ ਕੀ ਚਾਹੀਦਾ ਦੱਸ ਆਪਾਂ ਕੀ ਲੈਣਾ ਹਰਿਆਣੇ ਵਾਲਿਆਂ ਤੋਂ ਹਾਂ ਉਹ ਹਰਿਆਣੇ ਦਾ ਪਾਉ ਹੈਗਾ ਆਪਾਂ ਇੱਧਰ ਪੰਜਾਬ ਦੀ ਰਾਜਨੀਤੀ ਕਰਨੀ ਹੈ ਕਿਉਂਕਿ ਬੇਸਿਕਲੀ ਮੈਂ ਵੀ ਪਿੱਛੋਂ ਕਾਂਗਰਸ ਪਰਿਵਾਰ ਤੋਂ ਸੀਗਾ ਮੁਖਸਰ ਤੋਂ ਹਨਾ ਮੇਰਾ ਸ਼ੁਰੂ ਤੋਂ ਪਰ ਇੱਥੇ ਆ ਕੇ ਮੈਂ ਕਿਉਂਕਿ ਮੈਂ ਪਤਵਾਰਸ਼ੀ ਦੇ ਖਿਲਾਫ ਸੀ ਨੋ ਡਾਊਟ ਮਤਲਬ ਇਹ ਵੀ ਪਰ ਤੁਹਾਡੇ ਨਾਲ ਦੇ ਤਾਂ ਗੋਲੀਆਂ ਚਲਾਉਂਦੇ ਸੀ ਮਤਲਬ ਮੱਖਣ ਹੁਰੀ ਚਲਾਉਂਦੇ ਸੀ ਮੱਖਣ ਨੇਰੇ ਇੱਕ ਤਾਂ ਹੁੰਦਾ ਹੈ ਆਫੈਂਸਿਵ ਹੋਣਾ ਗੋਲੀਆਂ ਚਲਾਨੀਆਂ ਇੱਕ ਕੋਈ ਗੋਲੀ ਚਲਾਉਂਦਾ ਤੇ ਆਪਦੇ ਆਪ ਨੂੰ ਡਿਫੈਂਸ ਕਰਨਾ ਇਹ ਫਰਕ ਸੀ ਆਫੈਂਸਿਵ ਸੀ ਇਹ ਡਿਫੈਂਸ ਸੀ ਚਲਾਉਂਦੇ ਸੀ ਇਹ ਇੰਨਾ ਬਦਮਾਸ਼ੀ ਇਹ ਬਦਮਾਸ਼ੀ ਨਹੀਂ ਹਮੇ ਕਰਦੇ ਉਸ ਨੇ ਨਹੀਂ ਕਹਦੇ ਡਿਫੈਂਸ ਚਲਾਈਆਂ ਗੋਲੀਆਂ ਨਾ ਨਾ ਰਾਈ ਗੁਰੂ ਜਾਨ ਦਾ ਸਟੂਡੈਂਟ ਜਾਣਦੇ ਐ ਇੱਥੇ ਗੋਲੀਆਂ ਚਲਾਉਣ ਵਾਲੇ ਨੂੰ ਵੋਟਾਂ ਹੀ ਨਹੀਂ ਪੈ ਸਕਦੀਆਂ ਐਨਰੀ ਅਟੈਂਪਟ ਹੋਇਆ ਥੋਟੇ ਤੇ ਮਤਲਬ ਤੁਸੀਂ ਤੁਸੀਂ ਕਹਿੰਦੇ ਕਿ ਡਿਫੈਂਸਿਵ ਹੋਇਆ ਪਰ ਆਉਂਦੀ ਨੋ ਨੋ ਮੈਂ ਕਦੀ ਨਹੀਂ ਹੋਇਆ ਮੈਂ ਜ਼ਰੂਰ ਆਪਣੇ ਸਾਥੀਆਂ ਦੀ ਮਦਦ ਜ਼ਰੂਰ ਲਬਦਾ ਸੀਗਾ ਜਦੋਂ ਦੂਸਰੀ ਵਾਰੀ ਗੋਲੀ ਚੱਲੀ ਜਿਸ ਤਰ੍ਹਾਂ ਗਾਠੀਏ ਵਾਲੀ ਉਦੋਂ ਅਸੀਂ ਸਾਰੇ ਕੈਂਪ ਹਾਲਾਂਕਿ ਮੈਂ ਡਿਕਲੇਅਰ ਹੋ ਗਿਆ ਮੈਂ ਬਣ ਗਿਆ ਇੱਥੇ ਪਰ ਪੂਰਾ ਇੱਥੇ ਮੈਂ ਸਮਝਦਾ ਉਹ ਛਾਇਆ ਹੋਇਆ ਸੀ ਅੰਤ ਤੱਕ ਛਾਇਆ ਹੋਇਆ ਸੀ ਕੋਈ ਸਾਡਾ ਜਲੂਸ ਨਹੀਂ ਨਿਕਲਿਆ ਕੁਝ ਨਹੀਂ ਨਿਕਲਿਆ ਕੈਂਪਸ ਸੇ ਗੋਲੀ ਚੱਲੀ ਹੋਈ ਸੀ ਡਰ ਦਾ ਮਾਹੌਲ ਸੀ ਡਰ ਦਾ ਮਾਹੌਲ ਸੀ ਮੈਂ ਹਫ਼ਤਾ ਬਾਹਰ ਰਿਆ ਪ੍ਰਤਾਪ ਬਾਜਵਾ ਉਦੋਂ ਯੂਥ ਕਾਂਗਰਸ ਦੇ ਪ੍ਰਧਾਨ ਸੀ ਤੁਸੀਂ ਕਿੱਥੇ ਸੀ ਮੈਂ ਕਾਦੀਆਂ ਸੀ ਸਕਤ ਬਾਗਵਾ ਦੇ ਕੋਲ ਸੀਗਾ ਫਿਰ ਐਵੇਂ ਕਵਾਂ ਫਤਿਹ ਬਾਜਵਾ ਤੇ ਆਪਣੇ ਜਿਹੜੇ ਹੁਣ ਮੰਤਰੀ ਰਏ ਆ ਸਾਡੇ ਸੁਖ ਸਰਕਾਰੀ ਆ ਤੇ ਜਿੰਨੇ ਸਾਥੀ ਆ ਇਹ ਫਿਰ ਮੇਰੇ ਨਾਲ 5-7 ਦਿਨਾਂ ਚ ਆਏ 15-20 ਲੋਕ ਫਿਰ ਮੈਨੂੰ ਇਸਟੈਬਲਿਸ਼ ਕਰਕੇ ਗਏ ਅੰਮੋ ਸਾਹਮਣੇ ਵੀ ਹੋਏ ਇੱਕ ਦੋ ਬਲਾਕ ਚ ਇਧਰ ਚੀਮੇ ਦੇ ਬੰਦੇ ਸੀ ਇਧਰ ਸਾਡੇ ਫਤਿਹ ਬਾਜਵੇ ਰੇ ਸੀ ਸਾਰੀ ਕਿਵੇਂ ਹੁੰਦੀ ਦਾ ਮਤਲਬ ਐਨਐਸਯੂਚ ਸੀਗੇ ਫਿਰ ਬਾਜਵਾ ਸਾਹਿਬ ਫਿਰ ਤੁਹਾਡੀ ਕਿਵੇਂ ਸਪੋਰਟ ਕਰ ਰਹੀ ਸੀ ਬਾਜਵਾ ਸਾਹਿਬ ਯੂਥ ਕਾਂਗਰਸ ਦੇ ਪ੍ਰਧਾਨ ਸੀ ਪਰ ਧੜੇਬੰਦੀ ਚੱਲਦੀ ਐ ਫਤਿਹ ਬਾਜਵੇ ਕਰ ਫਤਿਹ ਸਿੱਧਾ ਨਹੀਂ ਕਿਉਂਕਿ ਫਤਾ ਸਾਡੇ ਫਤਿਹ ਬਾਜਵਾ ਤੁਹਾਡੇ ਮਿੱਤਰ ਸੀ ਉਹ ਮੇਰੇ ਮਿੱਤਰ ਸੀ ਮੇਰਾ ਪ੍ਰਤਾਪ ਬਾਜਵਾ ਨਾਲ ਸੀ ਪਿਆਰ ਚਲੋ ਉਹਨਾਂ ਦੇ ਬ੍ਰਦਰ ਸੀ ਫਰੰਟ ਤੇ ਫਿਰ ਫਤਿਹ ਹੁੰਦਾ ਸੀ ਫਤਿਹ ਤੇ ਅਸੀਂ ਸਾਰੇ ਉਹ ਸਭ ਨੂੰ ਹੁੰਦਾ ਵੀ ਸਾਡਾ ਪ੍ਰਧਾਨ ਹੈ ਸਾਡਾ ਅਸੀਂ ਉਹ ਫਿਰ ਜੇ ਸਾਡਾ ਤੇ ਸਾਡੇ ਨਾਲ ਖੜਨਾ ਵੀ ਪੈਂਦਾ ਫਿਰ ਉਹ ਮੇਰੇ ਨਾਲ ਖੜੇ ਫਿਰ ਮੈਂ ਆਪਦਾ ਇੱਥੇ ਚਲਾਇਆ ਕ ਮੈਂ ਰਿਆ ਮੈਨੂੰ ਉਹਨਾਂ ਦਾ ਵੀ ਐਵੇਂ ਕੀ ਸੀ ਕਿ ਮੈਂ ਡਿਫੈਂਸਿਵ ਨਹੀਂ ਹੋਇਆ ਕਦੇ ਤੁਸੀਂ ਵੀ ਆਪਣ ਕੈਰੀ ਨਹੀਂ ਕੀਤਾ ਉਦੋਂ ਮੈਂ ਕਦੇ ਵੀ ਨਹੀਂ ਕੀਤਾ ਕਦੇ ਵੀ ਨਹੀਂ ਕੀਤਾ ਅਜੇ ਤੱਕ ਲਾਇਸੈਂਸ ਨਹੀਂ ਤੁਸੀਂ ਰਿਕਾਰਡ ਚੈੱਕ ਕਰ ਲਓ ਰਜਿੰਦਰ ਦੀਪਾ ਦੇ ਨਾਂ ਦਾ ਕੋਈ ਲਾਇਸੈਂਸ ਹੋਵੇ ਹਾਲਾਂਕਿ ਇਹ ਜਿਹਨੇ ਟੀਮਾ ਗਰੁੱਪ ਦੇ ਲੋਗ ਜਿਹਨੇ ਚਲਾਉਣਾ ਦਾ ਲਾਇਸੈਂਸ ਥੋੜੀ ਰੱਖਦਾ ਉਹ ਚਲੋ ਦੋ ਨੰਬਰ ਦਾ ਰੱਖਣਾ ਹੁੰਦਾ ਤਾਂ ਚਲੋ ਕੋਈ ਐਫ ਆਈ ਆਰ ਹੁੰਦੀ ਹੈ ਉਹ ਮੱਖਣਵਾਲਾ ਮੱਖਣਵਾਲਾ ਦਾ ਲਾਇਸੈਂਸ ਸੀ ਜਾਂ ਬਾਕੀਆਂ ਸਾਰਿਆਂ ਦਾ ਲਾਇਸੈਂਸ ਸੀ ਨਹੀਂ ਮੈਂ ਸਮਝਦਾ ਤੁਹਾਡੀ ਗੱਲ ਠੀਕ ਹੈ ਉਹ ਨਹੀਂ ਰੱਖਦੇ ਪਰ ਮੇਰਾ ਖਿਆਲ ਹੈ ਇਹਨਾਂ ਨੂੰ ਵੀ ਪਤਾ ਸੀ ਕਿਉਂਕਿ ਚੀਮਾ ਗਰੁੱਪ ਦੇ ਨਾ ਏਟੀਮੀ ਯਾਦਾ ਹਰੇ ਇਹ 15-20 ਦਿਨ ਮਹੀਨੇ ਬਾਅਦ ਨਾ ਮੇਰੇ ਕੋਲ ਐਡਾ ਕੋ ਬੈਗ ਹੁੰਦਾ ਸੀ ਜਿੰਦੇ ਮਾਦੀ ਡਾਇਰੀ ਪੈਨ ਕਾਗਜ਼ ਪੱਤਰ ਜਿਹੜੇ ਸਟੂਡੈਂਟ ਦੇ ਕੰਮ ਹੁੰਦੇ ਸੀ ਰੱਖਦਾ ਸੀ ਇਹ ਕਦੀ ਮੇਰਾ ਮੋਟਰਸਾਈਕਲ ਖੜਾ ਹੀ ਕਰਕੇ ਇਹ ਚੈੱਕ ਕਰ ਲੈਂਦੇ ਸੀ ਵੀ ਇਹਦੇ ਚ ਕੋਈ ਹਥਿਆਰ ਤਾਂ ਨਹੀਂ ਇਹਨਾਂ ਨੂੰ ਡਰਤਾ ਹੁੰਦਾ ਸੀ ਜਦ ਹੋਵੇ ਪਰ ਨਹੀਂ ਹੁੰਦਾ ਸੀ ਤੇ ਇਹਨਾਂ ਨੂੰ ਲੱਗਿਆ ਕਿ ਯਾਰ ਨਹੀਂ ਇਹਦੇ ਕੋਲ ਹਥਿਆਰ ਨਹੀਂ ਹੈ ਜਦ ਇਹ ਵੀ ਵਜ੍ਹਾ ਹੈ ਕਿ ਮੈਂ ਇਸ ਕੰਮ ਸਾਰੇ ਵਿੱਚੋਂ ਗੋਲੀ ਗੋਲੀ ਚੋਂ ਸਿੱਧੇ ਚ ਬਚਿਆ ਵੀ ਰਿਹਾ ਨਹੀਂ ਤਾਂ ਉਸ ਅੱਗ ਦੇ ਵਿੱਚ देखो पेन 82 ते 84 ਦਾ ਪੰਜਾਬ ਦੇ ਕੀ ਹਾਲਾਤ ਸੀ ਤੁਸੀਂ ਸੋਚ ਕੇ ਵੇਖੋ ਪੰਜਾਬ ਯੂਨੀਵਰਸਿਟੀ ਦਾ ਕੀ ਹਾਲਾਤ ਆਪਾਂ ਡਿਸਕਸ ਕਰ ਰਹੇ ਹਾਂ ਉਹਨਾਂ ਹਾਲਾਤਾਂ 'ਚ ਸ਼ਰਾਫਤ ਬਿਨਾ ہتھیار ਤੋਂ ਪੋਲਿਟਿਕਸ ਕਰਦੇ ਰਹਿਣਾ ਉਹ ਤਾਂ ਪਰਮਾਤਮਾ ਕਰਾਉਣ ਵਾਲਾ ਨਾ ਪਰ ਮੈਂ ਸੰਵਿਧਾਨ ਵੀ ਇੱਕ ਜਿਹੜੀ ਸ਼ਰਾਫਤ ਹੈ ਨਾ ਇਮਾਨਦਾਰੀ ਹੈ ਇਹ ਬੜੀ ਵੱਡੀ ਤਾਕਤ ਹੈ ਤੁਸੀਂ ਉਹਦੇ ਤੇ ਚੱਲੋਗੇ देर सवेर ਤੁਹਾਨੂੰ ਕਾਮਯਾਬੀ ਮਿਲਦੀ ਹੈ ਹਾਲਾਂਕਿ ਮੈਂ ਬਹੁਤ ਲੇਟ ਹੋ ਗਿਆ ਉਸ ਕੰਮ 'ਚ ਪਰ ਫਿਰ ਵੀ ਮੈਨੂੰ ਵਿਸ਼ਵਾਸ ਹੈ ਮੈਂ ਉਵੇਂ ਚੱਲਿਆ ਉਵੇਂ ਚੱਲਣਾ ਪਰਮੇਂਦਰ ਚੀਮਾ ਹੋਰਾਂ ਨਾਲ ਮੁਲਾਕਾਤਾਂ ਹੁੰਦੀਆਂ ਨਹੀਂ ਆ ਜਿਵੇਂ ਤੁਸੀਂ ਕਹਿ ਕੇ ਐਨਐਸਯੂਆਈ ਮੈਨੂੰ ਕਿਹਾ ਗਿਆ ਵੀ ਤੁਸੀਂ ਇੱਧਰ ਆਓ ਇੱਧਰ ਆ ਕੇ ਚੋਣ ਲੜੋ ਤੁਸੀਂ ਚੀਮੇ ਹੋਰਿਆਂ ਨਾਲ ਮੁਲਾਕਾਤਾਂ ਹੋਈਆਂ ਆ ਮੁਲਾਕਾਤਾਂ ਉਦੋਂ ਹੋਈਆਂ ਉਹਨਾਂ ਨੇ ਮੈਨੂੰ ਬੜਾ ਕੋਸ਼ਿਸ਼ ਕੀਤੀ ਵੀ ਆਪਾਂ ਜਿਹੜੀ ਪਰ ਮੇਰਾ ਮਨ ਨਹੀਂ ਸੀ ਕਿ ਮੈਂ ਬਦਮਾਸ਼ ਪਾਰਟੀ ਆ ਜਿਹੜੇ ਜਿਨ੍ਹਾਂ ਦੀ ਐਸੀ ਪਰਸੈਪਸ਼ਨ ਬਣ ਚੁੱਕੀ ਹੈ ਮੈਂ ਨਹੀਂ ਜਾ ਸਕਦਾ ਨਾਲੇ ਇੱਕ ਸਟੈਂਡ ਹੋਣਾ ਚਾਹੀਦਾ ਨਹੀਂ ਚੀਮੇ ਹੋਰਾਂ ਨੇ ਜਿਵੇਂ ਪਿਆਰ ਨਾਲ ਕਈ ਰੀ ਕਿਹਾ ਧਮਕਾਇਆ ਵੀ ਕਦੇ ਉਹ ਧੁਮਕਾਨ ਵਾਲੇ ਕੰਮ ਸੀ ਜਿਹੜਾ ਮੈਂ ਦੱਸਿਆ ਉਹਨਾਂ ਦੀ ਮਦਰ ਨੇ ਬੜੀ ਕੋਸ਼ਿਸ਼ ਕੀਤੀ ਰੋਜ਼ ਦਿਨ ਜੇ ਉਹ ਘਰ 'ਚ ਫਰਨੀਚਰ ਤੋੜਨ ਲੱਗ ਪਿਆ ਉਹ ਧੁਮਕਾਨ ਵਾਲੇ ਕੰਮ ਸੀ ਮੈਂ ਤੁਹਾਨੂੰ ਦੱਸ ਤਿਓ ਕਿੱ사 ਕੀ ਸੀ ਹਾਂ ਮੈਂ ਉਹਨਾਂ ਦੇ ਮਦਰ ਨੇ ਬੁਲਾਇਆ ਕਿਉਂਕਿ ਉਹਦੀ ਮਦਰ ਕਹਿੰਦੇ ਰਹਿੰਦੇ ਹੋਣਗੇ ਵੀ ਕੋਈ ਨਹੀਂ ਮੇਰੇ ਆਖੇ 'ਚ ਹੈ ਦੀਪਾ ਮੈਂ ਤੁਸੀਂ ਜਾਣਦੇ ਰਹਿੰਦੇ ਸੀ ਘਰ ਮੈਂ ਉਹਨਾਂ ਦੇ ਮਦਰ ਨੂੰ ਬੁਲਾਉਂਦੇ ਸੀ ਜਾਂ ਜਾਂਦਾ ਸੀ ਮਿਲ ਲੈਂਦਾ ਸੀ ਉਹ ਮੈਨੂੰ ਪਿਆਰ ਕਰਦੇ ਸੀ ਤੇ ਮੈਂ ਜਾਂਦਾ ਰਹਿੰਦਾ ਸੀਗਾ ਸੋ ਮੈਂ ਉਸ ਦਿਨ ਮੈਨੂੰ ਯਾਦ ਆ 35 ਸੈਕਟਰ ਇਹਨਾਂ ਦੀ ਫਰਸਟ ਫਲੋਰ ਤੇ ਸੀ ਸਰਕਾਰ ਮੈਂ ਘਰ ਬੈਠਾ ਸੀਗਾ ਮੈਨੂੰ ਉਹਨਾਂ ਦੀ ਮਦਰ ਨੇ ਕਿਹਾ ਵੀ ਦੀਪੇ ਇਹ ਪਰਮਿੰਦਰ ਰਚਾਂਦੇ ਤੂੰ ਐਨਐਸਐਸ ਤੋਂ ਇਲੈਕਸ਼ਨ ਲੜ ਮੈਂ ਉਹਨਾਂ ਨੂੰ ਆਉਂਦੀਆਂ ਦੱਸਿਆ ਵੀ ਆਂਟੀ ਵੇਖੋ ਮੈਂ ਇੱਕ ਇਲੈਕਸ਼ਨ ਐਸ ਪਾਰਟੀ ਚ ਲੜਿਆ ਜਾਂ ਵੋਟਾਂ ਨਾਲ ਜਿੱਤਿਆ ਮੇਰਾ ਇੱਕ ਗਰੁੱਪ ਹੈ ਮੇਰੀ ਕ੍ਰੈਡੀਬਿਲਟੀ ਕੀ ਰਹਿੰਦੀ ਹੈ ਜੇ ਮੈਂ ਅਜ ਗਰੁੱਪ ਚੇਂਜ ਕਰਦਾ ਸਿਰਫ ਇਸ ਵਾਸਤੇ ਕੋਈ ਗੱਲ ਨਹੀਂ ਹਾਰਾਂ ਜਿੱਤਾਂ ਕਿਸਮਤ ਨਾਲ ਹੈ ਪਰ ਮੇਰੀ ਕ੍ਰੈਡੀਬਿਲਟੀ ਨਹੀਂ ਰਹਿਣੀ ਮੈਂ ਜਿਸ ਕ੍ਰੈਡੀਬਿਲਟੀ ਕਰਕੇ ਖੜਾ ਮੈਂ ਉਹ ਨਹੀਂ ਰਹਿਣੀ ਮੈਂ ਨਹੀਂ ਲੜ ਸਕਦਾ ਮੈਂ ਪਰ ਮੈਂ ਸ਼ਾਇਦ ਉਹਨਾਂ ਨੂੰ ਇਹ ਕਹਿ ਕੇ ਆਇਆ ਕੋਈ ਨਹੀਂ ਮੈਂ ਸੋਚਾਂਗਾ ਕਰਾਂਗਾ ਜੇ ਜਦੋਂ ਪਰਮਿੰਦਰ ਆਇਆ ਮੈਂ ਉਦੋਂ ਨਿਕਲ ਗਿਆ ਜਾਂ ਸਮਥਿੰਗ ਬੈਠਾ ਤਾਂ ਉਹਨਾਂ ਨੇ ਸ਼ਾਇਦ ਕਹਿਤਾ ਵੀ ਕੋਈ ਨਹੀਂ ਹਜੇ ਸੋਚੇਗਾ ਮੈਨੂੰ ਐਨਾ ਗੁੱਸਾ ਆਇਆ ਉਹਨੇ ਫਰਨੀਚਰ ਮੈਂ ਦੱਸਿਆ ਨਾ ਤੋੜਨਾ ਸ਼ੁਰੂ ਕਰਤਾ ਮੈਂ ਉੱਥੋਂ ਰਿਮੋਟ ਸੈਲ ਦੀ ਕਿੱਕ ਮਾਰ ਕੇ ਜਲਦੀ ਚ ਨਿਕਲ ਗਿਆ ਯਵੇਂ ਕਿਦਰੇ ਮਤਲਬ ਹੋਰ ਬੰਦਾ ਗੁੱਸੇ ਚ ਆਂਦਾ ਹੈ ਸੋ ਮੈਂ ਆ ਗਿਆ ਅਜੈਪ ਸਿੰਘ ਨਾਲ ਵੀ ਮੀਟਿੰਗ ਹੋਈਆਂ ਪਰ ਮੇਰਾ ਪੱਕਾ ਮਨ ਸੀ ਕਿ ਮੈਂ ਨਹੀਂ ਐਨਐਸਓਈ ਤੋਂ ਇਲੈਕਸ਼ਨ ਨਹੀਂ ਲੜਨਾ ਬੰਦੇ ਦੀ ਕਰੈਡੀਬਿਲਟੀ ਨਹੀਂ ਰਹਿੰਦੀ ਅੱਜ ਇੱਧਰ ਹੋ ਜਾਓ ਕੱਲ ਉੱਧਰ ਹੋ ਜਾਓ ਨੋ ਕੁਝ ਵਜ੍ਹਾ ਹੋਣੀ ਚਾਹੀਦੀ ਹੈ ਵੱਡੀ ਮੈਂ ਅਸੀ ਵਜ੍ਹਾ ਨਹੀਂ ਸੀ ਸਿਰਫ ਡਰ ਦੀ ਵਜ੍ਹਾ ਹੋਣੀ ਇਹ ਮੈਂ ਵਾਹਿਗੁਰੂ ਤੋਂ ਮੁੰਦੇ ਤੇ ਛੱਡਿਆ ਹੋਇਆ ਸੀ ਹਮ ਪ੍ਰਵਿੰਦਰ ਚੀਮਾ ਤੇ ਵੀ ਅਟੈਂਪਟ ਹੋਇਆ ਸੀਗਾ ਗੋਲੀਆਂ ਚੱਲੀਆਂ ਸੀ ਗਰਲਜ਼ ਹੋਸਟਲ ਦੇ ਵਿੱਚ ਉਹ ਵੀ ਤੁਹਾਡੇ ਗਰੁੱਪ ਦੇ ਨਾਲ ਲੱਗਦੀਆਂ ਹਾਂ ਯੈਸ ਸਰੋਜਨੀ ਹਾਲ ਦੇ ਵਿੱਚ ਇੱਕ ਸ਼ਾਮ ਉਹ ਖੜਾ ਸੀ ਆਪਣੇ ਦੋਸਤਾਂ ਨਾਲ ਤੇ ਸਨੇਹਾ ਉਹਨਾਂ ਤੇ ਗੋਲੀ ਚਲਾਈ ਸੀ ਹਥਿਆਰ ਸ਼ਾਇਦ ਉਹਨਾਂ ਕਾਮਯਾਬ ਨਹੀਂ ਸੀਗਾ ਕਿ ਉਹਨਾਂ ਦੀ ਬਚਤ ਹੋ ਗਈ ਹੈ ਨਾ ਉਹਨਾਂ ਦੇ ਪੇਟ 'ਚ ਵੱਜੀ ਸੀ ਗੋਲੀ ਨੋ ਡਾਊਟ ਪੀਜੀਆ ਹੀ ਦਾਖਲ ਵੀ ਰਹੇ ਹੋ ਪੀਜੀਆ ਦਾਖਲ ਵੀ ਰਹੇ ਹੈ ਮੱਖਣ ਗਰੁੱਪ ਦਾ ਨਾਮ ਹੀ ਆਂਦਾ ਸੀ ਔਰ ਮੈਂ ਸਮਝਦਾ ਕਿ ਹਾਂ ਉਹਨਾਂ ਦੇ ਕਿਸੇ ਸਾਥੀਆਂ ਦਾ ਵਿੱਚ ਇਨਵੋਲਵਮੈਂਟ ਵੀ ਸੀ ਉਹ ਮੈਨੂੰ ਬਾਅਦ 'ਚ ਪਤਾ ਲੱਗਿਆ ਸੀ ਕੋ ਟ੍ਰੈਕਸੂਟ ਪਾ ਕੇ ਕਿਹੜਾ ਬੰਦਾ ਸੀ ਕੌਣ ਭੱਜਿਆ ਇਸ ਜੀ ਗੱਲ ਆਂਦੀ ਸੀ ਉਦੋਂ ਮਤਲਬ ਥੋੜੀ ਗ੍ਰੁਪਤਾ ਨਾਂ ਵਿੱਚ ਆਇਆ ਮੱਖਣ ਹੋਰਾਂ ਦਾ ਨਾਮ ਆਇਆ ਜਾਂ ਕਿੰਦੇ ਵਿੱਚ ਉਸ ਆਹਾਂ ਆਇਆ ਨੋ ਡਾਊਟ ਤੁਹਾਨੂੰ ਜਿਹੜੀਆਂ ਤੁਸੀਂ ਦੋਵੇਂ ਗੱਲਾਂ ਕੀਤੀਆਂ ਵੀ ਗਿਆਨੀ ਦੇ ਵੀ ਗੋਲੀ ਵੱਜੀ ਹੁੰਦੇ ਵਿੱਚ ਮੱਖਣ ਦਾ ਗਰੁੱਪ ਦਾ ਨਾਮ ਆਇਆ ਔਰ ਜਿਹੜਾ ਇਹਦੇ ਚੀਮੇ ਦੇ ਵੀ ਗੋਲੀ ਵੱਜੀ ਇਹਦੇ ਵਿੱਚ ਵੀ ਮੱਖਣ ਦੇ ਗਰੁੱਪ ਦਾ ਨਾਮ ਆਇਆ ਇਹ ਰਿਟੈਲੀਏਸ਼ਨ ਤੇ ਚਲਦੀ ਰਹੀ ਹੈ ਕਿਉਂਕਿ ਜਦੋਂ ਪਹਿਲਾਂ ਮੱਖਣ ਦੇ ਗੋਲੀ ਵੱਜੀ ਫਿਰ ਹੁੰਦੇ ਵਿੱਚ ਗਿਆਨੀ ਤੇ ਵੀ ਵੱਜੀ ਫਿਰ ਜਦੋਂ ਇੱਧਰ ਵੀ ਅਟੈਕ ਹੁੰਦੇ ਸੀ ਵੀ ਇਹ ਪਤਾ ਉਹਨਾਂ ਨੂੰ ਪਤਾ ਸੀ ਨਾ ਬਿਉਧਰ ਗਿਆਨੀ ਜਿਹੜਾ ਹੈਗਾ ਉਹ ਮਾਸਟਰਮਾਈਂਡ ਹੈ ਇਹ ਗਰੁੱਪ ਚ ਡਿਸਕਸ਼ਨ ਹੁੰਦੀ ਸੀ ਉਹ ਮਾਸਟਰਮਾਈਂਡ ਹੈ ਪਲੈਨਿੰਗ ਸਾਰੀ ਉਹਦੀ ਚੱਲਦੀ ਹੈ ਜੇ ਉਹ ਜੇ ਪਾਸੇ ਐਸੇ ਹੋ ਜੇ ਤਾਂ ਸ਼ਾਇਦ ਬਾਕੀ ਸਾਰਿਆਂ ਦਾ ਗਰੁੱਪ ਖਿਲਰ ਜਾਊਗਾ ਸ਼ਾਇਦ ਉਸ ਉਸ ਚੋਂ ਉਹਦਾ ਕਤਲ ਹੋਇਆ ਗਿਆਨੀ ਦਾ ਤੇ ਚੀਮਾ ਤੇ ਫਿਰ ਵੱਡਾ ਨਾ ਹੀ ਸੀਗਾ ਹਾਂ ਔਰ ਨੋ ਡਾਊਟ ਜਿਹੜਾ ਹੋਇਆ ਇਹਦੇ ਚ ਗਲਤ ਆਈ ਹੈ ਕਿ ਇਸ ਮੱਖਣ ਦੇ ਕੁਝ ਬੰਦਿਆਂ ਨੇ ਸ਼ਾਇਦ ਨਾ ਕੰਮ ਕਰਾਇਆ ਹੋਵੇ ਗਲਤ ਆਈ ਸੀ ਸ਼ਾਇਦ ਉਹਨਾਂ ਚੋਂ ਇੱਕ ਦੋ ਬੰਦੇ ਅਰੇਸਟ ਵੀ ਰਏ ਆ ਬਾਦਚ ਪੁਲਿਸ ਉਸਨੇ ਬਹੁਤ ਤਾਰਚਰ ਕੀਤਾ ਇਹ ਨਾਸੀ ਲੜਕੇ ਦਾ ਹੁੰਦਾ ਨਾਂ ਭੁੱਲ ਗਿਆ ਬਹੁਤ ਹੰ ਟਾਰਚਰ ਕੀਤਾ 11 ਸੈਕਟਰ ਪਤਾ ਨਹੀਂ ਪਰਚਾ ਹੋਇਆ ਨਹੀਂ ਹੋਇਆ ਬਾਦਚ ਵਸ ਇਸ ਤਰੀ ਚੱਲਦਾ ਰਿਹਾ ਜੋ ਤੇ ਮੱਖਣ ਤੇ ਗੋਲੀ ਚਲਦੀ ਤੁਸੀਂ ਕਿੱਥੇ ਸੀ ਉਦੋਂ ਮੈਂ ਚੰਡੀਗੜ੍ਹ ਤੋਂ ਸ਼ਾਇਦ ਬਾਹਰ ਸੀ ਚੰਡੀਗੜ੍ਹ ਸੀਗਾ ਮੈਨੂੰ ਐਗਜ਼ੈਕਟ ਯਾਦ ਨਹੀਂ ਮੈਨੂੰ ਪਤਾ ਲੱਗਿਆ ਸਵੇਰੇ ਕਿ ਇਸ ਤਰ੍ਹਾਂ ਮੱਖਣ ਦੇ ਗੋਲੀ ਚਲ ਗਈ ਮੈਂ ਫਿਰ ਬਾਰਸੀ ਮੈਂ ਆਇਆ ਸਵੇਰੇ ਸੇ ਮੁਕਸਰ ਸੀ ਗਿਆ ਮੁਕਸਰ ਤੋਂ ਆਇਆ ਸਿੱਧਾ ਮੈਂ ਹਸਪੀਟਲ ਗਿਆ ਜਨਰਲ ਹਸਪੀਟਲ ਚ ਹੁੰਦੀ ਬੋਡੀ ਸੀ ਕਿ ਡੈੱਡ ਬੋਡੀ ਉੱਥੇ ਪੋਸਟਮਾਰਟਮ ਹੋਇਆ ਸੀ ਫਿਰ ਉੱਥੇ ਆਪਦੇ ਹੱਥੀ ਸਾਰਾ ਪੋਸਟਮਾਰਟਮ ਕਰਵਾਇਆ ਫਿਰ ਆਪਦੇ ਹੱਥੀ ਬਹੁਤ ਜ਼ਿਆਦਾ ਛੱਰੇ ਵਗੈਰਾ ਲੱਗੇ ਹੋਏ ਸੀ ਅੱਗੇ ਪਿੱਛੇ ੰਨੀਆਂ ਗੁਲੀਆਂ ਬੱਤੀਆਂ ਸੀ ਪੋਸਟਮਾਰਟਮ ਚ ਸ਼ਾਇਦ ਉਹ ਗੋਲੀ ਨਹੀਂ ਛੱਰੇ ਲੱਗੇ ਹੋਏ ਸੀ ਛੱਰੇ ਬਹੁਤ ਸੀ ਮਤਲਬ ਛੋਟੇ ਛੋਟੇ ਕਰਕੇ ਨਾ ਛੇਦ ਹੋਏ ਹੋਏ ਸੀ ਛੱਰੇ ਸੀ ਪਿੱਠ ਚ ਸਾਰੇ ਅੱਤਾਂ ਮਤਲਬ ਕੌਣ ਨਾਲ ਸਾਡੇ ਭਰੇ ਜਾਂਦੇ ਸੀ ਉਦੋਂ ਅਸੀਂ ਫਿਰ ਇੱਥੋਂ ਕੀਤੀ ਅਸੀਂ ਵਹੀਕਲ ਉਹਦੇ ਚ ਆਦੇ ਹੱਥੀ ਲੈ ਕੇ ਗਏ ਫਿਰ ਉੱਥੇ ਪਿੰਡ ਜਾ ਕੇ ਸੰਸਕਾਰ ਕੀਤਾ ਤੇ ਭੋਗ ਤੇ ਫਿਰ ਸਾਰਾ ਕੀਤਾ ਸਾਰਾ ਪ੍ਰਬੰਧ ਉਹ ਮੈਥੀ ਸੀ ਉਦੋਂ 16 ਸੈਕਟਰ ਵਾਲੀ ਕੋਠੀ ਕੌਣ ਕੌਣ ਸੀ ਕਿ ਉਹ ਕਤਲ ਕਿਵੇਂ ਹੋਇਆ ਸੀ ਮੈਂ ਚਾਹੁੰਗਾ ਇੱਕ ਵਾਰ 16 ਸੈਕਟਰ ਚ 600 ਕੁਛ ਨੰਬਰ ਕੋਠੀ ਸੀ ਦੋ ਕਨਾਲ ਤੋਂ ਵੱਡੀ ਕੋਠੀ ਸੀ ਪਿੱਛੇ ਕਨੈਕਸ ਸੀ ਉੱਥੇ ਮੱਖਣ ਰਹਿੰਦਾ ਹੁੰਦਾ ਸੀ ਉੱਥੇ ਰਹਿੰਦਾ ਸੀ ਉਹ ਪਿੱਛੇ ਜਿਹੜੀ ਸਰਵਿਸ ਲੇਨ ਹੁੰਦੀ ਹੈ ਨਾ ਹੁੰਦੀ ਆ ਕੰਦਾ ਦਾ 4-5-5-6 ਫੁੱਟ ਓਨੀ ਹੈ ਉੱਥੇ ਸ਼ਾਇਦ ਰਾਤ ਨੂੰ 8:30 ਵਜੇ ਬੈਠਾ ਸੀ ਜਿਹੜਾ ਲੌਨ ਹੁੰਦਾ ਐਨਐਕਸੀ ਦੇ ਨਾਲ ਪਿੱਛੋਂ ਪਿੱਛੋਂ ਆ ਕੇ ਪੰਜ ਚਾਰ ਬੰਦਿਆਂ ਨੇ ਆ ਕੇ ਪਿੱਛੋਂ ਗੋਲੀ ਮਾਰੀ ਐ ਤੇ ਉਹਦੇ ਗੋਲੀ ਵੱਜੀ ਐ ਤੇ ਉਹਦੀ ਡੈਥ ਹੋ ਗਈ ਐ ਇਹ ਪਤਾ ਲੱਗਿਆ ਨਾਲ ਕੌਣ ਸੀ ਉਦੋਂ ਮੱਖਣ ਦੇ ਮੱਖਣ ਦੇ ਨਾਲ ਕੋਈ ਨਹੀਂ ਸੀ ਮਤਲਬ ਹਥਿਆਰਬੰਦ ਨੌਜਵਾਨ ਨਹੀਂ ਹੁੰਦੇ ਸੀ ਉਦੋਂ ਕੋਈ ਨਹੀਂ ਸੀ ਪਰ ਥੋੜੀ ਇਹ ਗੱਲ ਆਈ ਸੀ ਕਿ ਇੱਕ ਮੱਖਣ ਦਾ ਹੀ ਸਾਥੀ ਸੀਗਾ ਜਿਹਨੂੰ ਮੈਂ ਨਾ ਮੈਂ ਹੁੰਦਾ ਭੁੱਲ ਰਿਹਾ ਜਿਹਨੂੰ ਜਿਹੜੇ ਚੀਮੇ ਦੀ ਗੋਲੀ ਵੱਜੀ ਸੀ ਉਹਦੇ ਚ ਉਹਨੂੰ ਟੌਰਚਰ ਕੀਤਾ ਸੀ ਫਿਰ ਗੱਲ ਆndi ਸੀ ਸ਼ਾਇਦ ਉਹਨੇ ਕੋਈ ਮੁਖਬਰੀ ਕੀਤੀ ਸੀ ਕਨੇਸ ਵਾਲੇ ਬੈਠਾ ਹੁੰਦਾ ਨਾਮ ਰੇਕੀ ਹੋਈ ਪਹਿਲਾਂ ਮੱਖਣ ਦੀ ਹਨਾ ਕੀ ਤਾਂ ਵੀ ਕੋਈ ਉਹਦਾ ਬੰਦਾ ਵਿੱਚੋਂ ਸੀਗਾ ਡੈਂਪੀ ਹੋਰਾਂ ਦਾ ਨਾਮ ਆਇਆ ਉਹਦੇ ਚ ਹਾਂ ਡਿੰਪੇ ਰਿਆਂ ਦਾ ਸੰਦੀਪ ਰਣਜਦਰ ਮਾਨ ਹੋਰਾਂ ਦਾ ਹਾਂ ਅਰਜਿੰਦਰ ਮਾਨ ਹੀ ਰਿਆਂ ਦਾ ਵੀਨੂ ਦਾ ਇਹਨਾਂ ਸਾਰਿਆਂ ਦਾ ਨਾਮ ਆਇਆ ਇਹ ਲੋਕ ਸੀ ਜਿਹੜੇ ਹੋਸ ਉਸ ਨੇ ਨਾ ਚੋਕੂ ਸੀ ਇਹਨਾਂ ਨੇ ਕੁਝ ਬੰਦੇ ਪੇਚ ਕੇ ਇਹ ਕੰਮ ਕਰਾਇਆ ਹੋਵੇ ਤੁਸੀਂ ਮੱਖਣ ਨੂੰ ਮਿਲਣ ਜਾਂਦੇ ਰਹਿੰਦੇ ਸੀ ਕੁੱਟੀ ਆ ਹਾਂ ਮੱਖਣ ਨੂੰ ਮਿਲਦੇ ਰਹਿੰਦੇ ਸੀ ਅਸੀਂ ਮੱਖਣ ਨੂੰ ਮਿਲਦੇ ਰਹਿੰਦੇ ਸੀਗੇ ਮੱਖਣ ਨੂੰ ਉੱਥੇ ਜਾਂਦੇ ਰਹਿੰਦੇ ਸੀ ਅਸੀਂ ਮਤਲਬ ਉਹ ਕਿ ਮੱਖਣ ਤੁਹਾਨੂੰ ਚਲੋ ਮੁੰਡੀ ਬਦਕਿਸਮਤੀ ਸੀ ਕਿਉਂਕਿ ਇੱਕ ਵਾਰੀ ਮੈਂ ਦੱਸਾਂ ਉਹ ਛੱਡ ਗਿਆ ਸੀ 82 ਦੇ ਇਲੈਕਸ਼ਨ ਤੋਂ ਬਾਅਦ ਨਾ ਮੱਖਣ ਚਲਾ ਗਿਆ ਸੀ ਉਹਨੇ ਪ੍ਰੈਕਟਿਸ ਰੱਖੇ ਚਲਾ ਗਿਆ ਸੀ ਉਹਨੇ ਪ੍ਰੈਕਟਿਸ ਸ਼ੁਰੂ ਕਰਤੀ ਸੀ ਕਿਉਂਕਿ ਅਗਲੇ ਸਾਲ ਇਲੈਕਸ਼ਨ ਆਇਆ ਸਾਰੇ ਗਰੁੱਪ ਨੇ ਸੋਚਿਆ ਵੀ ਜੇ ਇਲੈਕਸ਼ਨ ਲੜਨਾ ਹੈ ਤਾਂ ਇਹ ਬੰਦੇ ਬਲਮਾਸ਼ੀ ਕਰਨਗੇ ਮੇਰੇ ਤੋਂ ਵੀ ਬੜਾ ਪ੍ਰੈਸ਼ਰ ਸੀਗਾ ਇਹਨਾਂ ਨੇ ਕਿਹਾ ਨਹੀਂ ਕੋਈ ਨਹੀਂ ਆਪਾਂ ਮੱਖਣ ਨੂੰ ਕਹਿੰਨੇ ਆ ਵੀ ਉਹ ਆਵੇ ਤੇ ਫਿਰ ਅਸੀਂ ਐਵੇਂ ਕਹੀ ਅਸੀਂ ਗਏ ਸੀ ਸਾਰੇ ਜਸਕਰ ਨਬਰਾੜ ਮੈਂ ਹੋਰ ਵੀ ਸੁਨੀਲ ਸੰਨੀ ਸਾਡਾ ਦੋਸ ਹੋਰ ਵੀ ਮੋਟਰਸਾਈਕਲਾਂ ਤੇ ਗਏ ਸੀ ਪੰਜ-ਸੱਤ ਜene ਤੇ ਉਹਨੂੰ ਰਿਕੁਐਸਟ ਕੀਤੀ ਸੀ ਤੇ ਉਹਨੇ ਐਵੇਂ ਕਹੀ ਸਾਡੀ ਰਿਕੁਐਸਟ ਮੰਨੀ ਵੀ ਚਲੋ ਮੀ ਆ ਇਲੈਕਸ਼ਨ ਤੁਹਾਡੇ ਨਾਲ ਲੜਾ ਕੇ ਆ ਤੂੰ ਵੀ ਇਸ ਗੱਲ ਦਾ ਰਿਗਰੈਟ ਹੈਗਾ ਜੇ ਤੁਸੀਂ ਇਲੈਕਸ਼ਨ ਲਈ ਮੱਖਣ ਨੂੰ ਨਾਂ ਲੈਣ ਜਾਂਦੇ ਅੱਜ ਸ਼ਾਇਦ ਉਹ ਜਿਉਂਦਾ ਹੁੰਦਾ ਆਹ ਯੈਸ ਯੈਸ ਤੇ ਡੈਂਪੀ ਹੁਰੀ ਵੀ ਇਸ ਹਾਂ ਵੀ ਜਦੋਂ ਬੰਦਾ ਚਲਾ ਹੀ ਗਿਆ ਛੱਡ ਗਿਆ ਮੈਂ ਤਾਂ ਕੰਡੈਂਸ਼ਨ ਤਾਂ ਉਹੀ ਸੀ ਨਾ ਇਲੈਕਸ਼ਨ ਜਿੱਤਣਾ ਆਪਦੀ ਚੜ੍ਹਤ ਰੱਖਣੀ ਹੈ ਵੀ ਆਦ ਗਰ ਉਹ ਪਹਿ ਦੂਜਾ ਸੀ ਭਜਾਤਾ ਹਨਾ ਭਜਾਤਾ ਜਾਂ ਛੱਡ ਗਿਆ ਤੇ ਜੋ ਛੱਡ ਜਾਂਦਾ ਹੋ ਸਕਦਾ ਹੈ ਇਹ ਅੱਜ ਅੱਜ ਉਹ ਹੁੰਦਾ ਸਾਡੇ ਚ ਸਾਡਾ ਭਰਾ ਇਹ ਤਾਂ ਚਲੋ ਰਿਗਰੈਟ ਹੈ ਇੱਕ ਸਾਡੇ ਕਰਕੇ ਉਹ ਆਇਆ ਸਾਡੇ ਸਾਰੇ ਗਰੁੱਪ ਕਰਕੇ ਅਸੀਂ ਜ਼ਰਗਾਠੀਆ ਮੈਂ ਜਸਕਰ ਨੰਬਰਾੜ ਹੋਰ ਵੀ ਦੋਸਤ ਜਿਹੜੇ ਮੇਨ ਮੇਨ ਅਸੀਂ ਸਾਰੇ ਉਹਨੂੰ ਲੈਣ ਗਏ ਸੀ ਹੋ ਸਕਦਾ ਹੈ ਵੀ ਕਿਉਂਕਿ ਡੈਂਪੀ ਵੀ ਜਿਵੇਂ ਤੁਸੀਂ ਕਹਿ ਕਿ ਡੈਂਪੀ ਉਦੋਂ ਜਵਾਕ ਸੀ ਛੋਟਾ ਸੀ ਜਾਂ ਜਵਾਕ ਛੋਟਾ ਨਹੀਂ ਸੀ ਹਾਂ ਮਤਲਬ ਕਿ ਨੌਨ ਨਹੀਂ ਸੀਗਾ ਆ ਡਾ ਨੌਨ ਨਹੀਂ ਸੀ ਫੇਸ ਤੇ ਮੱਖਣ ਕਿਉਂਕਿ ਵੱਡਾ ਨਾਮ ਸੀ ਮੱਖਣ ਦੇ ਕਤਲ ਤੋਂ ਬਾਅਦ ਹੀ ਡੈਂਪੀ ਦਾ ਨਾਮ ਪਹਿਲੀ ਵਾਰੀ ਕਿਸੇ ਵੱਡੇ ਕਾਂਡ ਦੇ ਵਿੱਚ ਆਉਂਦਾ ਤੇ ਹੋ ਸਕਦਾ ਡੈਂਪੀ ਵੀ ਗੈਂਗਸਟਰ ਨਾਮ ਬਣਦਾ ਤੇ ਹੋ ਸਕਦਾ ਮੱਖਣ ਵੀ ਅੱਜ ਜਿਉਂਦੇ ਹੁੰਦੇ ਹੋ ਸਕਦਾ ਆਈ نو ਕੋਈ ਨਾ ਕੋਈ ਪਹਿਲਾਂ ਹੱਥੋਂ ਕੰਮ ਹੋ ਜਾਂਦਾ ਉਹਨੂੰ ਛੁਪਦੇ ਛਪਾਂਦੇ ਫਿਰ ਕਈ ਵਾਰੀ ਦੂਜਾ ਕੰਮ ਕਰਦਾ ਕੋਈ ਬੰਦੇ ਉਹੋ ਜੇ ਪਿੱਛੋਂ ਮਦਦ ਕਰਦੇ ਹੁੰਦੇ ਆ ਹਨਾ ਵੱਡੇ ਪੋਲਿਟਿਸ਼ੀਅਨ ਵੱਡੇ ਕੋਈ ਬੰਦੇ ਫਿਰ ਉਹਨਾਂ ਦੇ ਬੰਦਾ ਹੱਥੀ ਚੜ ਜਾਂਦਾ ਔਰ ਇਹ ਵੀ ਜਿਹੜੀ ਯੂਨੀਵਰਸਿਟੀ ਦੀ ਪੋਲਿਟਿਕ ਸੀ ਨਾ ਇਹ ਸਾਡੀ ਉਹਨਾਂ ਦੇ ਪਿੱਛੇ ਵੀ ਹੋਰ ਲੋਕ ਸੀਗੇ ਅਸੀਂ ਤਾਂ ਵਿੱਚ ਸੀਗੇ ਉਹਦੇ ਪਿੱਛੇ ਸੀਗੇ ਪੋਲਿਟਿਕਲ ਲੋਕ ਹਾਂ ਹੈਗੇ ਸੀ ਸਾਡੇ ਕੌਣ ਸੀ ਸਾਨੂੰ ਨਾਨਕ ਸਿੰਘ ਸੀ ਸਾਨੂੰ ਗਿਆਨੀ ਜੈਲ ਸਿੰਘ ਦੇ ਇੱਥੇ ਸਾਨੀਨ ਲਾਸੀ ਵਿਰਦੀ ਸਾਹਿਬ ਸੁਰਿੰਦਰ ਸਿੰਘ ਵਿਰਦੀ ਉਹ ਨਹੀਂ ਡਾਇਰੈਕਟਲੀ ਤਾਂ ਨਹੀਂ ਸੀ ਪਰ ਕਿਉਂਕਿ ਉਹ ਪੋਲਿਟਿਕਸ ਦਰਬਾਰਾ ਸਿੰਘ ਔਰ ਗਿਆਨੀ ਜੈਲ ਸਿੰਘ ਦੀ ਸੀ ਦਰਬਾਰਾ ਸਿੰਘ ਅੱਥੇ ਚੀਫ ਮਿਨਿਸਟਰ ਸੀ ਉਹ ਵੀ ਕਾਂਗਰਸ ਤੇ ਸੀ ਗਿਆਨੀ ਜੈਲ ਸਿੰਘ ਦਿੱਲੀ ਹੋਮ ਮਿਨਿਸਟਰ ਸੀ ਕਿਉਂਕਿ ਗੋਪਾਲ ਕਿਸ਼ਨ ਚਤਰਤ ਹੈਨਾ ਉਹ ਜੋ ਐਮ ਐਲ ਏ ਸੀ ਬਟਾਲਾ ਤੋਂ ਹੈਨਾ ਉਹ ਚਤਰਤ ਗਰੁੱਪ ਸੀਗਾ ਉਹ ਦਰਬਾਰਾ ਸਿੰਘ ਐਮ ਐਫ ਚੀਫ ਮਿਨਿਸਟਰ ਸੀ ਇਹਨਾਂ ਨੂੰ ਉਹ ਲੈ ਕੇ ਜਾਂਦਾ ਸੀ ਯੂਨੀਵਰਸਿਟੀ 'ਚ ਦੇਖੋ ਜੀ ਆਪਣਾ ਬੜਾ ਦਬਦਬਾ ਐ ਐਨ ਐਸ ਓ ਆਈ ਇਹ ਉਹ ਐਨਐਸਵੀ ਬਣ ਗਈ ਪੀਐਸਯੂਸੀ ਅਜੈਬ ਸਿੰਘ ਅਰੇ ਸਾਰੇ ਕਾਂਗਰਸਵੰਨੋਂ ਸੀ ਤੇ ਉਹ ਚੀਫ ਮਿਨਿਸਟਰ ਨੂੰ ਆਪਦਾ ਵਖਾਨ ਪਿੱਛੇ ਪੰਜਾਬ ਯੂਨੀਵਰਸਿਟੀ ਜੇ ਹੈ ਪੰਜਾਬ ਯੂਨੀਵਰਸਿਟੀ ਚ ਨਹੀਂ ਹੋਵਾਂਗੇ ਤਾਂ ਹੋਰ ਕਿੱਥੇ ਹੋਵਾਂਗੇ ਤਾਂ ਗੋਪਾਲ ਕਿਸ਼ਨ ਬਚਾਤਰਤ ਮਦਦ ਕਰਦਾ ਸੀ ਇਸ ਵਾਸਤੋਂ ਗਿਆਨੀ ਜੀ ਦਾ ਵੀ ਗਰੁੱਪ ਆ ਗਿਆ ਕੋਈ ਹੋਮ ਮਿਨਿਸਟਰ ਸੀ ਉਹਨਾਂ ਨੇ ਸਾਨੂੰ ਮੱਖਣੇਰਿਆਂ ਨੂੰ ਸਪੋਰਟ ਕਰਨੀ ਸ਼ੁਰੂ ਕਰਤੀ ਰਾਈਟ ਔਰ ਇਹਦੇ ਵਿੱਚ ਉਦੋਂ ਸਾਡੇ ਐਸਐਸਪੀ ਹੁੰਦੇ ਸੀ ਮੈਂ ਨਾਂ ਭੁੱਲ ਰਿਹਾ ਉਹਨਾਂ ਦੀ ਬਦਲੀ ਵੀ ਇਸ ਕਾਰਨ ਹੋ ਗਈ ਸੀ ਚੰਡੀਗੜ੍ਹ ਤੋਂ ਗੋਲੀ-ਬੁਲੀ ਚੱਲੀ ਉਹਨਾਂ ਦੀ ਉਤਰਗਾਠੀਆ ਦੇ ਕੋਲ ਹੀ ਪਾਈਦੀ ਆ ਉਤਰਗਾਠੀਆ ਉਸ ਵੇਲੇ ਹਾਂ ਇਹ ਸਾਰੇ ਸਾਰੇ ਨਾ ਸੀ ਐਸਐਸਪੀ ਸਾਹਿਬ ਸਾਰੇ ਥੋੜੇ ਦਿਨ ਹੋਏ ਸੀ ਉਹਨਾਂ ਨੇ ਜੁਆਇਨ ਕੀਤੇ ਆ ਤੇ ਦਰਬਾਰਾ ਸਿੰਘ ਜੀ ਨੇ ਸਟੈਂਡ ਲੈ ਲਿਆ ਵੀ ਇਹਨਾਂ ਦੀ ਇੱਥੋਂ ਬਦਲੀ ਕਰੋ ਉਹਨਾਂ ਨੂੰ ਬਦਲ ਦਿੱਤਾ ਗਿਆ ਸੋ ਇਹ ਪੋਲਿਟਿਕਸ ਵੀ ਚੱਲਦੀ ਸੀ ਪਰ ਇਹ ਅਸੀਂ ਤੇ ਕਵੇਂ ਕਹੀਏ ਨਾ ਮੋਰੇ ਟਾਈਪ ਹੋ ਜਾਂਦੇ ਸੀ ਥੱਲੇ ਉਵੇਂ ਜਿਆਦਾ ਵੱਡੀ ਉਵੇਂ ਡਾਇਰੈਕਟ ਇਨਵਾਲਵਮੈਂਟ ਨਹੀਂ ਸੀ ਇੱਕ ਜਿੱਥੋਂ ਸਟੈਂਡ ਲੈਣਾ ਪੈਂਦਾ ਸੀ ਸਹੀ ਗਰੁੱਪ ਚ ਖੜ ਗਏ ਇੱਕ ਫਿਲਮ ਦਾ ਡਾਇਲੌਗ ਵੀ ਆ ਵੀ ਮਰਜੀ ਮੋੜਿਆਂ ਮਰਜੀ ਮੋੜਿਆਂ ਦੀ ਕੱਥੇ ਚੱਲਦੀ ਆ ਮਰਜੀ ਛਤਰਾਂ ਚ ਖੇਡਣ ਵਾਲੇ ਦੀ ਚੱਲ ਚਲੋ ਸਾਡਾ ਮਕਸਦ ਅਲੱਗ ਸੀਗਾ ਦੇਖੋ ਪੋਲਿਟਿਕਸ ਵੀ ਕਰਨੀ ਸੀ ਨਾਲ ਸ਼ੈਲਟਰ ਵੀ ਚਾਹੀਦਾ ਸੀ ਬਿਨਾ ਉਸ ਤੋਂ ਗੱਲ ਨਹੀਂ ਬੰਦੀ ਸੀ ਪਰ ਇੰਨਾ ਸਾਰਾ ਕੁਝ ਹੁੰਦੇ ਹੋਏ ਵੀ ਉਸ ਬਦਮਾਸ਼ੀ ਚ ਉਸ ਕੰਮ ਚੋਂ ਨਾ ਥਿਆ ਰਾਂ ਚੋਂ ਨਾ ਐਫ ਆਈ ਆਰ ਚ ਆਏ ਨਹੀਂ ਆ ਲੱਗ ਕੇ ਹੋ ਜੇ ਨਾ ਨਹੀਂ ਕਦੇ ਵੀ ਨਹੀਂ ਕਦੀ ਵੀ ਨਹੀਂ ਨੋ ਐਂਡ ਨਾਟ ਇਵਨ ਸਿੰਗਲ ਐਫ ਆਈ ਆਰ ਮਰੇਗੇ ਅਸਟੋ ਹੀ ਹੋਵੇ ਕੋਈ ਹੋ ਮੇਰੇ ਤੇ ਟੈਗ ਜਰੂਰ ਹੋਇਆ ਪਰ ਮੇਰੇ ਵੱਨੋਂ ਕੋਈ ਨਹੀਂ ਕਹਿ ਸਕਦਾ ਕਿ ਮੈਂ ਕਿਸੇ ਦੇ ਟੈਗ ਕੀਤਾ ਹੋਵੇ ਐਮਪੀ ਹੋਣਾ ਥੋੜੀ ਕਦੇ ਡਾਇਰੈਕਟਲੀ ਚੜਪ ਹੋਈ ਹਾਂ ਕਦੀ ਨਹੀਂ ਚੜਪ ਕਿਉਂਕਿ ਉਸ ਤੋਂ ਬਾਅਦ ਉਹ ਵੀ ਝੀਮੇ ਨਾਲ ਝੀਮੇ ਨਾਲ ਵੀ ਡਾਇਰੈਕਟ ਹੋਵੇਂ ਕੋਈ ਨਹੀਂ ਹੋਈ ਹੋਵੇਂ ਕਦੀ ਕੋਈ ਅੱਖਾਂ-ਖਾਂ ਘੂਰ ਦਿੰਦੇ ਸੀ ਇੱਕ ਦੂਜੇ ਨੂੰ ਆਪਾਂ ਦਾ ਕੀ ਘੂਰਨਾ ਉਹਨਾਂ ਨੇ ਘੂਰਦੇ ਸੀ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਸੀ ਯਾਰ ਬੜਾ ਪਪੂਲਰ ਹੈ ਪਪੂਲਰ ਹੋਣ ਦਾ ਕਾਰਨ ਨਾ ਉਹਨਾਂ ਦਿਨਾਂ 'ਚ ਨਾ ਫਿਲਮਾਂ ਦੀਆਂ ਟਿਕਟਾਂ ਬੜੀਆਂ ਵੱਡਾ ਇੱਕ ਕੰਮ ਹੁੰਦਾ ਸੀ ਸਟੂਡੈਂਟ ਨੂੰ ਮਤਲਬ ਫਿਲਮ ਲਗਣੀ ਤੇ ਟਿਕਟ ਨਹੀਂ ਮਿਲਣੀ ਕੋਈ ਕੀ ਹਫ਼ਤੇ ਤੇ ਉਹ ਅਸੀਂ ਮੇਰਾ ਚਲਦੀ ਸੀ ਯੂਨੀਵਰਸਿਟੀ ਦਾ ਪ੍ਰਧਾਨ ਸੀ ਜੇ ਮੈਂ ਕਹਿੰਦਾ slips ਲਿਖ ਦਿੰਦਾ ਸੀ ਉਹਨੂੰ ਉਹਨੀਆਂ ਟਿਕਟਾਂ ਮਿਲਦੀਆਂ ਸੀ ਜਾਂ ਮੈਂ ਕਹਿੰਦਾ 50 ਟਿਕਟਾਂ 100 ਟਿਕਟਾਂ ਮੇਰੇ ਰੱਖੋ ਉਹ ਰੱਖਦੇ ਸੀ ਤੇ ਇਹਨਾਂ ਨੂੰ ਬੜੀ ਉਮੈ ਸਟੂਡੈਂਟਸ ਨੂੰ ਬੰਦਦਾ ਸੀ ਉਹਦੇ 'ਚ ਮੇਰਾ ਕੋਈ 10 20 50 ਰੁਪਏ ਲੱਗ ਵੀ ਜਾਂਦੇ ਸੀ ਤੇ ਮੈਨੂੰ ਕੋਈ ਗੱਲ ਨਹੀਂ ਸੀ ਮੈਨੂੰ ਚੰਗਾ ਲੱਗਦਾ ਸੀ ਮੈਂ ਸਟੂਡੈਂਟ ਦੇ ਕੰਮ ਮੈਂ ਸਾਰੇ ਵਾਕਈ ਵੀ ਕਰਦਾ ਸੀਗਾ ਹੋਸਟਲਾਂ ਦਾ ਵੀ ਉੰਜ ਵੀ ਐਡਮਿਸ਼ਨਾਂ ਦਾ ਵੀ ਕਿਸੇ ਨੂੰ ਕੋਈ ਤਕਲੀਫ ਐ ਸਿਰੇ 8 ਵਜੇ ਨਿਕਲ ਜਾਣਾ ਮੋਟਰਸਾਈਕਲ ਲੈ ਕੇ ਰਾਤੀ 8 ਵਜੇ ਆਣਾ ਮੈਨੂੰ ਇਹ ਸ਼ੌਂਕ ਸੀਗਾ ਉਦੋਂ ਦਾ ਹੀ ਤੇ ਔਰ ਸਪੈਸ਼ਲੀ ਗਰਲਜ਼ ਦੇ ਵਿੱਚ ਸ਼ਾਮ ਨੂੰ ਸਭ ਹੋਸਟਲਾਂ 'ਚ ਜਾਣਾ ਸਭ ਥਾਂ ਤੇ ਵੇਟ ਹੋਣੀ ਸਭ ਦੇ ਕੰਮ ਕਰਨੇ ਸਭ ਨਾਲ ਚਾਹ ਪੀਣੀ ਮੇਰਾ ਪਬਲਿਕ ਰਿਲੇਸ਼ਨ ਬਹੁਤ ਅੱਛਾ ਸੀ ਦਿਨੇ ਵੀ ਮੈਂ ਕਲਾਸਰੂਮ 'ਚ ਤਾਂ ਬਹੁਤ ਘਟ ਗਿਆ ਕਦੀ ਵੀ ਮੈਨੂੰ ਕਲਾਸਰੂਮ 'ਚ 40 50 ਮਿੰਟ ਕਲਾਸਰੂਮ 'ਚ ਲਗਾਵਾਂ ਐਨੰਚ ਮੈਂ 10 ਕੰਮ ਕਰਿਆ ਆਉਂਗਾ ਸੋ ਮੇਰਾ ਇਸ ਤਰ੍ਹਾਂ ਦਾ ਮੈਨੂੰ جنੂਨ ਸੀਗਾ ਕੰਮ ਕਰਨ ਦਾ ਤੇ ਉਸ ਸਰ ਮੈਨੂੰ ਬੜਾ ਪਿਆਰ ਵੀ ਮਿਲਿਆ ਮੈਨੂੰ ਇਲੈਕਸ਼ਨ 'ਚ ਮੈਂ ਖੜ੍ਹ ਜਾਂਦਾ ਸੀ ਜਿੱਤਣ ਦੀ ਤਕਲੀਫ ਨਹੀਂ ਹੁੰਦੀ ਸੀ 80 80 85 85% ਵੋਟਾਂ ਲੈ ਕੇ ਜਿੱਤਨੀ ਔਰ ਜਿੰਨੇ ਨਾਲ ਦੇ ਸਾਥੀ ਪੋਸਟਾਂ ਦੂਜਿਆਂ ਦੇ ਵੀ ਖੜ੍ਹਦੇ ਸੀ ਉਹ ਵੀ ਓਵੇਂ ਜਿੱਤਣ ਤੇ ਇਹ ਉਹਦਾ ਪਿਆਰ ਸੀ ਮੱਖਣ ਵੀ ਇੱਕ ਕਾਰਨ ਸੀ ਜਿੱਤ ਦਾ ਬਟਾ ਕਾਰਨ ਸੀ ਮੱਖਣ ਖੰ No doubt ਇੱਕ ਗਰੁੱਪਤਾ ਸੀਗਾ ਮੱਖਣ ਤਰਗਾਠੀਆ ਉਹਨਾਂ ਦਾ ਵੀ ਆਪਣਾ ਇੱਕ ਵੋਟ ਬੈਂਕ ਸੀ ਮੇਰੀ ਸ਼ਰਾਫਤ ਉਹਨਾਂ ਦਾ ਉਸ ਤਰ੍ਹਾਂ ਦਾ ਦਬਦਬਾ ਦੋਵੇਂ ਮਿਲ ਕੇ ਸਾਡੀਆਂ ਜਿੱਤਾਂ ਹੋਈਆਂ ਪੂਸੂ ਦੋਵੇਂ ਵਾਰੀ ਤਾਂ ਹੀ ਉਹ ਤਾਂ ਜਿੱਤੀ ਹੈ ਪਹਿਲੀ ਵਾਰੀ ਪਹਿਲੀ ਵਾਰੀ ਪਹਿਲੀ ਵਾਰੀ ਦੂਜੀ ਵਾਰੀ ਰੋਸਬਾ ਤਾਂ ਫਿਰ ਇਲੈਕਸ਼ਨ ਨਹੀਂ ਹੋਇਆ 15 ਸਾਲ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਵੀ ਸਦਾ ਕਦੇ ਡਾਇਰੈਕਟ ਤੁਹਾਨੂੰ ਅਟੈਂਪਟ ਨਹੀਂ ਹੋਇਆ ਪਰ ਮਤਲਬ ਹਿਮਾਚਲ ਦੇ ਵਿੱਚ ਜਿੰਨਾ ਤੱਕ ਮੈਨੂੰ ਪਤਾ ਲੱਗਿਆ ਹੈ ਨਾ ਉੱਡਨਾਲ ਹਿਮਾਚਲ ਚ ਵੀ ਹੋਇਆ ਛੋਟੇ ਮੋਟੇ ਅਟੈਕ ਤਾਂ ਮੇਰੇ ਬੜੇ ਵਾਰੀ ਹੋਏ ਹਿਮਾਚਲ ਚ ਤਾਂ ਵੱਡਾ ਹਿਮਾਚਲ ਚ ਹੋਇਆ ਸੀ ਹਿਮਾਚਲ ਤੇ ਮੇਰਾ ਵੱਡਾ ਅਟੈਕ ਹੋਇਆ ਸੀ ਸ਼ਾਇਦ 83 ਦੀ ਗੱਲ ਹੈ ਮੈਂ ਟੂਰ ਲੈ ਕੇ ਗਿਆ ਹੋਇਆ ਸੀ ਸਟੂਡੈਂਟਸ ਦਾ ਲੜਕੀਆਂ ਜ਼ਿਆਦਾ ਸੀ ਬਸ ਇੱਕ ਜਾਂ ਦੋ ਬੱਸਾਂ ਲੈ ਕੇ ਗਏ ਹੋਏ ਸੀ ਅਸੀਂ ਕੁੱਲੂ ਦੇ ਵਿੱਚ ਸੀ ਅਸੀਂ ਰਾਤ ਨੂੰ ਖਾਣੇ ਤੋਂ ਬਾਅਦ ਆਪਣਾ ਜਿੱਥੇ ਠਹਿਰੇ ਹੋਏ ਸੀ ਉੱਥੇ ਜਾ ਰਹੇ ਸੀ ਗਰੁੱਪ ਸੀ 10 15 20 ਦਾ ਕੁਛ ਅੱਗੇ ਸੀ ਕੁਛ ਪਿੱਛੇ ਸੀ ਤੇ ਰੌੜਾਂ ਔਰ ਡਾਂਗਾ ਲੈ ਕੇ ਕੁਝ ਆਏ ਲੋਕ ਮੱਛਲੀ ਜਿਆਦਾ ਲੱਗ ਰਹੀ ਸੀ ਪੰਜਾਬ ਦੇ ਨਹੀਂ ਸੀ ਪੰਜਾਬ ਦੇ ਮੈਨੂੰ ਕੋਈ ਆਵਾਜ਼ ਨਹੀਂ ਆਈ ਮੱਛਲੀ ਜਿਆਦਾ ਲੱਗ ਰਹੀ ਸੀ ਤਾਂ ਉਹਨਾਂ ਨੇ ਸਿੱਧਾ ਮੇਰੇ ਅਟੈਕ ਕੀਤਾ ਮੈਨੂੰ ਯਾਦ ਹੈ 28 29 ਟਾਂਕੇ ਮੇਰੇ ਲੱਗੇ ਤੇ ਫਿਰ ਮੇਰੇ ਸਾਥੀ ਆ ਮੇਰੇ ਨਾਲ ਦੇ ਮੈਨੂੰ ਬਾਇਰ ਹਣਾ ਪੁੰਤਰੇ 에어ਪੋਰਟ ਤੋਂ ਫਿਰ ਮੈਨੂੰ ਚੰਡੀਗੜ੍ਹ ਲੈ ਕੇ ਆਏ ਮੈਂ ਹਫਤਾ 10 ਦਿਨ ਇੱਥੇ ਫਿਰ ਰਿਆ ਜਨਰਲ ਹਸਪੀਟਲ ਰਿਆ ਉਹ ਮੇਰੇ ਤੇ ਅਟੈਕ ਕੀਤਾ ਮੇਰੀ ਉਂਗਲੀ ਵੀ ਫ੍ਰੈਕਚਰ ਹੋ ਗਈ ਸੀ ਸਿਰ ਤੇ ਵੀ ਬੜੇ ਟਾਂਕੇ ਸੀ ਕਿੰਨੇ ਟਾਂਕੇ ਲੱਗੇ ਸੀ 29 ਨੱਤੀ ਟਾਂਕੇ ਲੱਗੇ ਸਰਚ ਯਾ ਬਾਈ ਗੁਰ ਰੱਖਣ ਵਾਲਾ ਪਰ ਫਿਰ ਵੀ ਨਹੀਂ ਕਦੀ ਹੋਇਆ ਕਿ ਆਪਾਂ ਉਸ ਤਰ੍ਹਾਂ ਦੀ ਬਦਮਾਸ਼ੀ ਕਰਨੀ ਹੈ ਬਦਲਾ ਲੈਣਾ ਹੈ ਕੋਈ ਗੱਲ ਆਪੇ ਵੈਗੁਰ ਪਲੀ ਕਰੋ ਮੱਖਣ ਜਿਹਾ ਹੁੰਦਾ ਸੀ ਉਦੋਂ ਮੱਖਣ ਹਾਂ ਜਿਹਾ ਹੁੰਦਾ ਸੀ ਮੱਖਣ ਜਿਹਾ ਹੁੰਦਾ ਸੀ ਫਿਰ ਉਹਨਾਂ ਨੇ ਕੋਈ ਅਟੈਕ ਕੀਤਾ ਉਸ ਤੋਂ ਬਾਅਦ ਨਹੀਂ ਜਾਂ ਪਰਵਿੰਦਰ ਤੇ ਜਿਹੜਾ ਅਟੈਕ ਹੋਇਆ ਉਹ ਪਹਿਲਾਂ ਹੋਇਆ ਜਾਂ ਬਾਅਦ ਵਿੱਚ ਉਹ ਵਜ੍ਹਾ ਨਹੀਂ ਮੇਰੀ ਮੇਰੀ ਵਾਲੀ ਵਜ੍ਹਾ ਨਹੀਂ ਹੋਇਆ ਨਹੀਂ ਮੈਨੂੰ ਇਹ ਸੀ ਕਿ ਮੇਰਾ ਕੋਈ ਬਦਲਾ ਲਓ ਜਾਂ ਕਰੋ ਪਰ ਹੁੰਦਾ ਹੀ ਆ ਸਾਥੀ ਨਾਲ ਜਦੋਂ ਹੁੰਦਾ ਹੈ ਕੋਈ ਹਨਾ ਨਹੀਂ ਮੈਂ ਸਮਝਦਾ ਦੇਖੋ ਨਾ ਮਤਲਬ ਮੈਂ ਆਪਦੇ ਵਨ ਕੋਈ ਇੱਛਾ ਵੀ ਨਹੀਂ ਰੱਖੀ ਤੇ ਵਾਹਿਗੁਰੂ ਨੇ ਕੋਈ ਇੱਛਾ ਮੇਰੀਆਂ ਪੂਰੀਆਂ ਵੀ ਕਰਦਾ ਰਿਹਾ ਜਿੰਨੇ ਮੇਰੇ ਦੇ ਅਟੈਕ ਕਰਨ ਵਾਲੇ ਸੀ ਅੱਜ ਜਾਂ ਤਾਂ ਕੋਈ ਫੋਰਨ ਚ ਬੈਠਾ ਹੈ ਭੱਜਿਆ ਹੋਇਆ ਹੈ ਜਾਂ ਵੈਸੀ ਇਲੀਮੀਨੇਟ ਹੋ ਗਿਆ ਹੈ ਜਾਂ ਕਿਸੇ ਤਰ੍ਹਾਂ ਐਕਸੀਡੈਂਟ ਹੋ ਗਿਆ ਹੈ ਕੁਛ ਨਾ ਕੁਛ ਅੱਜ ਜੋ ਕੋਈ ਬਹੁਤ ਵਧੀਆ ਅਪੀਸ਼ਨ ਚ ਨਹੀਂ ਐਵੇਂ ਇੱਕ ਦੋਵਾਂ ਨੂੰ ਛੱਡ ਕੇ ਜਿਨ੍ਹਾਂ ਨੇ ਮੇਰੇ ਤੇ ਮਾੜੀ ਨਿਗਾਰਾ ਤੁਸੀਂ ਵੀ ਪੂਰਾ ਦਾ ਲਾਇਆ ਰਾਜਨੀਤੀ ਚ ਤੁਸੀਂ ਵੀ ਆ ਮੇਰੀ ਕੋਸ਼ਿਸ਼ ਰਹੀ ਹੈ ਮੇਰਾ ਇੰਟਰਸਟ ਸੀਗਾ ਮੇਰਾ ਸ਼ੁਰੂ ਤੋਂ ਇੰਟਰਸਟ ਰਿਹਾ ਹੈ ਪੋਲਿਟਿਕਸ ਦੇ ਵਿੱਚ ਸਟੂਡੈਂਟ ਔਰ ਮੈਂ ਸਮਝਦਾ ਕਿ ਜਿੰਨਾ ਮੇਰਾ ਵਧੀਆ ਸਟਾਰਟ ਹੋਇਆ ਪੋਲਿਟਿਕਸ 'ਚ ਸ਼ਾਇਦ ਹੀ ਕਿਸੇ ਦਾ ਹੋਇਆ ਹੋਵੇ ਸਟੂਡੈਂਟ ਪੋਲਿਟਿਕਸ ਪਰ ਥੋੜੀ ਜੀ ਬਦਕਿਸਮਤ ਤਾਂ ਮੇਰੀ ਰਹੀ ਹੈ ਹਨਾ ਇੱਕ ਤਾਂ ਪੰਜਾਬ ਦੇ ਹਾਲਾਤ ਐਸੇ ਬਣ ਗਏ 84 ਤੋਂ ਬਾਅਦ ਇਲੈਕਸ਼ਨ 92 'ਚ ਹੋਇਆ ਵਨ ਵਿੱਚ ਮੈਂ ਫਾਦਰ ਇਨਲਾ ਸਾਹਿਬ ਇੰਟਰਸਟਡ ਸੀ ਟਿਕਟ ਦਾ ਫਿਰ ਮੈਂ ਉਹਨਾਂ ਦੀ ਟਿਕਟ ਪਿੱਛੇ ਹੋ ਗਿਆ ਹੈ ਨਾ ਉਹ ਇੱਕ ਜ਼ਰੀਆ ਵੀ ਮੈਂ ਬਣਿਆ ਉਹਨਾਂ ਨੂੰ ਟਿਕਟ ਪੋਲਿਟਿਕਸ ਲਿਆਂਦਾ ਬਹੁ ਭਗਵਾਨ ਦਾ ਸਰੋੜਾ ਜੀ ਨੂੰ ਹੈ ਨਾ ਉਹ ਆਏ ਪੋਲਿਟਿਕਸ ਤੇ ਫਿਰ ਉਹ ਬੰਦਾ ਇੱਕ ਸ਼ੈਡੋ ਚ ਆ ਜਾਂਦਾ ਹੈ ਨਾ ਇੱਕ ਪਰਿਵਾਰ ਚ ਫਿਰ ਦੋ ਟਿਕਟਾਂ ਔਖੀਆਂ ਵੀ ਹੋ ਜਾਂਦੀਆਂ ਫਿਰ ਮੈਂ ਬੇਸਿਕਲੀ ਬੇਸਿਕਲੀ ਮੈਂ ਮੁਖਸਰ ਤੋਂ ਸੀ ਉੱਥੇ ਹਰਚਰਨ ਸਿੰਘ ਬਰਾੜ ਦਾ ਪਰਿਵਾਰ ਹੁਣ ਤੱਕ ਟਿਕਟਾਂ ਮਿਲਦੀਆਂ ਰਹੀਆਂ ਇਹ ਤੁਹਾਨੂੰ ਪਤਾ ਵੱਡੇ ਘਰਾਣਿਆਂ ਦਾ ਕੰਮ ਚੱਲਦਾ ਤੇ ਫਿਰ ਮੈਂ ਬਸ ਇਸ ਤਰ੍ਹਾਂ ਮੇਰਾ ਕੋਈ ਗੱਲ ਜੀ ਬਣੀ ਨਹੀਂ ਤੇ ਹੁਣ ਮੇਰੀ ਕੋਸ਼ਿਸ਼ ਹੈ ਵੇਖੋ ਅੱਗਾ ਸੁਨਾਮ ਤੋਂ ਕੋਸ਼ਿਸ਼ ਕਰਾਂਗਾ ਪਾਰਟੀ ਮੈਨੂੰ ਬਖਸ਼ਦੀ ਹੈ ਟਿਕਟ ਦਾ ਜਿਵੇਂ ਛਿੰਮੀ ਘਰਾਣੇ ਤੁਹਾਨੂੰ ਕਿਹਾ ਇੱਧਰ ਆ ਜਾਓ ਐਨਐਸਯੂ ਚਾਈਆ ਹਣਾ ਇਧਰੋਂ ਚੋਣ ਲੜੋ ਗਰੁੱਪ ਉਹਨਾਂ ਦਾ ਤਕੜਾ ਸੀ ਮੈਂ ਕੰਤਾ ਇੱਥੋਂ ਚਲੇ ਗਿਆ ਸੀ ਉਦੋਂ ਹੂੰ ਹੂੰ ਇਹ ਤੁਸੀਂ ਚਲੇ ਜਾਂਦੇ ਜਾਂ ਸ਼ਾਇਦ ਅੱਜ ਤੁਹਾਡੇ ਨਾਲ ਦੇ ਕਈ ਹਣਾ ਯੈਸ ਮਨਿਸਟਰ ਬਣ ਵੀ ਗਏ ਹਣਾ ਮਤਲਬ ਹੋ ਸਕਦਾ ਤੁਸੀਂ ਕਾਂਗਰਸ ਚ ਮਨਿਸਟਰ ਹੁੰਦੇ ਨਹੀਂ ਨਹੀਂ ਮੈਂ ਸ਼ਾਇਦ ਪੱਕਾ ਹੀ ਹੁੰਦਾ ਮੈਂ ਅਜੇ ਹੁਣ ਪਿੱਛੇ ਸੋਚਦਾ ਨਾ ਯਾਰ ਕੀ ਕਮੀ ਰਹਿ ਗਈ ਕਿੱਥੇ ਗਲਤੀ ਹੋ ਗਈ ਆ ਕਿ ਮਤਲਬ ਮੈਂ ਜੇ ਸੋਚਾਂ ਹੁੰਦੇ ਚ ਇਹ ਵੀ ਮੇਰੇ ਮਨ ਚ ਕਦੀ ਆਂਦਾ ਹੈ ਮੈਂ ਉਦੋਂ ਜੇ ਕਿਦਰੇ ਮੇਨ ਸਟ੍ਰੀਮ ਚ ਹੁੰਦਾ ਐਨਐਸਵੀ ਚ ਹੁੰਦਾ ਕੋਈ ਐਨਐਸਵੀ ਆਦੇ ਪਹਿਲਾ ਇਲੈਕਸ਼ਨ ਸੀ ਉਹ ਸਰਟਨਲੀ ਮੈਂ ਜਿੱਤਦਾ ਮੈਨੂੰ ਇੰਨਾ ਸੀ ਘੱਟ ਵੋਟਾਂ ਤੇ ਜਿੱਤ ਜਾਂਦਾ ਚਲ ਨਾ ਵੀ ਜਿੱਤਦਾ ਪਰ ਉਹ ਮੈਨੂੰ ਇੰਨਾ ਕੁਝ ਦੇਣ ਨੂੰ ਤਿਆਰ ਸੀ ਤੁਹਾਨੂੰ ਪ੍ਰਧਾਨ ਬਣਾਣਿਆ ਚੰਡੀਗੜ੍ਹ ਦਾ ਪੰਜਾਬ ਦਾ ਤੂੰ ਇੱਕ ਵਾਰੀ ਆ ਜਾ ਤੇ ਮੈਂ ਮੇਨ ਸਟ੍ਰੀਮ ਚ ਆ ਜਾਂਦਾ ਤੇ ਮੈਂ ਸਮਝਦਾ ਉਹਨੂੰ ਦੇਖੋ ਨਾ मिस्टर तिवारी मनीष तिवारी मनीष तिवारी बड़े जूनियर ਸੀ ਮੇਰੇ ਤਾਂ ਹਨਾ ਉਹ ਦੋ ਵਜੇ ਐਨਐਸਯੂਆਈ ਦਿੱਲੀ ਚਲੇ ਗਏ ਇਹਨਾਂ ਦੇ ਫਾਦਰ ਸਾਹਿਬ ਦਾ ਵੀ ਕਤਲ ਹੋ ਗਿਆ ਸੀ ਇਹਨੂੰ ਦਿੱਲੀ ਜਾਣਾ ਪਿਆ ਐਨਐਸਯੂਆਈ ਚ ਰਹਿਏ ਉਹ ਸਵੇਰ ਦਾ ਅੱਜ ਵੇਖੋ ਹਨਾ ਦੋ ਵਾਰੀ ਐਮਪੀ ਵੀ ਰਹਿ ਗਏ ਮਿਨਿਸਟਰ ਵੀ ਰਹਿ ਗਏ ਉਹ ਤਾਂ ਜੰਗ ਬਾਜਵਾ ਤੁਹਾਡੇ ਨਾਲ ਹੁੰਦੇ ਸੀ ਹੁਣ ਸਾਰੇ ਸਾਰੇ ਸੀਗੇ ਫਿਰ ਰਜੀਵ ਪ੍ਰਤਾਪ ਰੂਡੀ ਮੇਰੇ ਨਾਲ ਸੈਕਟਰੀ ਸੀਗੇ ਹਨਾ ਮੰਤਰੀ ਰਹਿ ਗਏ 6ਵੇਂ 7ਵੇਂ ਐਮਪੀ ਬਣ ਕੇ ਕੁਮਾਰੀ ਸ਼ੈਲਜਾ ਹਮਮ ਹਨ ਸਾਡੇ ਵੇਲੇ ਸਟੂਡੈਂਟਸ ਸੀਗੇ ਉਹ ਮੇਰੇ ਬੜੀ ਅੱਛੀ ਸਪੋਰਟਰ ਸੀ ਅੱਜ ਉਦੋਂ ਵੀ ਸੀ ਅੱਜ ਵੀ ਹੈ ਮੇਰੀ ਹਮੇਸ਼ਾ ਮਦਦ ਕਰਦੇ ਰਹੇ ਆ ਰੰਦੀ ਆ ਰਜੀਵ ਰੰਦੀਪ ਸੁਰਜੀ ਵਾਲਾ ਕਿ ਅਸੀਂ ਸੈਨੇਟ ਚ ਸੀ ਇਕੱਠੇ ਸੀਗੇ ਮਤਲਬ ਬਹੁਤ ਉਸ ਨਾਲ ਤੇ ਸ਼ਾਇਦ ਮੈਂ ਹੋ ਸਕਦਾ ਹੈ ਕਿ ਮੈਂ ਉਦੋਂ ਸ਼ਾਇਦ ਮੇਨ ਸਟਰੀਮ ਚ ਗਿਆ ਹੁੰਦਾ ਕਾਂਗਰਸ ਸ ਪਰ ਬਾਕੀ ਜੋ ਲਿਖਿਆ ਹੁੰਦਾ ਕਿਸਮਤ ਚ ਦੇਖੋ ਹੋਣਾ ਉਹ ਹੈ ਤੁਹਾਡੀ ਕੋਸ਼ਿਸ਼ ਹੁੰਦੀ ਹੈ ਗਲਟ ਹੈਗਾ ਇਸ ਗੱਲ ਦਾ ਵੀ ਜਿਵੇਂ ਮੈਂ ਕਿਹਾ ਵੀ ਮੱਖਣ ਉਹ ਨਾਂ ਲੈ ਕੇ ਆਉਂਦੇ ਜਾਂ ਉਹ ਸਾਰੀਆਂ ਚੀਜ਼ਾਂ ਨਾ ਹੁੰਦੀਆਂ ਇਹ ਗੈਂਗਵਾਰਸ ਨਾ ਹੁੰਦੀਆਂ ਉੱਥੋਂ ਸ਼ੁਰੂਆਤ ਹੋਈ ਇਹ ਗੱਲ ਕਹੀ ਜਾਂਦੀ ਹੈ ਵੀ ਉੱਥੋਂ ਸ਼ੁਰੂਆਤ ਹੋਈ ਸਾਰੇ ਸੀ ਇਹ ਐਸਾ ਨਹੀਂ ਗਿਲਟ ਹੈਗਾ ਦੇਖੋ ਤੁਸੀਂ ਜਿਹੜਾ ਵੀ ਡਿਸੀਜਨ ਲੈਣੇ ਹੋ ਸਾਥੀਆਂ ਨਾਲ ਮਿਲ ਕੇ ਲੈਣੇ ਹੋ ਹਣਾ ਜੇ ਉਦੋਂ ਇਲੈਕਸ਼ਨ ਲੜਨਾ ਸੀ ਤਾਂ ਇਹ ਚੀਜ਼ਾਂ ਚਾਹੀਦੀਆਂ ਸੀ ਕਿਉਂਕਿ ਉਦੋਂ ਬੜੇ ਹਾਵੀ ਸੀ ਇਹਨਾਂ ਪੋਲੀਟੀਕਲ ਪੈਟਰਨ ਇਹ ਜੀ ਬੜੀ ਸੀ ਪੈਸਾ ਵੀ ਇਹਨਾਂ ਕੋਲ ਚੀਮਾ ਗਰੁੱਪ ਕੋਲ ਬੜਾ ਸੀ ਐਨਐਸ ਵੀ ਦਾ ਵੀ ਟੈਕ ਸੀ ਟਿਕਲੀ ਤਾਂ ਤੁਹਾਡੇ ਕੋਲੇ ਵੀ ਤੁਸੀਂ ਪੋਲੀਟੀਕਲੀ ਸਟਰੋਂਗ ਸੀ ਪਰ ਥੋੜੇ ਗਿਆਨ ਨਹੀਂ ਹਾਲ ਸਿੰਘ ਹੋਮ ਨੈਸਟ ਸੀ ਕਿਹੋ हां नो डाउट पर मखण एक बड़ी वड्डी कढ़ी सी ना तो कढ़ी टट जांदी तो हो सकता सी वीक हो जांदे पर ਸਾਡੀ ਕੋਸ਼ਿਸ਼ ਸੀ ਹਨਾ ਅਸੀਂ ਰਿਕੁਐਸਟ ਕੀਤੀ ਭਰਾ ਨੂੰ ਤੇ ਉਹ ਆ ਗਿਆ ਰਾਈਟ ਜੇ ਬਿਲਕੁਲ ਨਾ ਆਉਂਦਾ ਤੇ ਅਸੀਂ ਜ਼ਬਰਦਸਤੀ ਤਾਂ ਨਹੀਂ ਲਿਆ ਸਕਦੇ ਪਤਾ ਨਹੀਂ ਅਸੀਂ ਲੜਦੇ ਨਾ ਲੜਦੇ ਫਿਰ ਵੀ ਲੜਦੇ ਸ਼ਾਇਦ ਜੇ ਉਹ ਨਹੀਂ ਜੇ ਨਾ ਆਉਂਦਾ ਤਾਂ ਤੁਸੀਂ ਐਨਐਸਯੂਏ ਚਲੇ ਜਾਂਦੇ ਨਹੀਂ ਨਹੀਂ ਐਸੀ ਗੱਲ ਨਹੀਂ ਸੀ ਐਨ ਇਹ ਕੋਈ ਉਹ ਨਹੀਂ ਸੀ ਨੋ 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 ਮੈਂ ਬੜਾ ਕਲੀਅਰ ਸੀ ਮੈਂ ਭਾਈ ਗੁਰੂ ਮੈਂ ਆਪਣੇ ਸਟੈਂਡ ਤੇ ਰਹਾ ਮਾ ਘਾਟਾ ਪਿਆ ਵਾਧਾ ਪਿਆ ਜੋ ਇੱਕ ਵਾਰੀ ਸਟੈਂਡ ਤੇ ਖੜ ਗਏ ਖੜ ਗਏ ਨੁਕਸਾਨ ਵੀ ਹੋਏ ਹੋਣਗੇ ਮੈਂ ਅਪਰਚੂਨ ਅਪਰਚੂਨ ਨਹੀਂ ਆ ਜਦ ਮੈਂ ਅਪਰਚੂਨਿਸਤ ਹੁੰਦਾ ਜਦੋਂ ਉਹਦੇ ਮੈਂ ਵੇਚਦਾ ਵੀ ਇਹਨੇ ਸਵੇਚ ਫਾਇਦਾ ਇਧਰ ਚਲੇ ਜਾ ਉਸ ਤੋਂ ਬਾਅਦ ਮੈਨੂੰ ਇੱਥੇ ਫਾਇਦਾ ਹੈ ਇਧਰ ਚਲੇ ਜਾਓ ਮੇਰੇ ਜੋ ਕਮੀ ਹੈ ਸ਼ਾਇਦ ਇਹ ਵੀ وجہ ਮੈਂ ਸ਼ਾਇਦ ਮੇਨ ਪੋਲਿਟਿਕਸੋਂ ਪਿੱਛੇ ਰਹਿ ਗਿਆ ਥੋੜਾ ਸਿਆਸੀ ਗੁਰੂ ਕੌਣ ਸੀ ਯਾ ਹੈ ਅਸੀ ਅਸੀ ਗੁਰੂ ਜੇ ਮੈਂ ਕਹਾਂ ਰਜੇਸ਼ ਪਾਇਲਟ ਸਾਹਿਬ ਨਾਲ ਮੇਰਾ ਬੜਾ ਦਿਲੋਂ ਲਗਾਵ ਹੋ ਗਿਆ ਸੀਗਾ ਰਜੇਸ਼ ਪਾਇਲਟ ਸਾਹਿਬ ਨੂੰ ਮੈਂ ਪਸੰਦ ਕਰਦਾ ਸੀ ਹਨਾ ਔਰ ਕੁਦਰਤੀ ਉਹ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਲੜੇ ਕਾਂਗਰਸ ਦੇ ਹਨਾ ਜਦੋਂ ਨਰਸੀਮਰਔਤ ਤੋਂ ਬਾਅਦ ਜੀ ਕੇ ਬਨ ਗਏ ਔਰ ਪ੍ਰੈਜ਼ੀਡੈਂਟ ਬਣੇ ਔਰ ਉਹਨਾਂ ਨੇ ਮੇਰੇ ਫਾਦਰ ਇਨ ਲਾਉ ਦੇ ਨੂੰ ਐਮ ਐਲ ਏ ਸੀ ਇਹ ਥੋੜੇ ਡੈਲੀਗੇਟ ਬਨਨੇ ਸੀ ਤੇ ਕਿਉਂਕਿ ਤੁਹਾਨੂੰ ਪਤਾ ਕਾਂਗਰਸ ਜਿਹੜਾ ਵੀ ਪ੍ਰਧਾਨ ਹੋਵੇ ਭਾਵੇਂ ਉਹ ਮਿੱਟੀ ਦਾ ਹੀ ਹੋਵੇ ਉਹਨੂੰ ਹੀ ਮੱਥਾ ਟੇਕੀ ਜਾਂਦੇ ਆ ਨਾ ਹਿੰਮਤ ਨਹੀਂ ਕਰਦਾ ਕੋਈ ਬਰਾ ਪਹਿਲੀ ਵਾਰੀ ਇਲੈਕਸ਼ਨ ਹੋ ਰਿਹਾ ਸੀ ਤੇ ਸ਼ਰਦ ਪਵਾਰ ਲੜ ਰਹੇ ਸੀ ਪਾਇਲਟ ਸਾਹਿਬ ਲੜ ਰਹੇ ਸੀ ਉਧਰ ਕੇਸਰੀ ਜੀ ਲੜ ਰਹੇ ਸੀ ਸੀਤਾਰਾਮ ਕੇਸਰੀ ਤੇ ਇੱਕ ਹੋਰ ਵੀ ਕੈਂਡੀਡੇਟ ਸੀ ਯੂਪੀ ਦੇ ਜੀ ਆਓ ਵੀ ਸੀ ਜੀ ਮੈਨੂੰ ਇਹ ਪਸੰਦ ਸੀ ਇਹਨਾਂ ਨਾਲ ਡੈਡੀ ਮੇਰੇ ਫਾਜ਼ਲਨ ਲਾਦੀ ਕੈਂਪੇਨ ਚ ਆਏ ਸੀ ਔਰ ਬੜੇ 14 ਸੀਟਾਂ ਕਾਂਗਰਸ ਜਿੱਤੀ ਸੀ 1997 ਚ ਤੇ ਉਦੋਂ ਫਾਜ਼ਰ ਇਨਲਾ ਜਿੱਤੇ ਸੀ ਤੇ ਉਹਨਾਂ ਦਾ ਲਿੰਕ ਬਣ ਗਿਆ ਸੀ ਤੇ ਮੈਂ ਵੀ ਗੱਲਬਾਤ ਜਾਂਦਾ ਸੀ ਡੈਡੀ ਨਾਲ ਮੈਂ ਫਾਜ਼ਰ ਇਨਲਾ ਤੇ ਮੇਰੀ ਪੋਲਿਟਿਕ ਬੜੀ ਇਕੱਠੀ ਰਹੀ ਹੈ ਤੁਹਾਨੂੰ ਦੱਸਿਆ ਇਹ ਨਾ ਉਹਨਾਂ ਨੂੰ ਰਾਜਨੀਤੀ ਚਲੋ ਕਿਸਮਤ ਉਹਨਾਂ ਦੀ ਸੀ ਪਰ ਜਰੀਆ ਮੈਂ ਕਾਫੀ ਹੱਦ ਤੱਕ ਬਣਿਆ ਕਾਂਗਰਸ ਸੇ ਜੁਆਇਨ ਕਰਾਂ ਦਾ ਟਿਕਟ ਅਵੇਲੇ ਵੀ ਕੀ ਹੋਇਆ ਕਿਸੇ ਹੋਰ ਨੂੰ ਟਿਕਟ ਮਿਲ ਗਈ ਸੀ ਨਾ ਫਿਰ ਕਿਵੇਂ ਟਿਕਟ ਕੱਟੀ ਗਈ ਕਿਵੇਂ ਬੌਝੀਆਂ ਨੂੰ ਮਿਲੀ 1992 ਦੇ ਵਿੱਚ ਉਹ ਸਾਰਾ ਕੁਝ ਹੋਇਆ ਤੇ ਜਦੋਂ ਇਲੈਕਸ਼ਨ ਚ ਫਿਰ ਉਹਨਾਂ ਦਾ ਨੇੜ ਤਾਂ ਫਿਰ ਮੈਂ ਵੀ ਗਿਆ ਫਿਰ ਮੈਂ ਉਹਨਾਂ ਦਾ ਡੈਡੀ ਵੀ ਡੈਲੀਗੇਟ ਸੀ ਤੇ ਮੈਂ ਵੀ ਬਣ ਗਿਆ ਤੇ ਮੈਂ ਸਾਰੀ ਕੈਂਪੇਨ ਉਹਨਾਂ ਦੀ ਇੱਥੇ ਸੰਭਾਲੀ ਉਹਨਾਂ ਨੂੰ ਬੜਾ ਲੱਗਿਆ ਵੀ ਯਾਰ ਦੀਪਾ ਲੜਕਾ ਬੜਾ ਦਲੇਰ ਹੈ ਹਿੰਮਤ ਹੈ ਮੈਂ ਉਹਨਾਂ ਦਾ ਇੱਥੇ ਪ੍ਰੋਗਰਾਮ ਵੀ ਕਰਾਇਆ ਮੈਂ ਖੁੱਲ ਕੇ ਆਇਆ ਉਹਨਾਂ ਨਾਲ ਮੇਰੇ ਬੜੇ ਪਰਸਨ ਰਿਲੇਸ਼ਨ ਹੋ ਗਏ ਸੀ ਜਿਹੜਾ ਵੀ ਉਹ ਐਮਪੀ ਦਾ ਇਲੈਕਸ਼ਨ ਲੜਦੇ ਸੀ ਦੋਸਾ ਤੋਂ ਐਮਪੀਸੀਓ ਤੇ ਉਹ ਮੈਨੂੰ ਬੁਲਾ ਲੈਂਦੇ ਸੀ ਮਹੀਨਾ ਡੇਢ ਮਹੀਨਾ ਪਹਿਲਾਂ ਤੇ ਉਹ ਮੈਂ ਸਾਰਾ ਉਹਨਾਂ ਦਾ ਆਫਿਸ ਉੱਥੇ ਸੰਭਾਲਦਾ ਸੀ ਰੋਣਾ ਦਾ ਮੈਨੂੰ ਬੜਾ ਸੇਵ ਦੀ ਪੇ ਰਾਜਨੀਤੀ ਐਮ ਐਲ ਏ ਐਮ ਪੀ ਬਣ ਕੇ ਹੀ ਚਲਦੀ ਹੈ ਸੀਟ ਤੂੰ ਲੱਭ ਬਾਕੀ ਕੰਮ ਮੇਰਾ ਲੈ ਤੋ ਤੱਕ ਉਹਨਾਂ ਦਾ ਸੀ ਬੜੀਆਂ ਮੇਰੇ ਨਾਲ ਸਲਾਮਾ ਕਰ ਲੈਂਦੇ ਸੀ ਹੂੰ ਬਹੁਤ ਜ਼ਿਆਦਾ ਕੌਨਫੀਡੈਂਸ ਹੋ ਗਿਆ ਸੀ ਕਿ ਰੋਣਾ ਦੇ ਜਾਨ ਦਾ ਮੈਨੂੰ ਬਹੁਤ ਵੱਡਾ ਮੈਂ ਸਮਝਦਾ ਨੁਕਸਾਨ ਹੋਇਆ ਪਰ ਮੈਂ ਉਹਦੇ ਚ ਕੀ ਕਰ ਸਕਦਾ ਸੀ ਜਿਵੇਂ ਤੁਸੀਂ ਕਿਹਾ ਕਿ ਸਾਡੀ ਰਾਜਨੀਤੀ ਕਿੱਥਿਆਂ ਦੀ ਚਲਦੀ ਸੀ ਸਾਡੀ ਇਕੱਠੀ ਜਿਹੜੀ ਆ ਬੜਾ ਸਲਾਹ ਮਸ਼ਵਰਾ ਹੁੰਦਾ ਸੀ ਮੇਰੇ ਫਾਦਰ ਲਾਨਾ ਹਾਂ ਹਾਂ ਯੈਸ ਤੁਹਾਡੀ ਇਕੱਠਿਆਂ ਦੀ ਰਾਜਨੀਤੀ ਚੱਲਦੀ ਸੀ ਬਟ ਵੈਸੇ ਮਤਲਬ ਥੋੜਾ ਪਰਸਨਲ ਸਵਾਲ ਹੈ ਤੁਹਾਡੀ ਤੇ ਅਮਨ ਜੀ ਦੀ ਰਾਜਨੀਤੀ ਇਕੱਠਿਆਂ ਦੀ ਕਿਉਂ ਨਹੀਂ ਚੱਲਦੀ ਜਾਂ ਚੱਲ ਰਹੀ ਕਿਉਂਕਿ ਬੜਾ ਫਰਕ ਸੀਗਾ ਮੇਰ ਤੋਂ ਸ਼ਾਇਦ 12 13 ਸਾਲ ਛੋਟਾ ਹੁਣਾ ਹੈ ਅਮਨ ਅਰੋੜਾ ਅਮਨ ਅਰੋੜਾ ਉਹਨਾਂ ਮੈਂ ਜਿਹੜੀ ਮੇਰੀ ਸ਼ਾਦੀ 26 ਇਅਰ ਦੀ ਐਜ 'ਚ ਹੋਈ ਹੈ ਉਹ ਤੋਂ 12-13 ਸਾਲ ਦਾ ਹੋਏਗਾ ਹਨਾ ਮੇਰੀ ਅੰਦੇ ਨਾਲ ਪੋਲਿਟਿਕਸ ਵਾਲੀ ਤਾਂ ਕੋਈ ਗੱਲ ਨਹੀਂ ਸੀ ਬਟ ਅੱਜ ਮੰਤਰੀ ਨੇ ਪੰਜਾਬ ਦੇ ਚਲੋ ਬੜੀ ਚੰਗੀ ਗੱਲ ਹੈ ਬੜਾ ਵਧੀਆ ਗੱਲ ਹੈ ਅਗਲੇ ਦੀ ਆਪਣੀ ਕਾਬਲੀਅਤ ਹੈ ਆਪਣੇ ਅਗਲੀ ਦੀ ਪਾਰਟੀ ਨੇ ਮੌਕਾ ਦਿੱਤਾ ਹੈ ਲੋਕਾਂ ਨੇ ਦਿੱਤਾ ਹੈ ਬਹੁਤ ਸੋਹਣੀਆਂ ਵੋਟਾਂ ਤੇ ਜਿੱਤੇ ਆ ਨੋ ਡਾਊਟ ਪਰ ਮੇਰੇ ਫਾਦਰ ਇਨ ਲਾ ਬੜੀ ਅਨਫੋਰਚੂਨੇਟ ਉਹਨਾਂ ਦੀ ਮੌਤ ਹੋਈ ਸੀ ਕੁਝ ਕਰਦੇ ਹਾਲਾਤ ਐਸੇ ਬਣ ਗਏ ਇਹ ਹਾਲਾਤ ਇਹ ਬਣ ਗਏ ਕਿਸੀਂ ਸਾਨੂੰ ਇੱਥੇ ਖੜੇ ਹੋ ਉੱਚੇ ਅਸੇ ਹਾਲਾਤ ਬਣ ਗਏ ਚਲੋ ਮੈਂ ਇੱਥੇ ਨਹੀਂ ਗੱਲ ਕਰਨਾ ਚਾਹੁੰਦਾ ਇਹ ਸੁਨਾਮ ਦੇ ਲੋਕਾਂ ਨੂੰ ਪਤਾ ਮੈਨੂੰ ਕਿਹੜੇ ਕਾਰਨਾਂ ਹੈ ਹਾਲਾਂਕਿ ਮੇਰਾ ਸੁਨਾਮ ਮੇਰੀ ਕੋਈ ਪੋਲਿਟਿਕਸ ਨਹੀਂ ਹੋਣੀ ਵੀ ਨਹੀਂ ਚਾਹੀਦੀ ਸੀ ਮੇਰਾ ਫਾਦਰ ਇਨ ਲਾ ਦੀ ਪੋਲਿਟਿਕਸ ਮੇਰਾ ਹੋਂਮੇ ਕੀ ਲੈਣਾ ਸੀ ਉਹ ਤਗੜੇ ਹੁੰਦੇ ਮੈਂ ਮਦਦ ਕਰਦਾ ਸੀ ਸੁਨਾਮ ਚ ਲੜਨਾ ਚਾਹੁੰਦੇ ਹੁਣ ਬਿਲਕੁਲ ਬਿਲਕੁਲ ਸੁਨਾਮ ਅਮਨਰੋੜਾ ਦੇ ਖਿਲਾਫ ਹੋ ਕੋਈ ਹੋਊਗਾ ਅਮਨਰੋੜਾ ਹੋਵੇ ਕੋਈ ਹੋਰ ਹੋਵੇ ਬਿਲਕੁਲ ਲੜਾਂਗੇ ਤਗੜੇ ਲੜਾਂਗੇ ਦੋ ਵਾਰ ਮੰਤਰੀ ਦੋ ਵਾਰ ਐਮ ਐਲ ਏ ਬਣ ਕੇ ਦੂਜੀ ਵਾਰੀ ਮੰਤਰੀ ਵਾਹਿਗੁਰੂ ਸੱਚੇ ਅਮਨਰ ਤੁਹਾ ਮੰਨ ਰੋੜਕ ਤੁਹਾਨੂੰ ਲੱਗਦਾ ਬਹੁਤ ਵੱਡੀ ਚੀਜ਼ ਆ ਪਰ ਮੇਰੀ ਨਿਗਾ ਚ ਕੋਈ ਅਸੀ ਗੱਲ ਨਹੀਂ ਸੱਚੇ ਪਾਸ਼ਾ ਪਾਰਟੀ ਮੋਕਾ ਦਵੇ ਤੁਸੀਂ ਵੇਖਿਆ ਜੇ ਕੀ ਬੰਦਾ ਮੇਰਾ ਹੌਸਲਾ ਹੈ ਦੇਖਿਆ ਓਟੇ ਕਰਦੀਆਂ ਵੋਟਾਂ ਕਿੱਧਰ ਪੈਣਗੀਆਂ ਮੇਰੇ ਕਰਦੇ ਮੇਰੇ ਨਾਲ ਹੈ ਹਮੇਸ਼ਾ ਮੇਰੀ ਵਾਈਫ ਹਮੇਸ਼ਾ ਮੇਰੇ ਨਾਲ ਖੜੇ ਹੈ ਠੀਕ ਹੈ ਭਰਾ ਨੂੰ ਵੋਟਾਂ ਨਹੀਂ ਪਾਉਣਗੇ ਕਿ ਤੁਹਾਨੂੰ ਪਾਉਣਗੇ ਜੇ ਟਿਕਟ ਮਿਲਦੀ ਆ ਦੇ ਭਰਾ ਦੇ ਖਿਲਾਫ ਤਾਂ ਉਹਨੇ ਇਲੈਕਸ਼ਨ ਲੜਿਆ ਸੀ ਮਤਲਬ ਆਪਦੀ ਭੈਣ ਦੇ ਖਿਲਾਫ ਇਲੈਕਸ਼ਨ ਲੜਿਆ ਸੀ ਅਮਨ अरोड़ा ਨੇ 2002 ਵਾਲਾ ਜਦੋਂ ਸੋਨੀਆ अरोड़ा ਨੂੰ ਟਿਕਟ ਮਿਲੀ ਸੀ ਜੀ ਅਮਨ अरोड़ा ਬਰਾਬਰ ਤੇ ਪਰਚਾ ਭਰ ਕੇ ਕੱਢ ਗਿਆ ਸੀ ਸੋ ਨਹੀਂ ਉਹ ਗੱਲ ਦੀ ਗੱਲ ਨਹੀਂ ਉਹ ਬੜਾ ਕੁਛ ਹੈ ਚਲੋ ਫਿਰ ਗੱਲ ਕਰਾਂਗੇ ਇਸ ਵੇਲੇ ਬਰਾਬਰ ਤੇ ਆਵਾਂਗੇ ਨਾ ਅਮਨ अरोड़े ਨਾਲ ਗੱਲਬਾਤ ਫਿਰ ਆਪਾਂ ਕਰਾਂਗੇ ਇਹਨਾਂ ਨਾਲ ਸਾਰਾ ਰਜਨੀ ਜੀ ਅ ਰਜਿੰਦਰ ਜੀ ਜਿਵੇਂ ਮੈਂ ਗੱਲ ਕਰ ਰਿਹਾ ਸੀ ਨਾ ਵੀ ਥੋੜੀ ਇਲੈਕਸ਼ਨ ਟਾਈਮ ਪਹਿਲੀ ਵਾਰੀ ਗੋਲੀ ਚੱਲਦੀ ਆ ਉੱਥੇ ਜਾਂ ਜਿਵੇਂ ਗਿਆਨੀ ਜਸਵੰਤ ਸਿੰਘ ਵਾਲਾ ਸੀਨ ਜਾਂ ਤਰਗਾਠੀ ਵਾਲਾ ਹਨਾ ਜਦੋਂ ਡੰਪੀ ਚਲਾਉਂਦਾ ਜਾਂ ਕੰਟਰਫਾਇਰ ਬਲਕਾਰੀ ਵੱਲੋਂ ਜਿਹੜਾ ਕਿ ਆ ਜਾਂਦਾ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ 15 ਸਾਲ ਇਲੈਕਸ਼ਨ ਹੀ ਨਹੀਂ ਹੋਏ ਫਿਰ ਉਸ ਤੋਂ ਬਾਅਦ ਚਲੋ ਪੂਸੂ ਐਕਟਿਵ ਹੁੰਦੀ ਆ ਜਾਂ ਬਾਅਦ ਦੇ ਵਿੱਚ ਐਨਐਸਯੂਆਈ ਫਿਰ ਸੋਪੂ ਐਸਓਆਈ ਬਾਅਦ ਦੇ ਵਿੱਚ ਤਾਂ ਮਤਲਬ ਐਬੀਵੀਪੀ ਆ ਗਈ ਹੁਣ ਜਾਂ ਸੀਵਾਈਐਸਐਸ ਆ ਗਈ ਹੁਣ ਹਨਾ ਆ ਹੁਣ ਫਿਰ ਥੋੜੇ ਥੋੜੇ ਦਿਨਾਂ ਨੂੰ ਇਲੈਕਸ਼ਨ ਨੇ ਉੜਦਾਣਾ ਬਾਅਦ ਇਲੈਕਸ਼ਨ ਨੇ ਇੱਕ ਤੁਸੀਂ ਮੰਨਦੇ ਹੋ ਜਦੋਂ ਮਤਲਬ ਥੋੜੀ ਇਲੈਕਸ਼ਨ ਉਦੋਂ ਪਹਿਲੀ ਵੀਡੀਓ ਇਨਾ ਵਟਾ ਤਾਮਾ ਜਾਮਾ ਜਿਵੇਂ ਵਰਸਸ ਹੋ ਗਿਆ ਮੱਖਣ ਵਰਸਸ ਚੀਮਾ ਜਦੋਂ ਆਹ ਕੰਮ ਹੋ ਗਿਆ ਉਦੋਂ ਬਾਅਦ ਲਗਾਤਾਰ ਵਰਸਸ ਚੱਲਦਾ ਰਿਹਾ ਹੁਣ ਤੱਕ ਚੱਲ ਰਿਹਾ ਉਹ ਆਪ ਲਾਸਟ ਟਰਮ ਜਿਹੜੀ ਇਲੈਕਸ਼ਨ ਸੀ ਉਹ ਥੋੜਾ ਜਿਹਾ ਠੰਡਾ ਮਾਹੌਲ ਸੀ ਇਹਨਾਂ ਨਹੀਂ ਸੀ ਹਾਲਾਂਕਿ ਅਲੀਗੇਸ਼ਨ ਲੱਗੇ ਸੀ ਵੀਐਸਐਸ ਤੇ ਵੀ ਲੱਗੇ ਬਾਕੀਆਂ ਤੇ ਵੀ ਲੱਗੇ ਵੀ ਕਿਵੇਂ ਇਲੈਕਸ਼ਨ ਲੜੀ ਜਾ ਰਹੀ ਆ ਹਨਾ ਵੀ ਜਿਹੜੀ ਯੂਨੀਵਰਸਿਟੀ ਇਲੈਕਸ਼ਨ ਵੀ ਆਇਆਂ ਲੜੀ ਜਾ ਰਹੀ ਆ ਜਿਵੇਂ ਆ ਆਮ ਜਿਵੇਂ ਹਨਾ ਵਿਧਾਨ ਸਭਾ ਜਾਂ ਐਮਪੀ ਦੀ ਇਲੈਕਸ਼ਨ ਲੜੀ ਜਾਂਦੀ ਆ ਵੀ ਇੰਨੇ ਪੈਸੇ ਲਾ ਕੇ ਲੜੀ ਜਾ ਰਹੀ ਆ ਹਨਾ ਉਹ ਟੋਟੇ ਵੇਲੇ ਤਾਂ ਮੈਂ ਦੇਖ ਰਿਹਾ ਪ੍ਰਾਣੀਆਂ ਫੋਟੋਜ਼ ਮੈਂ ਦੇਖੀਆਂ ਉਹ ਬੈਨਰ ਵੀ ਉਦੋਂ ਦੂਜੇ ਹੁੰਦੇ ਸੀ ਸਾਰਾ ਕੁਝ ਹੀ ਸਿੰਪਲ ਸੀ ਇਹ ਗੱਲ ਤਾਂ ਪੱਕੀ ਹੈ ਕਿ ਸਾਡੇ ਕੋਲ ਖਰਚਾ ਨਹੀਂ ਹੁੰਦਾ ਖਰਚਾ ਨਹੀਂ ਸੀ ਹੁੰਦਾ ਕੋਈ ਸਪੈਸ਼ਲ ਖਰਚਾ ਨਹੀਂ ਹੁੰਦਾ ਸੀ ਜੋ ਰੂਟੀਨ ਸੀ ਪੌਮਫਲੇਟ ਬਣਾ ਲਏ ਤੁਸੀਂ ਬੈਨਰ ਵੀ ਦੇਖੇ ਹੋਣਗੇ ਸਾਡੇ ਸਿੰਪਲ ਬੈਨਰ ਹੈ ਵੱਧ ਤੋਂ ਵੱਧ ਨਾ ਉਹ ਬੁੱਕਮਾਰਕ ਬਣਾ ਲੈਂਦੇ ਸੀ ਲੰਬੇ ਲੰਬੇ ਉਸੂ ਦੇ ਸਟੂਡੈਂਟ ਆਪਣੀ ਬੁੱਕ ਚ ਰੱਖ ਲੈਂਦੇ ਸੀਗੇ بڑے ਛੋਟੇ ਛੋਟੀਆਂ ਸਲਿੱਪਾਂ ਕਾਰਡ ਐਫ ਜਾ ਬੰਦਾ ਸੀਗਾ ਹੋਂ ਤਾਂ ਬੜੀਆਂ ਬੜੀਆਂ ਪਾਰਟੀਆਂ ਹੁੰਦੀਆਂ ਹਨਾ ਬੜੇ ਬੜੇ ਮੰਤਰੀ ਆਉਂਦੇ ਆ ਸੱਦਾ ਹੋਂ ਤਾਂ ਸੱਦਾ ਡਾਇਰੈਕਟ ਹੁੰਦਾ ਹੈ ਬੜਾ ਗੱਡੀਆਂ ਇਹ ਉਹ ਪਤਾ ਨਹੀਂ ਕੀ ਕੁਝ ਹੁੰਦਾ ਡਾਇਰੈਕਟ ਹੋ ਗਿਆ ਹੁਣ ਤਾਂ ਇਨਵੋਲਮੈਂਟ ਪਹਿਲਾਂ ਇੰਟਰੈਕਟ ਸੀ ਇੰਟਰੈਕਟ ਸੀਗੀ ਪਰ ਉਦੋਂ ਇੰਨਾ ਖਰਚਾ ਨਹੀਂ ਸੀਗਾ ਤੇ ਹੁਣ ਚਲੋ ਬਦਮਾਸ਼ੀ ਉਦੋਂ ਵੀ ਕਹਿ ਸਕਦੇ ਹੁਣ ਵੀ ਕਹਿ ਸਕਦੇ ਹੋ ਵਿੱਚ ਜਾਂ ਜ਼ਿਆਦਾ ਵੀ ਰਹੀ ਹੈ ਬਹੁਤ ਜ਼ਿਆਦਾ ਰਹੀ ਹੈ ਜ਼ਿਆਦਾ ਰਹੀ ਹੈ ਮਤਲਬ ਕਿਤੇ ਮਤਲਬ ਇਹ ਗੱਲ ਮੰਨੀ ਜਾਂਦੀ ਆ ਵੀ ਯੂਨੀਵਰਸਿਟੀ ਚਲੋ ਮੱਖਣ ਤੋਂ ਬਾਅਦ ਤਾਂ ਵੀ ਕਹਿ ਲਈਏ ਵੀ ਮੱਖਣ ਦਾ ਕੋਈ ਵਾਰਸ ਨਹੀਂ ਬਣਿਆਗਾ ਨਹੀਂ ਐਵੇਂ ਕੁਲਜੀਤ ਨਾਗਰਾ ਐਰੇ ਸਾਰੇ ਪੂਸੂ ਨੇ ਸੰਭਾਲ ਕੇ ਰੱਖਿਆ ਇਹਨਾਂ ਨੇ 5-7 ਸਾਲ ਬੜਾ ਵਧੀਆ ਕੁਲਜੀਤ ਨਾਗਰਾ ਨੇ ਸੰਭਾਲਿਆ ਉਸ ਤੋਂ ਬਾਅਦ ਵੀ ਚੱਲਦਾ ਰਿਹਾ ਪਰ ਨੋ ਡਾਊਟ ਉਨੀ ਤਗੜੀ ਨਹੀਂ ਰਹੀ ਪੂਸੂ ਕਦੀ ਜਿੰਨੀ ਉਦੋਂ ਸੀ ਜੇ ਦੂਜੇ ਗਰੁੱਪ ਦੀ ਗੱਲ ਕਰ ਲਈਏ ਡੈਂਪੀ ਡੈਂਪੀ ਤੋਂ ਬਾਅਦ ਰੌਕੀ ਫਿਰ ਹੋਰ ਨੌਜਵਾਨ ਆ ਗਏ ਹਨਾ ਜਾਹੇਲ ਮਤਲਬ ਜੈਪਾਲ ਹੋਰਾਂ ਦੀ ਵੀ ਜਿੰਨੀ ਕਿ ਇਨਵੋਲਵਮੈਂਟ ਰਹੀ ਜਾਂ ਸ਼ੇਰੇ ਖੋਬਣ ਦੀ ਲੋਰੈਂਸ ਦੀ ਸਾਰਿਆਂ ਦੀ ਇਹਨਾਂ ਦੀ ਲਾਲੀਏ ਉਸ ਤੋਂ ਬਾਅਦ ਐਸਓਆਈ ਐਕਟਿਵ ਰਹੀ ਆ ਵਿਕੀ ਮਿੱਡੂ ਖੇੜਾ ਐਕਟਿਵ ਰਿਹਾ ਹੈ ਹਨ ਇਹ ਸਾਰੇ ਨੋ ਸੋਪੂ ਸਭੂ ਹਨ ਗੁਰਲਾਲ ਬਰਾੜ ਹੋਰੀ ਹਾਂ ਹਾਂ ਇਹ ਸਾਰੇ ਸਾਰੇ ਰਹੇ ਹੈ ਨੋ ਡਾਊਟ ਰਹੇ ਹੈ ਪਰ ਇਹ ਕਾਰਨ ਜਿਵੇਂ ਪ੍ਰਧਾਨਗੀ ਹੀ ਕਾਰਨ ਸੀ ਗੋਲੀਆਂ ਚੱਲਣ ਦਾ ਜਿਵੇਂ ਥੋੜੇ ਵੇਲੇ ਵੀ ਤੇ ਉਦੋਂ ਬਾਅਦ ਜੋ ਸਭ ਕੁਝ ਹੋਇਆ ਕੀ ਕਾਰਨ ਮੰਨਦੇ ਹੋ ਦੇਖੋ ਜਿਹੜਾ ਵੀ ਜਿਹੜੀ ਫੀਲਡ ਚ ਹੋਵੇ ਨਾ ਅਗਲਾ ਕਹਿੰਦਾ ਯਾਰ ਮੈਂ ਨੰਬਰ 1 ਹਾਂ ਸਭ ਨੂੰ ਪਤਾ ਲੱਗੇ ਵੀ ਹਾਂ ਮੇਰਾ ਤੜਾ ਹੈ ਮੇਰਾ ਗਰੁੱਪ ਹੈ ਮੇਰੀ ਗੱਲਬਾਤ ਹੈ ਮੈਂ ਉਸ ਚੀਜ਼ ਨੂੰ ਪਨਾ ਕੇ ਅਗਾ ਵਧਾ ਇਹ ਚੀਜ਼ ਤਾਂ ਦੇਖੋ ਬਿਜ਼ਨਸ ਚ ਲੈ ਲਓ ਕੋਈ ਵੀ ਕਿੱਤੇ ਚ ਲੈ ਲਓ ਪਰ ਇਹ ਹੈ ਕਿ ਉਹਦੇ ਨੂੰ ਗਲਤ ਢੰਗ ਨਾਲ ਬਦਮਾਸ਼ੀ ਨਾਲ ਗੋਲੀਆਂ ਨਾਲ ਇਹ ਦੂਜੇ ਨੂੰ ਐਲੀਮੀਨੇਟ ਕਰਕੇ ਮੈਂ ਨਹੀਂ ਸਮਝਦਾ ਕੋਈ ਅੱਗੇ ਆ ਸਕਦਾ ਮੈਨੂੰ ਨਹੀਂ ਮੇਰੀ ਪਾਲਸੀ ਨਾ ਲੱਗੇ ਆ ਸਕਦਾ ਸ਼ਰਾਫਤ ਗੋੜੀਆਂ ਦਾ ਫਿਰ ਢੋਡੇ ਨਾਲ ਬੰਦੇ ਨੇ ਵੀ ਚਲਾਈਆਂ ਨਹੀਂ ਚਲਾਈਆਂ ਪਰ ਮੇਰੇ ਮੈਂ ਦੇਖੋ ਵੋਟ ਦਾ ਚਿਹਰਾ ਮੈਸੀ ਰਾਈਟ ਗੋਲੀ ਹੁੰ ਜੇ ਸਾਹਮਣੇ ਚੱਲੂਗੀ ਤਾਂ ਬੰਦਾ ਕੋਈ ਨਾ ਕੋਈ ਸ਼ੈਲਟਰ ਤਾਂ ਲਊਗਾ ਚਲਾਉ ਹੋ ਸਕਦਾ ਉਹ ਚਲਾ ਵੀ ਦੇ ਉਸ ਨੂੰ ਨਹੀਂ ਮਾੜੇ ਸਾਡੇ ਲੋਕ ਸਮਝਦੇ ਪੰਜਾਬ ਯੂਨੀਵਰਸਿਟੀ ਦਾ ਮੈਂ ਜੋ ਸਮਝੇ ਤਾਂ ਇੱਥੇ ਗਰਲ ਸਟੂਡੈਂਟ ਦੀ ਵੋਟ ਜ਼ਿਆਦਾ ਹੈ ਇੱਥੇ ਜਿਹੜਾ ਬਦਮਾਸ਼ ਜਾਂਦਾ ਖਾਸ ਕਰਕੇ ਜਿਹੜਾ ਕੈਂਡੀਡੇਟ ਹੋਵੇ ਜੇ ਉਹਦੇ ਤੇ ਉਂਗਲ ਉੱਠਦੀ ਹੈ ਪਿੱਛੇ ਜਿਹੜੇ ਸਪੋਰਟਰ ਹੋਣ ਉਹ ਹੋਣ ਕੋਈ ਗੱਲ ਨਹੀਂ ਅੰਚੜਾ ਕੈਂਡੀਡੇਟ ਕੈਂਡ ਤਾਂ ਹੋਣਾ ਚਾਹੀਦਾ ਖੜਾ ਤਾਂ ਹੋਣਾ ਚਾਹੀਦਾ ਆਪਦੇ ਆਪ ਨੂੰ ਪ੍ਰੋਟੈਕਟ ਤਾਂ ਕਰਨ ਵਾਲਾ ਹੋਣਾ ਚਾਹੀਦਾ ਪਰ ਜੇ ਕੋਈ ਗੋਲੀਆਂ 'ਚ ਇਨਵੋਲ ਹੋਊਗਾ ਉਹਦੀ ਕੋਈ ਨਿਗਾ ਮਾੜੀ ਹੋਏਗੀ ਜਾਂ ਉਹਦਾ ਪੁਰਾਣਾ ਕੋਈ ਮਾੜਾ ਹੋਏਗਾ ਪਛੋਕੜ ਉਹਨੂੰ ਵੋਟਾਂ ਨਹੀਂ ਪੈਂਦੀ ਮੈਂ ਕਹਾਂ ਮੈਂ ਮੇਰੀ ਜਿਹੜੀ ਇੰਨੀ ਜ਼ਿਆਦਾ ਵੋਟਾਂ ਤੇ ਜਿੰਨਾ ਦੋਵੇਂ ਵਾਰੀ ਇੱਥੋਂ ਇਹ ਉਸ ਵਾਰਚ ਮੈਂ 16 ਸਾਲ ਸੈਨੇਟ ਦਾ ਮੈਂਬਰ ਰਜਿਸਟਰਡ ਗ੍ਰੈਜੂਏਟਸ ਮੈਂ 23 ਸਾਲ ਦੀ ਉਮਰ 'ਚ ਜਿਸਟਰ ਗ੍ਰੈਜੂਏਟਸ ਤੋਂ ਇਲੈਕਸ਼ਨ ਜਿੱਤਿਆ ਸਭ ਤੋਂ ਛੋਟੀ ਉਮਰ ਦਾ ਮੈਂ ਸੈਨੇਟ ਦਾ ਮੈਂਬਰ ਬਣਿਆ ਸੀ ਡੇਢ ਲੱਖ ਵੋਟ ਹੁੰਦੀ ਹੈ ਸੈਨੇਟ ਦੀ ਜਿੰਦੇ ਚੋਂ ਮੈਂ ਬਣ ਕੇ ਆਇਆ ਸੀ 15 ਮੈਂਬਰਾਂ ਚ ਰਾਈਟ ਉਹ ਅੱਜ ਤੱਕ ਰਿਕਾਰਡ ਨਹੀਂ ਟੁੱਟਿਆ ਹੈ ਨਾ ਔਰ ਦੋ ਵਾਰੀ ਵੀ ਮੈਂ ਪਹਿਲੀ ਵਾਰੀ ਬਣਿਆ ਸੀ ਕਿ ਡਾਇਰੈਕਟ ਇਲੈਕਸ਼ਨ ਚ ਦੋ ਵਾਰੀ ਇਸ਼ਰਾਫਤ ਆਪਦੀ ਸ਼ਰਾਫਤ ਸੀ ਦੂਜੇ ਪਾਸੇ ਬਦਮਾਸ਼ੀ ਸੀ ਉਸ ਵਜ੍ਹਾਇ ਸ਼ਾਇਦ ਮੈਨੂੰ ਇੰਨਾ ਪਿਆਰ ਮਿਲਿਆ ਔਰ ਮੈਨੂੰ ਆ ਕਿ ਮੈਂ ਕੁਛ ਕਾਮਯਾਬ ਹੋਇਆ ਨਹੀਂ ਹੋਇਆ ਪਰ ਮੈਂ ਆਪਦੇ ਅਸੂਲਾਂ ਤੇ ਖੜਾ ਹੂੰ ਉਸੇ ਸ਼ਰਾਫਤ ਤੇ ਉਸੇ ਇਮਾਨਦਾਰੀ ਤੇ ਜਦੋਂ ਵਾਹਿਗੁਰੂ ਨੇ ਮੌਕਾ ਦਿੱਤਾ ਫਿਰ ਪੱਕੇ ਪੈਰੀ ਨਿਭਾਵਾਂਗੇ ਕੀ ਬਨਣਾ ਚਾਹੁੰਦੇ ਹੋ ਪੱਕੇ ਪੈਰੀ ਨਹੀਂ ਨਹੀਂ ਮੇਰਾ ਕੋਈ ਬਨਨ ਹੁੰਦਾ ਹੋ ਨਹੀਂ ਮੈਂ ਕੁਛ ਨੋ ਡਾਊਟ ਆਪਦੇ ਆਪ ਨੂੰ ਪ੍ਰੂਫ ਤਾਂ ਹਰੇਕ ਹੀ ਕਰਨਾ ਚਾਹੋ ਹੈਨਾ ਮੇਰੇ ਚ ਆਪਣਾ ਹੈ ਆਪਣਾ ਅਲੱਗ ਮੇਰਾ ਕੰਮ ਦਾ ਸਟਾਈਲ ਦਾ ਪਰ ਮੈਂ ਉਸ ਚੀਜ਼ ਪ੍ਰੂਫ ਕਰਨਾ ਚਾਹਣਾ ਮੰਤਰੀ ਸਾਹਿਬ ਨੂੰ ਹਰਾਉਣਾ ਮੰਤਰੀ ਹੋਵੇ ਸੰਤਰੀ ਹੋਵੇ ਉਹ ਕੋਈ ਨਹੀਂ ਜਿਹੜਾ ਵੀ ਕੋਈ ਹੋਊਗਾ ਉਹ ਕੋਈ ਫਰਕ ਨਹੀਂ ਪੈਂਦਾ ਨੋ ਡਾਊਟ ਉਸ ਪਰ ਆਨਾਲਤਾ ਫਿਰ ਹੁੰਦੀ ਵੀ ਹੈ ਹਰਾਉਣਾ ਨਹੀਂ ਨਹੀਂ ਹਰਾਉਣਾ ਤਾਂ ਜਦੋਂ ਲਿਆ ਕੋਈ ਵੀ ਲੜੂਗਾ ਇਲੈਕਸ਼ਨ ਉਹ ਜਿੱਤਣ ਲਈ ਲੜੂਗਾ ਜਿੱਤੂਗਾ ਤਾਂ ਕੋਈ ਹਾਰੂਗਾ ਵੀ ਹਮ ਪਰ ਉਹਦੇ ਨਾਲ ਥੋੜਾ ਜਨਵਦ ਸ਼ਰੀਕਾ ਪਿਆਰ ਹੈ ਹੈਗਾ ਨੋ ਡਾਊਟ ਹਰਾਣਾ ਉਹਨੂੰ ਜੇ ਮੌਕਾ ਮਿਲਿਆ ਕਰਨਾ ਵਾਹਿਗੁਰੂ ਨੇ ਪਾਰਟੀ ਨੇ ਅਜ ਤੱਕ ਮੈਨੂੰ ਅਫਸੋਸ ਹੈ ਮੈਨੂੰ ਮੌਕਾ ਨਹੀਂ ਦਿੱਤਾ ਪਹਿਲਾਂ ਕਾਂਗਰਸ ਚ ਰਿਹਾ ਉਦੋਂ ਵੀ ਨਹੀਂ ਮੌਕਾ ਮਿਲਿਆ ਬਾਲ ਸਾਹਿਬ ਨੂੰ ਫੋਨ ਲੱਗੇ ਨਹੀਂ ਵਾਸਾ ਸਾਹਨੇ ਤੋਂ ਮੈਨੂੰ ਹਲਕਾ ਇਨਚਾਰਜ ਬਣਾਇਆ ਹੀ ਹੈ ਵੇਨੇ ਹੁੰਦੇ ਪੌੜਾ ਸਾਡੇ ਉਹ ਨਹੀਂ ਨਹੀਂ ਭੇਜ ਦਿੰਨੇ ਆ ਨਹੀਂ ਨਹੀਂ ਮੈਨੂੰ ਮੈਨੂੰ ਨਹੀਂ ਉਹਨਾਂ ਨੂੰ ਮੇਰਾ ਪਤਾ ਹੈ ਮੇਰੇ ਜੀ ਕਿਉਂਕਿ ਜਦੋਂ ਮੈਂ ਸਟੂਡੈਂਟ ਉਦੋਂ ਪ੍ਰੈਜ਼ੀਡੈਂਟ ਸੀ ਸੁਗਵੀ ਸਿੰਘ ਬਾਦਲ ਜੀ ਉਦੋਂ ਸਟੂਡੈਂਟ ਸੀ ਉੱਥੇ ਇਕਨੋਮਿਕਸ ਆਨਰਸ ਕਰ ਰਹੀ ਸੀ ਸੋ ਉਹਨਾਂ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਪਤਾ ਹੈ ਕਿ ਦੀਪਾ ਦਾ ਕੀ ਬੈਕਗ੍ਰਾਉਂਡ ਹੈ ਕੀ ਹੈ ਮੈਨੂੰ ਲੱਗਦਾ ਮੈਨੂੰ ਵੈਗਰੋ ਵੀ ਲੋਗ ਵੀ ਪਾਰਟੀ ਵੀ ਮੌਕਾ ਦਊਗੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਸਮਾਂ ਦਿੱਤਾ ਬਹੁਤ ਸੋਹਣੀਆਂ ਗੱਲਾਂ ਹੋਈਆਂ ਬਹੁਤ ਬਹੁਤ ਧੰਨਵਾਦ ਸੋਨਾਈ ਸੀ ਥੈਂਕ ਯੂ ਅਸੀ ਕੀ ਰਜਿੰਦਰ ਦੀਪਾ ਜੀ ਯੂਨੀਵਰਸਿਟੀ ਪੋਲਿਟਿਕਸ ਦੇ ਉੱਤੇ ਗੱਲਬਾਤ ਕੀਤੀ ਹੈ ਮੱਖਣ ਵਰਸਸ ਚੀਮਾ ਗਰੁੱਪ ਨੂੰ ਲੈ ਕੇ ਗੱਲਬਾਤ ਕੀਤੀ ਹੈ ਕਦੋਂ ਪਹਿਲੀ ਗੋਲੀ ਚੱਲੀ ਸੀ ਕਿਵੇਂ ਕਿਵੇਂ ਇਲੈਕਸ਼ਨਸ ਲੜੀਆਂ ਗਈਆਂ ਕਹਿੰਦੇ ਅਸੀਂ ਡਿਫੈਂਸਿਵ ਹੋ ਕੇ ਅਸੀਂ ਸ਼ੈਲਟਰ ਲਿਆ ਸੀ ਮੱਖਣ ਹੋਰਾਂ ਦਾ ਤੇ ਕਹਿੰਦੇ ਰਿਗਰੈਟ ਵੀ ਹੈ ਜੇ ਮੱਖਣ ਉਦੋਂ ਨਾ ਆਉਂਦਾ ਸ਼ਾਇਦ ਮੱਖਣ ਅੱਜ ਜਿਉਂਦਾ ਹੁੰਦਾ ਸ਼ਾਇਦ ਡੈਂਪੀ ਵੀ ਉਹਨਾਂ ਰਾਹਾਂ ਤੇ ਨਾ ਹੁੰਦਾ ਕਹ ਰਿਹਾ ਇਹ ਰਿਗਰੈਟ ਵੀ ਸਾਨੂੰ ਜ਼ਰੂਰ ਹੈਗਾ ਪਰ ਜੋ ਸਟੂਡੈਂਟ ਪੋਲਿਟਿਕਸ ਅੱਜ ਹੋ ਰਹੀ ਹੈ ਸਟੂਡੈਂਟ ਪੋਲਿਟਿਕਸ ਇਹ ਨਹੀਂ ਸੀ ਹੁੰਦੀ ਸਟੂਡੈਂਟ ਪੋਲਿਟਿਕਸ ਬਹੁਤ ਬਦਲ ਗਈ ਹੈ ਹੁਣ ਵੀ ਥੋੜੇ ਦਿਨਾਂ ਨੂੰ ਯੂਨੀਵਰਸਿਟੀ ਇਲੈਕਸ਼ਨ ਹੈ ਸਾਰਿਆਂ ਦੀਆਂ ਨਿਗਾਹਾਂ ਯੂਨੀਵਰਸਿਟੀ ਇਲੈਕਸ਼ਨ ਤੇ ਜ਼ਰੂਰ ਟਿਕੀਆਂ ਹੁੰਦੀਆਂ ਜਿਹੜਾ ਵੀ ਪੋਲਿਟਿਕਸ ਚ ਇੰਟਰਸਟ ਰੱਖਦਾ ਹੈ ਹੁਣ ਦੇਖਦੇ ਹਾਂ ਹੁਣ ਦੀ ਇਲੈਕਸ਼ਨ ਕਿਵੇਂ ਰਹਿਣ ਵਾਲੀ ਹੈ ਇਸ ਬਾਰੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ